बुकिंग करवाओ ए लग्जरी वेडिंग कार्स, ऑडी बीएमडब्ल्यू, एम रेंज रोवर बड़े ही वाजिब कीमतों पर हायर कर सकते हो ब्याह शादी डोरी या किसी भी सेलिब्रेशन लाई हमेशा याद रखो ए लग्जरी वेडिंग कार्स, एली चौक फिरोजपुर रोड लुधियाना वधेरे जानकारी ली कॉल करो कुलविंदर पंगू हो रानो अठानवे ਸ਼ਾਮਾਂਦਾਨ ਰੇਡੀਓ ਪੰਜਾਬ ਟਰੋਡੇ ਸੁਣਨ ਵਾਲੇ तमाम ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ਾਮ ਦੀਤ ਅੱਜ ਤਰੀਕ ਹੈ ਜੀ 6 ਦਸੰਬਰ ਸ਼ਾਮ ਦੇ 6:30 ਮਿੰਟ ਹੋਏ ਨੇ ਦੇਣਾ ਸ਼ੁੱਕਰਵਾਰ ਇਸ ਵਕਤ ਤੁਸੀਂ ਪ੍ਰੋਗਰਾਮ ਸ਼ਮਾਦਾਨ ਦੇ ਰਾਹੀਂ ਸਾਡੇ ਬਠਿੰਡਾ ਸਟੂਡੀਓ ਦੇ ਨਾਲ ਲਾਈਵ ਜੁੜੇ ਹੋ। ਇਹ ਪ੍ਰੋਗਰਾਮ ਹਫਤੇ ਦੇ ਸੱਤੋ ਦਿਨ ਤੁਹਾਨੂੰ ਸੁਣਨ ਨੂੰ ਮਿਲਦਾ ਹੈ। ਕੱਲ ਨੂੰ ਹਰਜਿੰਦਰ ਸਿੱਧੂ ਤੁਹਾਡੇ ਨਾਲ ਮੇਰੀ ਜਗ੍ਹਾ ਤੇ ਇਸ ਪ੍ਰੋਗਰਾਮ 'ਚ ਹਾਜ਼ਰੀ ਲਾਉਣਗੇ। ਸੈਚਰਡੇ ਸੰਡੇ ਹਰਜਿੰਦਰ ਸਿੱਧੂ ਤੁਹਾਡੇ ਨਾਲ ਜੁੜਦੇ ਨੇ। ਸੋ ਤੁਸੀਂ ਰੇਡੀਓ ਪੰਜਾਬ ਟੁਡੇ ਦਾ ਪ੍ਰੋਗਰਾਮ ਸ਼ਮਾਦਾਨ ਹੁਣ ਸੱਤੋ ਦਿਨ ਸੁਣ ਸਕਦੇ ਹੋ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੀਆਂ ਪ੍ਰਮੁੱਖ ਖ਼ਬਰਾਂ। ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਟੀਮਾ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਈਨਿੰਗ ਮਾਫੀਆ ਇਸ ਕਦਰ ਵੱਧ ਚੁੱਕਾ ਕਿ 70-75 ਦੇ ਕਰੀਬ ਦੇ ਕਾਨੂੰਨ ਗੈਰ ਕਾਨੂੰਨੀ ਕ੍ਰੈਸ਼ ਕਾਨੂੰਨਨ ਕ੍ਰੈਸ਼ਰ ਬੰਦ ਹੋ ਚੁੱਕੇ ਨੇ ਟੀਮਾ ਨੇ ਦੋਸ਼ ਲਾਇਆ ਕਿ ਰਾਮਗੜ੍ਹ ਰੋਡ ਤੇ ਨਾਕਾਬੰਦੀ ਕਰਕੇ ਗੁੰਡਾ ਟੈਕਸ ਵਸੂਲ ਕੀਤਾ ਜਾ ਰਿਹਾ ਹਰ ਗੱਡੀ ਤੋਂ 3000 ਤੋਂ 5000 ਰੁਪਏ ਤੱਕ ਦੀ ਵਿਸੂਲੀ ਕੀਤੀ ਜਾ ਰਹੀ ਹੈ ਪਰੀਤਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਜਿੰਸੀ ਸ਼ੋਸ਼ਣ ਦੀ ਪੀੜਤਾ ਔਰਤ ਡਾਕਟਰ ਜੋ ਕਿ ਇਨਸਾਫ ਦੀ ਮੰਗ ਨੂੰ ਲੈ ਕੇ ਜਿੰਸੀ ਜਵਰ ਵਿਰੋਧੀ ਐਕਸ਼ਨ ਕਮੇਟੀ ਦੀ ਅਗਵਾਈ ਚ ਡੀਸੀ ਦਫ਼ਤਰ ਸਾਹਮਣੇ ਪਿਛਲੇ 1 ਮਹੀਨੇ ਤੋਂ ਧਰਨੇ ਤੇ ਬੈਠੀ ਹੋਈ ਸੀ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਗੁਰਦਾਸਪੁਰ ਦੇ ਬਹੁ ਚਰਚਿਤ ਤੇ ਸਾਬਕਾ ਕਾਲੀ ਸਰਪੰਚ ਦੇ ਕਤਲ ਮਾਮਲੇ 'ਚ ਵਰਤੇ ਗਏ ਇਥਿਆਰ ਨੂੰ ਅੱਜ ਬਟਾਲਾ ਪੁਲਿਸ ਵੱਲੋਂ ਇੱਕ ਨਾਲੇ ਵਿੱਚੋਂ ਬਰਾਮਦ ਕਰ ਲਿਆ ਗਿਆ ਹੈ ਉਧਰ ਬਟਾਲਾ ਪੁਲਿਸ ਵੱਲੋਂ ਜੇ ਨਾਲਾ ਦੇ ਨੇੜਲੇ ਪਿੰਡ ਵਿੱਚੋਂ ਇੱਕ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇਲਗਾਨਾ ਦੀ ਰਾਜਧਾਨੀ ਹైదరాబాద్ ਚ ਮੈਲਾ ਵੈਟਰਨਰੀ ਡਾਕਟਰ ਨਾਲ ਸਮੂਹਿਕ ਜ਼ਬਰਜਨਾਹ ਤੇ ਫਿਰ ਸਾੜ ਕੇ ਮਾਰਨ ਦੇ ਮਾਮਲੇ ਵਿੱਚ ਚਾਰੇ ਦੋਸ਼ੀ ਅੱਜ ਸਵੇਰੇ ਇਨਕਾਊਂਟਰ ਵਿੱਚ ਮਾਰ ਦਿੱਤੇ ਗਏ ਨੇ ਤੇਲਗਾਨਾ ਪੁਲਿਸ ਨੇ ਇਨਕਾਊਂਟਰ ਦੀ ਪੂਰੀ ਕਹਾਣੀ ਦੱਸਦਿਆਂ ਕਿਹਾ ਕਿ ਪੀਲਿਸ ਨੇ ਦੋਸ਼ੀਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਸਰੈਂਡਰ ਕਰਨ ਲਈ ਕਿਹਾ ਪਰੰਤੂ ਉਹਨਾਂ ਨੇ ਫਾਇਰਿੰਗ ਜਾਰੀ ਰੱਖੀ ਇਹ ਕਾਰਨ ਰਿਹਾ ਕਿ ਪੁਲਿਸ ਨੂੰ ਜਵਾਬੀ ਕਾਰਵਾਈ ਕਰਨੀ ਪਈ ਇਸੇ ਤਰ੍ਹਾਂ ਮਾਰੇਗੇ ਇਸੇ ਤਰ੍ਹਾਂ ਦੋਸ਼ੀ ਮਾਰੇਗੇ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਦੀ ਇਹ ਕੱਲ ਸਾਹਮਣੇ ਨਹੀਂ ਆ ਰਹੀ ਕਿ ਪੁਲਿਸ ਦੀ ਪਹਿਲਾਂ ਹੀ ਹਸਸ ਦੇ ਵਿੱਚ ਇਹ ਚਾਰੇ ਦੋਸ਼ੀ ਸਨ ਸੀਨ ਰੀਕ੍ਰੀਏਟ ਕਰਨ ਦੇ ਲਈ ਉਹਨਾਂ ਨੂੰ ਉੱਥੇ ਲਿਜਾਇਆ ਗਿਆ ਸੀ ਇਥਿਆਰ ਉਹਨਾਂ ਕੋਲ ਕਿਵੇਂ ਆਏ ਇਹਦੇ ਬਾਰੇ ਖੁਲਾਸਾ ਨਹੀਂ ਕੀਤਾ ਵਿਧਾਨ ਸਭਾ ਹਲਕਾ ਟਾਰੀ ਵਿੱਚ ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾ ਪੁਲਿਸ ਸੁਰੱਖਿਆ ਪ੍ਰਬੰਧ ਢੇਠ ਹੋਈਆਂ ਸਮਾਣਾ ਤੋਂ ਖਬਰ ਆ ਰਹੀ ਜਿੱਥੇ ਅਣਪਛਾਤੇ ਲੁਟੇਰਿਆਂ ਨੇ ਗੱਜੂ ਮਾਜਰਾ ਵਿੱਚ ਭਾਰਤੀ ਸਟੇਟ ਬੈਂਕ ਦੇ ਏਟੀਐਮ ਨੂੰ ਤੋੜ ਕੇ ਨਕਦੀ ਚੋਰੀ ਕਰ ਲਈ ਹੈ ਮੁਕਸਰ ਸਾਹਿਬ ਵਿਖੇ ਮਲੂਟ ਬਾਈਪਾਸ ਤੇ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਮੋਟਰਸਾਈਕਲ ਤੇ ਆ ਰਹੇ ਦੋ ਨੌਜਵਾਨਾਂ ਨੂੰ ਕਾਰ ਅੱਗੇ ਲਾ ਕੇ ਰੋਕਿਆ ਗਿਆ ਨਾਲ ਹੀ ਰੁਕੀ ਸਕਾਰਪੀਓ ਗੱਡੀ 'ਚ ਇੱਕ ਨੌਜਵਾਨ ਨੂੰ ਸੁੱਟ ਕੇ ਲੈ ਗਏ ਜਿਸ ਦਾ ਪਤਾ ਚੱਲਦਾ ਹੈ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ ਬੀਤੇ ਦਿਨੀ ਵਿਧਾਇਕ ਹਲਕਾ ਵਿਧਾਇਕ ਧਰਮਕੋਟ ਦੇ ਐਮਐਲਏ ਕਾਕਾ ਲੋਗੜਤੇ ਹੋਏ ਹਮਲੇ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਪੁਲਿਸ ਨੇ ਧਰਨਾ ਦੇਰੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਪਰ ਹੁਣ ਇਸ ਮਾਮਲੇ 'ਚ ਪੁਲਿਸ ਵੱਲੋਂ ਹੋਰ ਬੰਦੇ ਹਿਰਾਸਤ 'ਚ ਲਏ ਗਏ ਨੇ। ਥਾਣਾ ਸਿਟੀ ਸਾਊਥ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੁੱਟ ਇਸੇ ਖਾਂ ਤੋਂ ਹਿਰਾਸਤ 'ਚ ਲਏ ਗਏ 5 ਵਿਅਕਤੀਆਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਇੱਕ ਦਿਨਾਂ ਦਾ ਪੁਲਿਸ ਨੂੰ ਰਿਮਾਂਡ ਦੇ ਦਿੱਤਾ। ਪੰਜਾਬੀ ਗੈਪ ਗਿੱਕੀਵਰੇਵਲ ਨੂੰ ਫਰੋਤੀ ਲਈ ਧੰਕਾਉਣ ਦੇ ਮਾਮਲੇ 'ਚ ਮੋਹੱਲੀ ਪੁਲਿਸ ਵੱਲੋਂ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਹੈ ਜਦ ਕਿ ਗਾਇਕ ਪਰਮੇਸ਼ਰ ਵਰਮਾ ਤੇ ਗੋਲੀ ਚਲਾਉਣ ਦੇ ਮਾਮਲੇ 'ਚ ਬੁੱਢਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ 하나 샤ਕூட் ਜਲੰਧਰ ਦੇ ਹੱਤੀ ਪੁਲਿਸ ਨੇ ਸੀਆਈਏ ਸਟਾਫ ਜਲੰਧਰ ਦੀ ਪੁਲਿਸ ਚਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਪੁਲਿਸ ਨੇ ਇੰਨਾ ਪਾਸੋਂ 1 ਕਿਲੋ ਤੋਂ ਵੱਧ ਹੈਰੋਨ ਬਰਾਮਦ ਕੀਤੀ ਹੈ ਇੱਕ ਦੇਸੀ ਪਿਸਤੌਲ ਚਾਰ ਜਿੰਦਾ ਰਾਉਂਡ ਵੀ ਬਰਾਮਦ ਕੀਤੇ ਨੇ ਹైదరాబాద్ ਐਨਕਾਊਂਟਰ ਤੇ ਹੁਗਲੀ ਤੋਂ ਭਾਜਪਾ ਦੀ ਸੰਸਦ ਮੈਂਬਰ ਲਾਕਿਟ ਚੈਟਰਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁੱਠਭੇੜ ਨੂੰ ਕਾਨੂੰਨੀ ਬਣਾਇਆ ਜਾਣਾ ਚਾਹੀਦਾ ਹੈ ਗੁਰੂ ਹਰਸਾਹਿਤੋਂ ਖਬਰ ਆ ਰਹੀ ਹੈ ਜਿੱਥੇ ਪਿੰਡ ਗੂਲਕਾ ਮੂੜ ਵਿਖੇ ਅੱਜ ਦੋ ਵਿਦਿਆਰਥੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪਿੰਡ ਬਾਜੋਕੋ ਤੋਂ ਪੜ੍ਹਨ ਜਾ ਰਹੇ ਸਨ ਤਾਂ ਗਲਤ ਸਾਈਡ ਤੋਂ ਆਰੀ ਬੱਸ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਸਾਹਸੱਚੇ ਚ ਮੋਟਰਸਾਈਕਲ ਸਵਾਰ ਦੋਨੋਂ ਵਿਦਿਆਰਥੀ ਜ਼ਖਮੀ ਹੋ ਗਏ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਵਿਚਾਰ-ਵਿਮਰਸ਼ ਵੀ ਕਰਾਂਗੇ ਕਿ ਹైదరాబాద్ ਦੇ ਵਿੱਚ ਬਲਾਤਕਾਰ ਰੁਪਈਆਂ ਦੇ ਨਾਲ ਜੋ ਘਟਨਾ ਵਾਪਰੀ ਉਹ ਜਾਇਜ ਸੀ ਜਾਂ ਨਹੀਂ ਕੀ ਇਸ ਇਹ ਇਨਕਾਊਂਟਰ ਸੀ ਜਾਂ ਟੈਕਨੀਕਲੀ ਜਿਵੇਂ ਪੁਲਿਸ ਕਹ ਰਹੀ ਹੈ ਕਿ ਉਹਨਾਂ ਕੋਲ ਹਥਿਆਰ ਸਨ ਉਹਨਾਂ ਨੇ ਅੱਗੇ ਫਾਇਰਿੰਗ ਕੀਤੀ ਜਾਂ ਫਿਰ ਭੱਜ ਜਾਣ ਦੇ ਯਤਨ ਕਾਰਨ ਇਹਨੂੰ ਮਾਰ ਗਿਰਾਉਣਾ ਵੀ ਕਿਹਾ ਜਾਂਦਾ ਜਿਹਨੂੰ ਸ਼ਾਰਟ ਡੈੱਡ ਇਨ ਬਿਡ ਟੂ ਐਸਕੇਪ ਵੀ ਇੰਗਲਿਸ਼ ਦੇ ਵਿੱਚ ਇਹ ਵਰਡ ਯੂਜ਼ ਕੀਤਾ ਜਾਂਦਾ ਸੋ ਇਸ ਦੇ ਬਾਰੇ ਤੁਹਾਡੇ ਨਾਲ ਖੁੱਲ ਕੇ ਚਰਚਾ ਕਰਾਂਗੇ ਹੋਰ ਵੀ ਮਹਿਮਾਨਾਂ ਨਾਲ विचार मेंमर्श करेंगे पहला व्यापार स्नेहेते फिर नवी डबी टीटी 15 चालोंदे जब पेकार मैक्स फोर्स कमन्स आईएसएक्स वॉल्वो मर्सिडीज स्प्रिंटर जेही मोटर होवे तेल हो और ओरिजिनल फिल्टर तक चेंज कराना या आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे हो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश होके परतोगे Manila, Panso Unicheso by Sifer Cheso Sat. Five one nine six two two zero six six zero. QTL, because we care. We ਮੈਂ ਮੁੰਡੇ ਦਾ ਵਿਆਹ ਇੰਜ ਕਰਨਾ ਹੈ ਵੀ ਦੁਨੀਆ ਦੇਖੂ। ਦਾਦਾ ਜੀ ਫਿਰ A1 ਲਗਜ਼ਰੀ ਵੈਡਿੰਗ ਕਾਰ ਦੀ ਬੁਕਿੰਗ ਕਰਵਾਓ। A1 ਲਗਜ਼ਰੀ ਵੈਡਿੰਗ ਕਾਰਸ, ਆਡੀ, BMW, ਜੈਗਵਰ, ਰੇਂਜ ਰੋਵਰ ਬੜੇ ਹੀ ਵਾਜਿਬ ਕੀਮਤਾਂ ਉੱਪਰ ਹਾਇਰ ਕਰ ਸਕਦੇ ਹੋ। ਵਿਆਹ, ਸ਼ਾਦੀ ਟੋੜੀ ਜਾਂ ਕਿਸੇ ਵੀ ਸੈਲੀਬ੍ਰੇਸ਼ਨ ਲਈ ਹਮੇਸ਼ਾ ਯਾਦ ਰੱਖੋ A1 ਲਗਜ਼ਰੀ ਵੈਡਿੰਗ ਕਾਰ। ਅਲੀ ਚੌਂਕ ਫਿਰੋਜ਼ਪੁਰ ਰੋਡ ਲੁਧਿਆਣਾ ਵਧੇਰੇ ਜਾਣਕਾਰੀ ਲਈ ਕਾਲ ਕਰੋ ਕੁਲਵਿੰਦਰ ਪੰਗੂ ਹੋਰਾਂ ਨੂੰ 9872501119 98 725 zero triple one nine. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰੀ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360 652 सिक्स जीरो सिक्स सिक्स ये दो तो लोकेशन तो सेवा प्रदान करते देने सेकेंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ Trucking wale veero tyar Track suno Truck jiddaan da Manual ja automatic Quick Truck Lube Chete ahi aahina Track Truck di badiya service Lay Quick Truck Lube logi T G location bhi Exit 579 from Highway 401 in Napanee Aho ji, koi appointment nahi drive through facility Exit 579 from Highway 401 in Napanee Quick Truck Lube The one-stop shop Five one nine six two two zero six six zero 622 ja 660 dot com. QTL Because we care Big front loop. JB Truck Repair Uba City Certified Cummins Detroit Freightliner Western Star Volvo Caterpillar ate Series 60 engines International ate automatic transmissions 5 saal da freight line dealership da experience a engine truck trailer AC electrical DPF DEF repair karde han transmission rear end brakes oil change kar dende han certified 90 day DOT inspection ate certified annual federal DOT inspection. ਐਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਜ਼ ਲਈ 10% ਡਿਸਕਾਊਂਟ ਹਫਤੇ ਦੇ ਸੱਤੇ ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰਟਰਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਪ੍ਰੋਗਰਾਮ ਸ਼ਾਮਦਾਨ ਦੇ ਵਿੱਚ ਤੁਹਾਡਾ ਮੁਰਤ ਤੋਂ ਸਵਾਗਤ ਹੈ ਢਿੱਲੋ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਢਿੱਲੋ ਸਾਹਿਬ ਭਾਰਤ ਦੇ ਵਿੱਚ ਸਿਟੀਜ਼ਨ ਰਜਿਸਟਰ ਨਾਗਰਿਕਾ ਰਜਿਸਟਰ ਜਿਹੜਾ ਉਹਦੀ ਬੜੀ ਗੱਲ ਚੱਲ ਰਹੀ ਹੈ ਸਾਮ ਤੋਂ ਸ਼ੁਰੂ ਹੋਇਆ West Bengal ਦੇ ਵਿੱਚ ਵੀ ਚਰਚਾ ਹੈ ਇਸ ਦੀ ਪੂਰੀ ਹੁਣ ਕਹਿੰਦੇ ਆ ਕਿ ਅਸੀਂ 2024 ਤੱਕ ਸਾਰੇ ਭਾਰਤ ਦੇ ਵਿੱਚ ਲਾਗੂ ਹੋ ਜਾਏਗਾ ਪਰ ਉਬੈਸੀ ਨੇ ਕਿਹਾ ਕਿ ਭਾਰਤ ਨੂੰ ਇਜ਼ਰਾਈਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕੀ ਇਹ ਬਿਆਨ ਉਸੇ ਸੰਬੰਧ ਦੇ ਵਿੱਚ ਹੈ ਜਾਂ ਕੋਈ ਹੋਰ ਹੈ ਨਹੀਂ ਐਨਆਰਸੀ ਦਾ ਬ੍ਰੂਧ ਪਾ ਮੈ ਉਹ ਐਸੀ ਕਰਦੇ ਆ ਲੇਕਿਨ ਇਹ ਜਿਹੜਾ ਉਹਨਾਂ ਦਾ ਸਵਾਲ ਹੈ ਜੀ ਜਿਹੜਾ ਉਹਨਾਂ ਦਾ ਕਥਨ ਹੈ ਇਹ ਉਦਨਸ ਪਦਤ ਨਹੀਂ ਹੈ ਇਹਦਾ ਇੱਕ ਹੋਰ ਕਾਰਨ ਹੈ ਉਹ ਕਾਰਨ ਹੈ ਕਿ ਪਿਛਲੇ 3-4 ਦਿਨ ਪਹਿਲਾਂ ਕੇਂਦਰੀ ਕੈਬਨਟ ਦੀ ਇੱਕ ਮੀਟਿੰਗ ਹੋਈ ਹੈ ਜੀ ਉਸ ਮੀਟਿੰਗ ਦੇ ਵਿੱਚ ਜਿਹੜਾ ਸਿਟੀਜ਼ਨ ਸੋਧ ਬਿੱਲ ਹੈ ਉਹ ਪਾਸ ਕੀਤਾ ਗਿਆ 2014 ਤੋਂ ਲੈ ਕੇ 19 ਤੱਕ ਜਿਹੜੀ ਪਹਿਲੀ ਸਰਕਾਰ ਰਹੀ ਹੈ ਮੋਦੀ ਸਾਹਿਬ ਦੀ ਜੀ ਉਦੋਂ ਵੀ ਇਹ ਸਿਟੀਜ਼ਨ ਬਿਲ ਕੈਬਨਟ ਨੇ ਪਾਸ ਕੀਤਾ ਸੀ ਸਿਟੀਜ਼ਨ ਆਪਣਾ ਨਾਗਰਿਕਤਾ ਸੋਧ ਬਿਲ ਜੀ ਔਰ ਇਹਨੂੰ ਲੋਕ ਸਭਾ ਦੇ ਵਿੱਚ ਵੀ ਲੈ ਜਾਂਦਾ ਸੀ ਜੀ ਲੋਕ ਸਭਾ ਦੇ ਵਿੱਚੋਂ ਵੀ ਇਹ ਬਿਲ ਪਾਸ ਹੋ ਗਿਆ ਸੀ ਲੇਕਿਨ ਰਾਜ ਸਭਾ ਦੇ ਵਿੱਚ ਇਹ ਬਿਲ ਪ੍ਰਵਾਨ ਨਹੀਂ ਸੀ ਚੜਿਆ ਉੱਥੇ ਫੇਲ ਹੋ ਗਿਆ ਸੀ ਜੀ ਨਤੀਜਾ ਇਹ ਹੋਇਆ ਕਿ ਪਾਰਲੀਮੈਂਟ ਦੀ ਮਿਆਦ ਖਤਮ ਹੋ ਗਈ ਨਵੀਂ ਪਾਰਲੀਮੈਂਟ ਬਣ ਗਈ ਤਾਂ ਆਟੋਮੈਟਿਕਲੀ ਉਹ ਪੁਰਾਣਾ ਬਿੱਲ ਜਿਹੜਾ ਖਤਮ ਹੋ ਗਿਆ ਹੁਣ ਉਹਨੂੰ ਦੁਬਾਰਾ ਫਿਰ ਰੀਨਿਊ ਕੀਤਾ ਹੈ ਜੀ ਉਹਨੂੰ ਕੈਬਨਿਟ ਰਾਹੀਂ ਪਾਸ ਕਰ ਲਿਆ ਔਰ ਮੇਰੇ ਖਿਆਲ ਮੁਤਾਬਕ ਸੋਮਵਾਰ ਨੂੰ ਉਹਨੂੰ ਲੋਕ ਸਭਾ ਵਿੱਚ ਪੇਸ਼ ਕਰ ਦੇਣਗੇ ਲੋਕ ਸਭਾ ਦੇ ਵਿੱਚ ਪ੍ਰਚੰਡ ਬਹੁਮਤ ਹੈ ਭਾਰਤੀ ਜਨਤਾ ਪਾਰਟੀ ਕੋਲੇ ਜੀ ਆਪਣੇ ਕੋਲੇ ਤੇ ਨਾਲ ਐਂਡੀਆ ਦੇ ਪਾਈਵਾਲ ਵੀ ਹੈਗੇ ਆ ਉਹ ਤੋਂ ਬਾਅਦ ਤੋਂ ਪਾਸ ਹੋਈ ਜਣਾ ਉਤ ਬਾਦ ਨੂੰ ਰਾਜ ਸਭਾ ਚ ਲੈ ਕੇ ਹੋਗੇ ਸਵਾਲ ਹੈ ਵੀ ਰਾਜ ਸਭਾ ਦੇ ਵਿੱਚ ਪਾਸ ਹੁੰਦਾ ਕਿ ਨਹੀਂ ਹੁੰਦਾ ਜੀ ਇਹਦੇ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਮਿਸਟਰ ਅਬੈਸੀ ਨੇ ਹੂੰ ਹੂੰ ਉਹਨੇ ਕਿਹਾ ਕਿ ਇਹ ਬਿੱਲ ਪਾਸ ਕਰਨ ਦਾ ਮਤਲਬ ਇਹ ਹੈ ਕਿ ਭਾਰਤ ਨੂੰ ਇਸرائیਲ ਵਿੱਚ ਤਬਦੀਲ ਕੀਤਾ ਜਾ ਰਿਹਾ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਆਖਰ ਜਿਹੜੀ ਇਹ ਸੋਧ ਕੀਤੀ ਜਾ ਰਹੀ ਹੈ ਕਾਦੇ ਆਸਤੇ ਕੀਤੀ ਜਾ ਰਹੀ ਹੂੰ ਹੂੰ ਕਨਸਟੀਟਿਊਸ਼ਨ ਦੇ ਵਿੱਚ ਪਹਿਲਾਂ ਹੀ ਇਹ ਪ੍ਰਬੰਧ ਹੈਗਾ ਕਿ ਅਗਰ ਕੋਈ ਬਦੇਸ਼ੀ ਬੰਦਾ ਭਾਰਤੀ ਮੂਲ ਦਾ ਹੋਵੇ ਬਾਹਰ ਚਲਾ ਗਿਆ ਹੋਵੇ ਜੀ ਉਹਦੇ ਕੋਲੇ ਨਾਗਰਿਕਤਾ ਉਧਰਲੀ ਹੋਵੇ ਉਹ ਬੰਦਾ 12 ਸਾਲ ਜਾਂ 11 ਸਾਲ ਭਾਰਤ ਵਿੱਚ ਰਹਿੰਦਾ ਹੈ 11 ਜਾਂ 11 ਸਾਲ ਲਗਾਤਾਰ 11 ਸਾਲ ਉਹ ਭਾਰਤ ਵਿੱਚ ਰਹਿੰਦਾ ਹੈ ਉਸ ਤੋਂ ਬਾਅਦ ਅਪਲਾਈ ਕਰ ਸਕਦਾ ਕਿ ਮੈਨੂੰ ਨਾਗਰਿਕਤਾ ਦੇ ਦਿਓ ਤੈਨੂੰ ਨਾਗਰਿਕਾ ਮਿਲ ਜੰਦੀ ਮਿਲ ਜਾਂਦੀ ਸੀ ਹੁਣ ਉਹਦੇ ਵਿੱਚ ਇਹ ਸੋਧ ਕਰ ਲਈ ਇਹਨਾਂ ਨੇ ਹੂੰ ਹੂੰ ਸੋਧ ਕਰਕੇ ਇਹਨਾਂ ਨੇ ਸਮਾਂ ਸੀਮਾ ਅਧਿਕ ਕਰ ਲਈ ਕਰੀਬ ਕਰੀਬ ਅੱਛਾ ਹੈ ਕਿ 11 ਸਾਲਾਂ ਦੀ بجائے ਅਗਰ ਕੋਈ 6 ਸਾਲ ਰਹਿੰਦਾ ਤਾਂ ਉਹ ਵੀ ਇੱਥੇ ਨਾਗਰਿਕਤਾ ਲੈਣ ਦਾ ਹੱਕ ਹੱਕਦਾਰ ਹੈ ਪਰ ਉਹਦੇ ਵਿੱਚ ਇੱਕ ਬਹੁਤ ਵੱਡੀ ਗੜਬੜ ਕਰਦੀ ਉਹ ਗੜਬੜ ਕੀ ਹੈ ਹੂੰ ਹੂੰ ਕਿ ਇਹ ਨਾਗਰਿਕ ਇੱਕ ਤੱਕ ਕੌਣ ਲੈ ਸਕਣਗੇ ਜੀ ਇਹਨਾਂ ਨੇ ਸ਼ਬਦ ਉਹਦੇ ਵਿੱਚ ਇਸਤੇਮਾਲ ਕੀਤਾ ਜੀ Hindu Sikh Jaini Bodhi Isai te Parsi ਮ ਉਸਲਾਮ ਨੇ ਛੇ ਭਾਈਚਾਰਿਆਂ ਨੂੰ ਮੁਸਲਮਾਨਾਂ ਦੇ ਛੇ ਕੀ ਮੁਸਲਮਾਨ ਜਿਹੜੇ ਹੈਗੇ ਆ ਉਹ ਭਾਰਤੀ ਨਹੀਂ ਭਾਰਤੀ ਜਿਹੜੇ ਭਾਰਤ ਵਿੱਚ ਰਹਿੰਦੇ ਉਹਨਾਂ ਨੂੰ ਹੱਕ ਕਿਉਂ ਨਹੀਂ ਇਹ ਅਬੈਸੀ ਦਾ ਕਹਿਣਾ ਕਿ ਭਾਰਤੀ ਕਨਸਟਿਚਿਊਸ਼ਨ ਦੀ ਬਹੁਤ ਵੱਡੀ ਉਲੰਘਣਾ ਹੈ ਜੀ ਕਿਉਂਕਿ ਕਨਸਟਿਚਿਊਸ਼ਨ ਦੀ ਆਰਟੀਕਲ ਜਿਹੜੀ 13 ਤੇ 14 ਹ ਹ ਉਹ ਸਭ ਨੂੰ ਬਰਾਬਰਤਾ ਦੇ ਹੱਕ ਦਿੰਦੀ ਹੈ ਦਿੰਦੀ ਹੈ ਜੇ ਵਾਕੀ ਛੇ ਭਾਈਚਾਰਿਆਂ ਨੂੰ ਹੱਕ ਹੈ ਤਾਂ ਮੁਸਲਮਾਨਾਂ ਨੂੰ ਕਿਉਂ ਨਹੀਂ ਜੀ ਕੀ ਮੁਸਲਮਾਨ ਜਿਹੜੇ ਹੈਗੇ ਇਸ ਦੇਸ਼ ਦੇ ਵਿੱਚ ਰਹਿੰਦੇ ਨੇ ਦੂਜਾ ਦੇਖੀਏ ਦੂਜਾ ਵੱਡਾ ਭਾਈਚਾਰਾ ਘਟਕਿੰਤੀਆਂ ਦੇ ਵਿੱਚੋਂ ਦੇਖੀਏ ਤਾਂ ਆਪਾਂ ਸਭ ਤੋਂ ਵੱਡੀ ਘਟਕਿੰਤੀ ਹੈ ਹੂੰ ਹੂੰ ਉਹ ਇੱਥੇ ਰਹਿੰਦੇ ਉਹਨਾਂ ਨੂੰ ਫਿਰ ਇਹਦੇ ਚੋਂ ਪਾਸੇ ਕਿਉਂ ਕੱਢਿਆ ਜਾ ਰਿਹਾ ਕਾਰਨ ਤਾਂ ਕੀ ਹੈ ਐਸ ਵੇਲੇ ਤੁਹਾਨੂੰ ਪਤਾ ਵੀ ਮੁਲਕ ਦੇ ਵਿੱਚ ਬਹੁਤ ਅਨਾਰਕੀ ਫੈਲੀ ਹੋਈ ਬੁਰੀ ਤਰ੍ਹਾਂ ਆਰਥਿਕ ਤੌਰ ਦੇ ਉੱਤੇ ਅਸੀਂ ਬਹੁਤ ਬੁਰੀ ਤਰ੍ਹਾਂ ਥੱਲੇ ਨੂੰ ਜਾ ਰਹੇ ਹਾਂ 4.5 ਜੀ ਡੀਪੀ ਆ ਗਈ ਹੈ ਜੀ ਅਰ ਇਹਦੇ ਤੇ ਅਰਬਿੰਦ ਸੁ브ਰਾਮਨੀਅਮ ਨੇ ਜਿਹੜੀ ਗੱਲ ਕਹੀ ਸੀ ਕਿ ਪੈਮਾਨਾ ਚੇਂਜ ਕਰਦਾ ਹੈ ਉਸ ਪੈਮਾਨੇ ਨੂੰ ਜੇ ਅਸੀਂ ਦੇਖੀ ਤਾਂ ਕਹਿੰਦੇ 2.5% ਕੱਢ ਲੋ ਇਹ ਚੋਂ ਜੀ 2.5% ਦੀ ਕੱਢ ਲੋ ਤਾਂ ਫੇਰ ਕਿੰਨਾ ਰਹਿ ਗਿਆ ਸਿਰਫ 2% 2% ਦੇ ਅਰ ਇਹੀ ਗੱਲ ਕੱਲ ਪੀਚ ਦੰਬਰਮ ਨੇ ਜਦੋਂ ਪਹਿਲੀ ਵਾਰੀ ਪ੍ਰੈਸ ਕਾਨਫਰੰਸ ਕੀਤੀ ਜੀ ਪਰसों ਸ਼ਾਮ ਨੂੰ ਪੀਚ ਦੰਬਰਮ ਜੇਲ੍ਹ ਚੋਂ ਨਿਕਲਦਾ ਹੈ ਉਹ ਨਿਕਲਦਾ ਲਗਭਗ 8 ਵਜੇ ਤੇ 10 ਮਿੰਟਾਂ 'ਚ 8:10 ਦੇ ਬਾਅਦ ਉਹਨੇ ਆਪਣੇ ਘਰ ਰਾਤ ਵੀ ਕੱਟੀ ਆਪਣੀ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਨੂੰ ਮਿਲ ਵੀ ਲਿਆ ਦਿਨ ਚੜ੍ਹਦੇ ਨੂੰ ਪਾਰਲੀਮੈਂਟ ਜਾਂਦਾ ਹੈ ਜੀ ਕਿਉਂਕਿ ਉਹ ਰਾਜ ਸਭਾ ਦਾ ਮੈਂਬਰ ਹੈ ਉੱਥੇ ਜਾ ਕੇ ਆਪਣੀ ਹਾਜ਼ਰੀ ਲਾਉਂਦਾ ਕਿ ਮੈਂ ਆ ਗਿਆ ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਦੇ ਹੈੱਡਕੁਆਰਟਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਾ ਹੈ ਅਰੇ ਆ ਹੁੰਦੇ ਅਨਸਾਰ ਉਹਨੇ ਗੱਲ ਕਹਿਤੀ ਸੀ ਕਿ ਮੇਰੀ ਜ਼ੁਬਾਨ ਨੂੰ ਦਬਾਇਆ ਨਹੀਂ ਜਾ ਸਕਦਾ ਪਰ ਜਿਵੇਂ ਉਹਨੇ ਕੱਲ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਆਰਥਿਕ ਅੰਕੜੇ ਪੇਸ਼ ਕੀਤੇ ਜੀ ਉਹ ਆਰਥ ਕਾਂਕੜੇ ਤੋਂ ਪਹਿਲਾਂ ਕਾਂਗਰਸ ਦਾ ਲੀਡਰ ਕੋਈ ਪੇਚ ਨਹੀਂ ਕਰ ਸਕੇ ਹੂੰ ਹੂੰ ਕਾਂਗਰਸ ਦੇ ਲੀਡਰ ਪਾਰਲੀਮੈਂਟ ਦੇ ਵਿੱਚ ਜਰੂਰ ਬੂਹ ਪਾਇਆ ਕਰੀ ਜਾਂਦੇ ਜੀ ਜੀ ਲੇਕਿਨ ਲੌਜਿਕ ਦੇ ਨਾਲ ਤਰਕ ਦੇ ਨਾਲ ਦੇਸ਼ ਵਾਸੀਆਂ ਨੂੰ ਸਮਝਾ ਸਕਦਾ ਹੋਵੇ ਜਿਵੇਂ ਚਿਤੰਬਰ ਨੇ ਸਮਝਾਇਆ ਕਿਸੇ ਨੇ ਸਮਝਾਇਆ ਨਹੀਂ ਹੂੰ ਹੂੰ ਉਹਨੇ ਵੀ ਉਹੀ ਅਰਵਿੰਦ ਸੁਬਰਾਮਣੀਅ ਮਲੀ ਗੱਲ ਕਹੀ ਹੈ ਕਿ ਜੇ ਸੁਬਰਾਮਣੀ ਵਾਲਾ ਪੈਮਾਨਾ ਜਿਹੜਾ ਉਹ ਠੀਕ ਹੈ ਜੀ ਕਹਿੰਦੇ ਨੇ ਨੀ ਚੇਂਜ ਕਰਤਾ ਸਾਰਾ ਸਿਸਟਮ ਯੂਪੀਏ ਵੇਲੇ ਜਿਹੜਾ ਹੈਗਾ ਉਹ ਟਾਈਫੀਸ ਦੀ ਘੱਟ ਸੀ ਆਬਦ ਸੀ ਇਹਨਾਂ ਨੇ ਉਹਨੂੰ ਘੱਟ ਸੀ ਇਹਨਾਂ ਨੇ ਉਹਨੂੰ ਵਧਾ ਵਧਾਤਾ ਵਧਾ ਕਿਉਂਕਿ ਇਹ ਅੰਕੜੇ ਤਾਂ ਸਾਰੀ ਗੜਬੜ ਕਰਤੀ ਹੈ ਜੋ ਇਹ ਹਾਲਤ ਦਿਖਾਉਂਦੇ ਹੈ ਦੇਸ਼ ਦੀ ਅਸਲ ਦੇ ਵਿੱਚ ਹਾਲਤ ਉਹ ਨਹੀਂ ਹਾਲਤ ਉਹ ਕਿਤੇ ਵਿਗੜੀ ਹੋਈ ਹੈ ਸੋ ਲੋਕਾਂ ਦਾ ਧਿਆਨ ਡਾਇਵਰਟ ਕਰਨ ਵਾਸਤੇ ਉਹਨੇ ਕਿ ਨਾ ਐਨ ਆਰ ਸੀ ਵਾਲਾ ਵੀ ਕੱਢ ਲੈ ਕੇ 2024 ਤੱਕ ਅਸੀਂ ਉਹ ਕਰ ਦਿਆਂਗੇ ਜਿਹੜੀ ਨਾਗਰਿਕਤਾ ਸੋਧ ਬਿੱਲ ਹੈ ਉਹ ਵੀ ਲੈ ਜਾਂਦਾ ਉਹਦੇ ਵਿੱਚ ਦਿਖਾ ਦਿੰਦਾ ਹੈ ਵੱਡੇ ਭਾਈਚਾਰੇ ਨੂੰ ਹਿੰਦੂ ਭਾਈਚਾਰੇ ਨੂੰ ਕਿਹਾ ਦੇਖੋ ਜੀ ਅਸੀਂ ਮੁਸਲਮਾਨਾਂ ਨੂੰ ਖੇਡ ਦਿੱਤਾ ਤੇ ਫਿਰ ਜੀ ਉਬੈਸੀ ਇਹ ਗੱਲ ਕਹਿੰਦਾ ਹੈ ਕਿ ਭਾਰਤ ਨੂੰ ਇਸਰਾਇਲ ਬਣਾਇਆ ਜਾ ਰਿਹਾ ਉਹ ਹਕੀਕਤ ਹੈ ਜੀ ਉਹ ਠੀਕ ਹੈ ਮੈਂ ਉਹਨਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਇਸਰਾਇਲ ਵਾਲਾ ਮਾਮਲਾ ਕੀ ਹੈ ਹੂੰ ਹੂੰ ਇਸਰਾਇਲ ਤਾਂ ਮਗਰੋਂ ਹੂੰ ਚਾਹੁੰਦਾ ਨਾ ਜੀ ਜੀ ਪਹਿਲਾਂ ਤਾਂ ਅਸਲ ਦੇ ਵਿੱਚ ਉੱਥੇ ਫਲਸਤੀਨ ਸੀ ਫਲਸਤੀਨ ਸੀਗਾ ਫਲਸਤੀਨ ਦੀ ਥਾਂ ਦੇ ਉੱਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਯਹੂਦੀ ਭਾਈਚਾਰਾ ਬੈਠਿਆ ਸੀ ਉਹਨਾਂ ਨੂੰ ਇਕੱਠੇ ਹੋ ਕੇ ਉੱਥੇ ਲਿਆਤਾ ਅਸੀਂ ਇਸ ਗੱਲ ਦੇ ਖਿਲਾਫ ਨਹੀਂ ਇਸ ਗੱਲ ਦੇ ਬਿਲਕੁਲ ਖਿਲਾਫ ਨਹੀਂ ਕਿ ਜਹੂਦੀਆਂ ਨੂੰ ਉਹਨਾਂ ਦਾ ਦੇਸ਼ ਨਹੀਂ ਮਿਲਣਾ ਚਾਹੀਦਾ ਜਰੂਰ ਮਿਲਣਾ ਚਾਹੀਦਾ ਸਿ ਬਿਲਕੁਲ ਵਿਚਾਰੇ ਟਪਰੀ ਬਾਸ ਬਣ ਕੇ ਦੂਜੇ ਥਾਂਾਂ ਤੇ ਫਿਰਦੇ ਲੇਕਿਨ ਕਿਸੇ ਹੋਰ ਨੂੰ ਘਰੋਂ ਕੱਢ ਕੇ ਉਹਦੇ ਘਰ ਦੇ ਵਿੱਚ ਤੁਸੀਂ ਕਿਸੇ ਸ਼ਰਤਾਰਥੀ ਨੂੰ ਵਸਾਓ ਉਹ ਮਾੜੀ ਗੱਲ ਹੈ ਉਹ ਮਾੜੀ ਹੈ ਔਰ ਉਹ ਜਿਹੜਾ ਸੇ ਦਾ ਟਕੜਾ ਗੱਡੇ ਗਿਆ ਉਦੋਂ ਦੀ ਲੜਾਈ ਚੱਲਦੀ ਹੈ ਜਹੂਦੀਆਂ ਦੀ ਤੇ ਫਲਸਤੀਨੀਆ ਦੀ ਉਹ ਲੜਾਈ ਨੇ ਹੁਣ ਤੱਕ ਲੱਖਾਂ ਲੋਕਾਂ ਦੀ ਜਾਨ ਲੈ ਲਈ ਤੇ ਅਜੇ ਤੱਕ ਵੀ ਅਮਨ ਨਹੀਂ ਮਨ ਹੋ ਹੀ ਨਹੀਂ ਸਕਦਾ ਜੀ ਜੀ ਕਿਉਂਕਿ ਜੇ ਤੁਹਾਡੇ ਘਰ ਦੇ ਵਿੱਚ ਮੈਂ ਜਬਰੀ ਜਾਂ ਮੈਨੂੰ ਕੋਈ ਜਬਰੀ ਬਾੜੂਗਾ ਤਾਂ ਤੁਸੀਂ ਕਿਵੇਂ ਬਰਦਾਸ਼ਤ ਕਰਦੇ ਮੈਂ ਬਰਦਾਸ਼ਤ ਨਹੀਂ ਕਰਦੇ ਉਹ ਜਿੰਨੀ ਵੀ ਰਜਿਸਟੈਂਸ ਹੁੰਨਾ ਚਾਹੁੰਦੀ ਉਹ ਕਰਨਗੇ ਸੋ ਇਹੀ ਗੱਲ ਮਿਸਟਰ ਅਬੈਸੀ ਨੇ ਕਹੀ ਹੈ ਉਹ ਕਹਿੰਦਾ ਵੀ ਇਹ ਤਾਂ ਇੱਕ ਸਾਡੇ ਨਾਲ ਬਹੁਤ ਵੱਡਾ ਧਰੋਹ ਹੋ ਕੁ ਮੈ ਜਾ ਰਿਹਾ ਹੈ ਬੇ ਇਨਸਾਫੀ ਕੀਤੀ ਜਾ ਰਹੀ ਹੈ ਔਰ ਇਸ ਸੰਵਿਧਾਨ ਦੀ ਮੂਲ ਭਾਵਨਾ ਦੀ ਉਲੰਘਣਾ ਹੈ ਜੀ ਸੰਵਿਧਾਨ ਦੇ ਵਿੱਚ ਜੋ ਕੁਝ ਲਿਖਿਆ ਉਹਦੀ ਵਿਰੋਧਤਾ ਹੈ ਹੂੰ ਇਹਦਾ ਮਤਲਬ ਇਹ ਹੈ ਕਿ ਹੁਣ ਦੇਸ਼ ਸੰਵਿਧਾਨ ਮੁਤਾਬਕ ਨਹੀਂ ਚੱਲ ਰਿਹਾ ਜੀ ਦੇਸ਼ ਠੱਕੇ ਨਾਲ ਚਲਾ ਰਿਹਾ ਜੇ ਪਾਰਲੀਮੈਂਟ ਦੇ ਵਿੱਚ ਬਹੁਤ ਸੰਮਤੀ ਹੈ ਤਾਂ ਬਹੁਤ ਸੰਮਤੀ ਦੇ ਲਿਹਾਜ਼ ਦੇ ਨਾਲ ਕਹਿੰਦੇ ਕਾਨੂੰਨ ਪਾਸ ਕਰਵਾ ਲਾਂ ਜੀ ਹੂੰ ਹੂੰ ਪਰ ਉਹ ਵੈਸੇ ਹੀ ਹੋਣਾ ਨਹੀਂ ਹੋਰ ਗੱਲ ਕਹੀ ਹੈ ਕਿ ਜੇ ਨਾ ਸੁਧਰੀ ਗੱਲ ਤਾਂ ਫਿਰ ਅਸੀਂ ਪਾਰਲੀਮੈਂਟ ਦਾ ਜਿਹੜਾ ਕੋਈ ਇਹ ਡਿਸੀਜਨ ਹੋਊਗਾ ਉਹਨੂੰ ਅਸੀਂ ਚੁਣੌਤੀ ਦੇਵਾਂਗੇ ਜੀ ਸੁਪਰੀਮ ਕੋਰਟ ਦੇ ਵਿੱਚ ਕਿ ਇਹ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਖਿਲਾਫ ਹੈ ਪਰ ਉਹ ਤੋਂ ਪਹਿਲਾਂ ਉਹ ਕਹਿੰਦਾ ਸੀ ਤੇ ਟਟ ਕੇ ਵਿਰੋਧ ਕਰਾ ਗਏ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਰਾਜ ਸਭਾ ਚੋਂ ਪਾਸ ਹੋ ਜੂ ਜੀ ਪਿਛਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕਾਫੀ ਇਹਦੇ ਤੇ ਕੰਮ ਕੀਤਾ ਹੈ ਹੂੰ ਦੂਜੀਆਂ ਪਾਰਟੀ ਦੇ ਪਾਰਟੀਆਂ ਦੇ ਰਾਜ ਸਭਾ ਦੇ ਮੈਂਬਰ ਤੋੜ ਕੇ ਆਪਦੇ ਸ਼ਾਮਲ ਕਰਵਾਏ ਔਰ ਉਹਨਾਂ ਨੂੰ ਫਿਰ ਦੁਬਾਰਾ ਅਸਤੀਫੇ ਦਵਾ ਕੇ ਜਿਤਾ ਕੇ ਲਿਆਂਦਾ ਜੀ ਜਿਤਾ ਕੇ ਲੈ ਕੇ ਆਪਦੀ ਸਟਰੈਂਥ ਪੂਰੀ ਕਰਦੇ ਜਾ ਰਹੇ ਲੇਕਿਨ ਇਹਦੇ باوجود ਵੀ ਅਜੇ ਤੱਕ ਇਹ ਖਦਸ਼ਾ ਕਿ ਇਹ ਬਿਲ ਪਾਸ ਹੁੰਦਾ ਕਿ ਨਹੀਂ ਹੁੰਦਾ ਜੀ ਕਿਉਂਕਿ ਨਾਰਥ-ਈਸਟ ਵਾਲੇ ਲੋਕ ਹੈ ਜਿਹੜੇ ਉਥੋਂ ਦੀਆਂ ਜਿਹੜੀਆਂ ਰੀਜਨਲ ਪਾਰਟੀਆਂ ਉਹ ਇਹਦਾ ਵਿਰੋਧ ਕਰਦੀਆਂ ਕਰਦੀਆਂ। ਉਹਨਾਂ ਨੇ ਦਾ ਵਿਰੋਧ ਕਰਨਾ ਉਹ ਵੋਟਾਂ ਖਿਲਾਫ ਹੋਣਗੇ। ਹੁਣ ਜਿਹੜੀ ਖਬਰ ਆ ਰਹੀ ਹੈ ਉਰਦੂ ਉਰਦੀ ਹੂੰ ਹੂੰ ਉਹਦੇ ਮੁਤਾਬਕ ਇਹ ਹੈ ਕਿ ਜਿਹੜੀ ਜੀਡੀਯੂ ਹੈ ਜੀ ਨਤੀਸ਼ ਕੁਮਾਰ ਵਾਲੀ ਬਿਹਾਰ ਦੇ ਵਿੱਚੋਂ ਪਾਵਰ ਦੇ ਵਿੱਚ ਹੈ। ਇਹਨਾਂ ਦੀ ਕੋਲੀਸ਼ਨ ਸਰਕਾਰ ਹੈ ਜੀਡੀਯੂ ਦੇ ਵਿੱਚ ਵੀ ਕੁਸਰ-ਮੁਸਰ ਹੋਣੀ ਸ਼ੁਰੂ ਹੋ ਗਈ ਹੈ। ਜੀ ਕਿ ਆਪਾਂ ਜਿਹੜਾ ਇਹ ਘੱਟ ਗਿਣਤੀ ਵਿਰੋਧੀ ਫੈਸਲੇ ਦੇ ਹਿੱਸੇਦਾਰ ਕਿਉਂ ਬਣ ਗਏ ਕਿਉਂਕਿ ਉਹ ਆਪਣੇ ਆਪ ਨੂੰ ਸੈਕੂਲਰ ਕਹਾ ਹੁੰਦਾ ਜੀ ਪਰ ਇਹ ਫੈਸਲਾ ਤਾਂ ਸੈਕੂਲਰਿਜ਼ਮ ਦੀ ਜਿਹੜੀ ਮੂਲ ਭਾਵਨਾ ਉਹਦੇ ਉਲਟ ਜਾਂਦਾ ਹੈ ਇਸ ਕਰਕੇ ਸੰਭਾਵਨਾ ਇਹ ਬਣਦੀ ਹੈ ਪਰ ਕਿਉਂਕਿ ਜਿਵੇਂ ਆਪਾਂ ਵਿਖੇ ਤੁਹਾਡਾ ਜੰਮੂ ਕਸ਼ਮੀਰ ਵਾਲੇ ਮਾਮਲੇ ਬਿਲਕੁਲ ਜੀ ਜੰਮੂ ਕਸ਼ਮੀਰ ਵਾਲੇ ਮਾਮਲੇ ਚ ਬਾਹਾਂ ਮਰੋੜ ਮਰੋੜ ਕੇ ਵਿਰੋਧੀ ਧਿਰਾਂ ਨੇ ਤੋਂ ਵੀ ਵੋਟਾਂ ਪਾਈਆਂ ਜਿਵੇਂ ਉਹਨੂੰ ਇਹਨਾਂ ਨੇ ਬਹੁਮਤ ਘੱਟ ਗਿਣਤੀ ਨੂੰ ਬਹੁਮਤ ਦੇ ਵਿੱਚ ਤਬਦੀਲ ਕੀਤਾ ਆਪ ਦੀ ਸਿਆਸੀ ਤਾਕਤ ਦੀ ਵਰਤੋਂ ਕਰਕੇ ਹਕੂਮਤ ਦੀ ਤਾਕਤ ਦੀ ਵਰਤੋਂ ਕਰਕੇ ਸੰਭਾਵਨਾ ਇਹ ਵੀ ਹੈ ਕਿ ਉਹ ਤੇ ਕਰ ਲੈਣ ਲੇਕਿਨ ਜਦੋਂ ਇਹ ਮਾਮਲਾ ਸੁਪਰੀਮ ਕੋਰਟ ਚ ਗਿਆ ਤਾਂ ਸੁਪਰੀਮ ਕੋਰਟ ਤੋਂ ਵੀ ਤਾਂ ਫਿਰ ਕਾਨੂੰਨ ਦੇ ਮੁਤਾਬਕ ਜੇ ਫੈਸਲਾ ਹੋਇਆ ਤਾਂ ਮੇਰੇ ਨਹੀਂ ਖਿਆਲ ਮੁਤਾਬਕ ਇਹ ਗੱਲ ਸਿਰੇ ਚੜੂਗੀ ਵੈਸੇ ਉਹ ਵੈਸੀ ਨੇ ਜਿਹੜਾ ਖਾਸਾ ਪ੍ਰਗਟ ਕੀਤਾ ਕਿ ਭਾਰਤ ਨੂੰ ਇਜ਼ਰਾਈਲ ਬਣਾਇਆ ਜਾ ਰਿਹਾ ਹੈ ਬਿਲਕੁਲ ਗੱਲ ਉਸ ਪਾਸੇ ਨੂੰ ਜਾ ਰਹੀ ਹੈ ਜੀ ਬਿਲਕੁਲ ਤੁਹਾਡੀ ਗੱਲ ਤੁਹਾਨੂੰ ਸਭ ਨੂੰ ਕਿਤੇ ਨਾ ਕਿਤੇ ਇਹ ਗੱਲ ਸੱਚੀ ਨਜ਼ਰ ਆਉਂਦੀ ਹੈ ਪਰ ਗੱਲ ਕਰੀਏ ਤਾਂ ਆਪਾਂ ਹైదరాబాద్ ਤੇ ਉਨਾਵ ਦੇ ਬਲਾਤਕਾਰ ਪੀੜਤਾਂ ਦੀ ਗੱਲ ਤਾਜ਼ਾ ਤਰੀਕ ਖਬਰ ਅੱਜ ਤੁਸੀਂ ਸੁਣੀ ਲਈ ਹੈ ਹੂੰ ਹੂੰ ਅਪਡੇਟ ਵੀ ਹੋ ਗਏ ਹੋਗੇ ਕਿ ਕਿਸ ਤਰ੍ਹਾਂ ਬਲਾਤਕਾਰੀਆਂ ਨੂੰ ਪੁਲਿਸ ਨੇ ਇੱਕ ਇਨਕਾਊਂਟਰ ਦੇ ਵਿੱਚ ਹਲਾਕ ਕਰ ਦਿੱਤਾ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਨਾਵ ਦੇ ਵਿੱਚ ਵੀ ਅੱਗ ਦੇ ਹਵਾਲੇ ਕੀਤਾ ਗਿਆ ਬਲਾਤਕਾਰ ਕਰਦੇ ਉਹ ਭਾਵੇਂ ਲੜਕੀ ਹਜੇ ਜਦੋਂ ਜਹਦ ਕਰ ਰਹੀ ਹੈ ਹైదరాబాద్ ਵਾਲੀ ਵਿਚਾਰੀ ਦੁਨੀਆ ਤੋਂ ਰੁਖਸਤ ਹੋ ਗਈ ਸੀ ਬਿਲਕੁਲ ਹਾਈਦਰਾਬਾਦ ਵਾਲੀ ਲੜਕੀ ਜਿਹੜੀ ਉਹ ਡੰਗੜ ਡਾਕਟਰ ਸੀ ਬੈਟਰਨ ਡਾਕਟਰ ਕਹਿੰਦੇ ਆਪਾਂ ਅੰਗਰੇਜ਼ੀ ਦੇ ਵਿੱਚ ਉਹਨੇ ਜਾ ਕੇ ਜਿੱਥੇ ਆਪਣਾ ਸਕੂਟਰ ਖੜਾ ਕੀਤਾ ਸੀ ਆਪਣੇ ਹਸਪੀਟਲ ਦੇ ਵਿੱਚ ਗਈ ਉਹਦਾ ਸਕੂਟਰ ਜਾਣ ਬੁਝ ਕੇ ਇਹਨਾਂ ਜਿਹੜੇ ਦੋਸ਼ੀ ਸੀ ਉਹਨਾਂ ਨੇ ਪੈਂਚਰ ਕੀਤਾ ਔਰ ਬਾਅਦ ਦੇ ਵਿੱਚ ਉਹਦੀ ਮਜਬੂਰੀ ਦਾ ਫਾਇਦਾ ਉਠਾ ਕੇ ਕਿ ਠੀਕ ਕਰਵਾਦਨੇ ਤੇ ਉਸ ਕੁੜੀ ਨੂੰ ਸੁੰਨੇ ਸਾਂਚ ਲੈ ਜਾ ਕੇ ਉਹਨੂੰ ਆਪਣੀ ਹੱਫਸ ਦਾ ਸ਼ਿਕਾਰ ਬਣਾਇਆ ਫਿਰ ਉਹਦਾ ਕਤਲ ਕੀਤਾ ਜਾਂਦਾ ਔਰ ਬਾਅਦ ਦੇ ਵਿੱਚ ਉਹਨੂੰ ਉਹਦੀ ਲਾਸ਼ ਨੂੰ ਸਾੜਿਆ ਜਾਂਦਾ ਜੀ ਕਰੀਬ-ਕਰੀਬ ਇਹੀ ਕੁਛ ਜਿਹੜਾ ਹੈਗਾ ਉਹ ਉਨਾਬ ਦੇ ਵਿੱਚ ਹੋਇਆ ਹੂੰ ਹੂੰ ਉਨਾਬ ਦੀ ਜਿਹੜੀ ਲੜਕੀ ਹੈ ਜਿਹੜੀ ਇਹ ਪੀੜਤ ਲੜਕੀ ਹੈ ਵੀ 26 27 ਵਰ੍ਹੇ ਦੀ ਹੈ ਜੀ ਇਹਦੇ ਨਾਲ ਜਿਹੜਾ ਕੁਕਰਮ ਹੋਇਆ ਉਹ ਉਨਾਬ ਦੇ ਵਿੱਚ ਨਹੀਂ ਸੀ ਹੋਇਆ ਹੂੰ ਹੂੰ ਉਹ ਹੋਇਆ ਸੀ ਬਰੇਲੀ ਬਰੇਲੀਚ ਬਰੇਲੀ ਕੱਲ ਇਹਦੀ ਤਾਰੀਖ ਪੇਸ਼ੀ ਸੀ ਜਿੱਥੇ ਦਾ ਵਿਆਹਣ ਹੋਣਾ ਸੀ ਦੀ ਗਵਾਹੀ ਹੋਣੀ ਸੀ ਜੀ ਇਹਨੇ ਗਵਾਹੀ ਦੇਣ ਵਾਸਤੇ ਬਰੇਲੀ ਨੂੰ ਜਾਣ ਲਈ ਰੇਲ ਫੜਨੀ ਪੈਣੀ ਸੀ रेल पਿੰਡ ਦੇ ਵੀ ਦੀ ਨਹੀਂ ਲੱਗਦੀ ਸਟੇਸ਼ਨ ਤਾਂ ਦੂਰ ਨੇ ਉਸ ਸਟੇਸ਼ਨ ਦੂਰ ਹੈ ਇਹ ਲੜਕੀ ਸਵੇਰੇ ਤਿਆਰ ਹੋ ਕੇ ਆਪਣੇ ਘਰੋਂ ਤੇ ਸਟੇਸ਼ਨ ਨੂੰ ਜਾ ਰਹੀ ਹੈ ਜੀ ਰਸਤੇ ਦੇ ਵਿੱਚ ਕੁਝ ਲੋਕ ਇਹਨੂੰ ਘੇਰਦੇ ਆ ਜਿਹਦੇ ਵਿੱਚ ਦੋ ਬੰਦੇ ਉਹ ਹੈ ਹੂੰ ਜਿਨ੍ਹਾਂ ਨੇ ਇਹਨੂੰ ਰੇਪ ਕੀਤਾ ਸੀ ਔਰ ਉਹਨਾਂ ਦੀ ਜ਼ਮਾਨਤ ਹੋ ਗਈ ਸੀ ਜੀ ਇੱਕਦਮ ਪਹਿਲਾਂ ਇਹਦੇ ਡੰਡਾ ਮਾਰਦੇ ਆ ਇਹ ਕੁੜੀ ਪਮਥਰੀ ਜਾਂਦੀ ਹੈ ਫਿਰ ਨਾਲ ਦੀ ਨਾਲ ਹੀ ਇੱਕ ਚਾਕੂ ਦੇ ਨਾਲ ਇਹਦੀ ਗਰਦਨ ਦੇ ਉੱਤੇ ਬਾਹਰ ਕੀਤਾ ਜਾਂਦਾ ਜੀ ਉਹ ਬਾੜ ਵੀ ਇਹਦੇ ਅਸਤੇ ਘਾਤਕ ਨਹੀਂ ਹੋਇਆ ਬਚ ਗਈ ਹੂੰ ਹੂੰ ਤੇ ਉਹ ਤੋਂ ਬਾਅਦ ਇਹਦੇ ਉੱਤੇ ਮਿੱਟੀ ਦਾ ਤੇਲ ਛਿੜਕਾਇਆ ਜਾਂਦਾ ਤੇ ਫਿਰ ਇਹਨੂੰ ਅੱਗ ਲਾਈ ਜਾਂਦੀ ਜੀ ਹੁਣ ਤੁਸੀਂ ਦੇਖੋ ਕਿ ਦਰਦਨਾਕ ਸਥਿਤੀ ਕਿੰਨੀ ਹਾਲਤ ਕਿੰਨੀ ਦਰਦਨਾਕ ਸੀ ਕਿ ਇਹ ਕੁੜੀ 1 ਕਿਲੋਮੀਟਰ ਭੱਜੀ ਜਾਂਦੀ ਹੈ ਅੱਗ ਲੱਗੀ ਅੱਗ ਲੱਗੀ ਤਾਂ 1 ਕਿਲੋਮੀਟਰ ਭੱਜ ਰਹੀ ਹੈ ਤੇ ਲੋਕਾਂ ਨੇ ਇਹ ਸਮਝ ਲਿਆ ਕਿ ਡੈਨ ਜਾ ਰਹੀ ਹੈ ਡੈਨ ਜਾ ਰਹੀ ਹੈ ਜਿਹੜੀ ਮਦਦ ਕਰਨ ਦੀ ਬਜਾਏ ਸਾਡੀ ਜਿਹੜੀ ਅਗਿਆਨਤਾ ਹੈ ਸਾਡਾ ਪਛੜਿਆ ਪਾਣਾ ਸਾਡਾ ਅੰਧਵਿਸ਼ਵਾਸ ਆ ਉਹ ਕਿਧਰ ਨੂੰ ਲੈ ਕੇ ਜਾਂਦਾ ਹੈ ਕਾਸ਼ ਜੇ ਕਿਤੇ ਉਹ ਉਹਦੇ ਦੇ ਲੱਗਦੇ ਕਿ ਲੜਕੀ ਨੂੰ ਅੱਗ ਵੀ ਲਾਈ ਹੋ ਸਕਦੀ ਹੈ ਤੇ ਇਹਦੀ ਅੱਗ ਵਗੈਰਾ ਬੁਝਾ ਦਿੰਦੇ ਤੇ ਹਾਲਤ ਇਹ ਨਾ ਬਣਦੀ ਉਹ ਲੜਕੀ ਨੂੰ ਚੱਕਿਆ ਪਹਿਲਾਂ ਸਥਾਨਕ ਹਸਪਤਲ ਭੇਜਿਆ ਗਿਆ ਫਿਰ ਉਹਨੂੰ ਲਖਨਊ ਭੇਜਿਆ ਗਿਆ ਸ਼ਾਮ ਨੂੰ ਉਹਨੂੰ 에어 ਲਿਫਟ ਕਰਕੇ 에어 ਐਮਬੂਲੈਂਸ ਦੇ ਜ਼ਰੀਏ ਦਿੱਲੀ ਭੇਜਿਆ ਗਿਆ ਜੀ ਔਰ ਦਿੱਲੀ ਤੋਂ ਫਿਰ ਉਹਨੂੰ ਰਾਮਨੌਰ ਲੂਇਆ ਹਸਪੀਟਲ ਲੈ ਕੇ ਜਾਂਦਾ ਗਿਆ ਜੀ ਇਹ ਜਿਹੜਾ ਵਕਫਾ ਹਵਾਏ ਡੇਟੂ ਲੈ ਕੇ ਹਸਪਤਾਲ ਦਾ 10-15 ਕਿਲੋਮੀਟਰ ਹੈ। ਔਰ ਉਸ 10-15 ਕਿਲੋਮੀਟਰ ਦੇ ਵਿੱਚ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋ ਜੇ। ਜੀ। ਕੋਈ ੜਿੱਕਾ ਨਾ ਪੈ ਜੇ, ਕੋਈ ਟ੍ਰੈਫਿਕ ਜਾਮ ਨਾ ਹੋ ਜੇ। ਪੁਲਿਸ ਨੂੰ ਪਹਿਲੇ ਹੀ ਪਤਾ ਲੱਗ ਗਿਆ ਸੀ ਅਲਰਟ ਕਰਤਾ ਸੀ ਪੁਲਿਸ ਨੇ ਉਹ ਜਿਹੜਾ ਰੂਟ ਹੈ ਉਹਨੂੰ ਗ੍ਰੀਨ ਰੂਟ ਡਿclare ਕਰਕੇ ਉੱਥੇ ਸਾਰੀ ਟ੍ਰੈਫਿਕ ਮੀਰਾ ਬੰਦ ਕਰਤੀ ਸੀ। ਲੇਕਿਨ ਜੋ ਖਬਰ ਆਉ ਤੁਹ ਆ ਰਹੀ ਹੈ। ਹਮਮ। ਉਹਨਾਂ ਦੇ ਮੁਤਾਬਕ ਕੁੜੀ ਦੀ ਹਾਲਤ ਅਤਿ ਕ੍ਰਿਟੀਕਲ ਹੈ। ਜੀ। ਐਸ ਵੀਲੇ ਉਹ ਜਿਹੜੇ ਆਈ ਸੀ ਯੂ ਦੇ ਵਿੱਚ ਤੋਂ ਵੀ ਅਗਾਂਹ ਟਰਾਮਾ ਬਾਡ ਚ ਰੱਖੀ ਹੋਈ ਹੈ ਜੀ ਔਰ ਲਾਈਫ ਸੇਵਿੰਗ ਸਿਸਟਮ ਦਿੱਤੀ ਹੈ ਪਹਿਲਾਂ ਸ਼ੁਰੂਦਗੀ ਜਿਹੜਾ ਰਿਪੋਰਟਰ ਸੀ ਉਸੇ ਕੇ 90 ਫੀਸਦੀ ਉਹ ਜਲ ਚੁੱਕੀ ਹੈ ਹਾਂਜੀ ਪਰ ਹੁਣ ਜਿਹੜੀ ਲੇਟੈਸਟ ਇਨਫਰਮੇਸ਼ਨ ਆਈ ਹੈ ਸ਼ਾਮ ਨੂੰ ਉਹਦੇ ਮੁਤਾਬਕ ਉਹਦੀ ਜਿਹੜੀ ਹੈ 95 ਪਰਸੈਂਟ ਵਰਨੀ ਜਰੀਜ਼ ਹੈ ਔਰ ਮੇਰਾ ਖਿਆਲ ਹੁਣ ਉਹ ਸੰਤਪ ਭੋਗਦੀ ਹੈ ਹੁਣ ਤਾਂ ਭੋਗਦੀ ਹੈ ਤਾਂ ਇੱਕੇ ਦਮ ਹੀ ਵੀ ਕਿਉਂਕਿ ਮੈਡੀਕਲ ਸਪੈਸ਼ਲਿਸਟ ਡਾਕਟਰਾਂ ਦੇ ਨਾਲ ਮੈਂ ਅੱਜ ਵੀ ਗੱਲ ਕੀਤੀ ਹੈ ਕਈਆਂ ਨਾਲ ਕਿ ਇਹਦਾ ਕੀ ਹੁੰਦਾ ਹੈ ਉਹਨਾਂ ਦੀ ਇਹ ਸਮਝ ਹੈ ਕਿ ਜਦੋਂ ਕਿਸੇ ਬੰਦੇ ਦੇ ਜਿਸਮ ਦੇ ਉੱਤੇ 60% ਤੋਂ ਜ਼ਿਆਦਾ ਬਰਨ ਇਜਰੀਜ਼ ਹੋ ਜਾਣ ਉਹਦਾ ਬਚਣਾ ਅਸੰਭਵ ਹੈ ਕਾਰਨ ਕੀ ਹੁੰਦਾ ਹੈ ਕਿ ਜਿਹੜੀਆਂ ਸਾਡੇ ਜਿਸਮ ਦੇ ਵਿੱਚੋਂ ਕੁਝ ਜਿਹੜੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਉਹ ਗੈਸਾਂ ਸਾਡੇ ਰੋਮਾਂਰ ਵਿੱਚੋਂ ਨਿਕਲਦੀਆਂ ਜਦੋਂ ਅੱਗ ਲੱਗ ਜਾਂਦੀ ਹੈ ਅੱਗ ਲੱਗਣ ਤੋਂ ਬਾਅਦ ਉਹ ਰੋਮ ਵੀ ਬੰਦ ਬੰਦ ਹੋ ਜਾਂਦੇ ਤਾਂ ਉਹ ਜਿਹੜਾ ਅੰਦਰਲੀ ਜ਼ਹਿਰੀਲੀਆਂ ਗੈਸਾਂ ਉਹ ਇਨਫੈਕਸ਼ਨ ਵਧਾਉਣ ਦਾ ਕਾਰਨ ਬਣਦੀਆਂ ਤੇ ਇਨਫੈਕਸ਼ਨ ਦੀ ਵਜ੍ਹਾ ਕਰਨ ਮੌਤ ਹੁੰਦੀ ਹੈ ਆਮ ਤੌਰ ਤੇ ਜਿਹੜੀ ਇਸ ਕਿਸਮ ਦੀ ਮੌਤ ਹੁੰਦੀ ਹੈ ਬਹੁਤ ਦੁਖਦਾਇਕ ਹੁੰਦੀ ਹੈ ਕਿਉਂਕਿ 24 ਘੰਟੇ ਜਿਹੜਾ ਹੈਗਾ ਉਹਨਾਂ ਜਿਸਮ ਨੇ ਜਲਣਾ ਹੈ ਮੱਚਣਾ ਉਹਦੇ ਵਰਨ ਦਾ ਜਿਹੜੀ ਹੈਗੀ ਹੈ ਬੰਦੇ ਨੂੰ ਫੀਲਿੰਗ ਹੁੰਦੀ ਹੈ ਸੋ ਉਹ ਵਿਚਾਰੀ ਮਤਲਬ ਹੁਣ ਕਿਸਮ ਦੀ ਲਟਕ ਰਹੀ ਹੈ ਜੀ ਬਚਣਾ ਉਹਦਾ ਅਸੰਭਵ ਹੈ ਸ਼ਾਇਦ ਪਤਾ ਨਹੀਂ ਕੀ ਜਿਹੜੀ ਡਾਕਟਰਾਂ ਬੁਲਾ ਆ ਰਹੇ ਹੁਣ ਰਾਮ ਨਰ ਲੁਈਆ ਦਾ ਲੇਟੈਸਟ ਆਇਸੀ ਕਿ ਐਟਿਕ੍ਰਿਟੀਕਲ ਹੈ ਜੀ ਐਟਿਕ੍ਰਿਟੀਕਲ ਹੈ ਤੇ ਪਤਾ ਨਹੀਂ ਅਗਲੇ ਸਮੇਂ ਦੇ ਵਿੱਚ ਕਿਸ ਵੇਲੇ ਕੀ ਵਾਪਰ ਜੇ ਆਪਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਇਹ ਹੋ ਗਿਆ ਨਾਲ ਹੀ ਖਬਰ ਦੂਜੀ ਆ ਗਈ ਕਿ ਅੱਜ ਸਵੇਰੇ ਜਿਹੜਾ ਹੈਗਾ ਜੀ ਤੜਕੇ 3:00 ਵਜੇ ਜੀ ਜਿਹੜੇ ਹైదరాబాద్ ਉਹ ਬੈਟਰਲੀ ਡਾਕਟਰ ਦੇ ਰਿਪਿਸ ਜਿਨ੍ਹਾਂ ਨੇ ਗ੍ਰੇਪ ਕੀਤਾ ਸੀ ਜਿਨ੍ਹਾਂ ਨੇ ਉਹਨੂੰ ਕਤਲ ਕੀਤਾ ਸੀ ਉਹਦੀ ਡੈੱਡ ਬਾਡੀ ਨੂੰ ਜਲਾਇਆ ਸੀ ਉਹਨਾਂ ਬੰਦੇ ਨੂੰ ਕਿਤੇ ਸਵੇਰੇ 3:00 ਵਜੇ ਪੁਲਿਸ ਲੈ ਕੇ ਗਈ ਸੀ ਕਿ ਉਹੀ ਜਿਹੜਾ ਹੈਗਾ ਰੀਕ੍ਰिएशन ਕੀਤੀ ਜਾਵੇ ਰੀਕ੍ਰੀਏਟ ਕਰਕੇ ਸੀਨ ਕੀ ਕਿ ਤੁਸੀਂ ਕਿਵੇਂ ਕਿਵੇਂ ਕਿਤਾ ਪੁਲਿਸ ਦੀ ਥਿਉਰੀ ਇਹ ਹੈ ਕਿ ਦੀ ਉਹਨਾਂ ਨੇ ਸਾਡੇ ਹਥਿਆਰ ਖੋਲੇ ਹੂੰ ਉਹ ਚਾਰ ਬੰਦੇ ਸੀ ਪੁਲਿਸ ਵਾਲੇ ਕਹਿੰਦੇ 10 ਬੰਦੇ ਸੀ ਜੀ ਔਰ ਸਾਡੇ ਤੇ ਉਹਨਾਂ ਨੇ ਫਾਇਰਿੰਗ ਕੀਤੀ ਭਜਿੰਦਾ ਯਤਨ ਕੀਤਾ ਜਦੋਂ ਭਜ ਰਹੇ ਸੀ ਤੇ ਫਿਰ ਫਾਇਰਿੰਗ ਅਸੀਂ ਵੀ ਕਰਤੀ ਉਹ ਮਾਰੇ ਗਏ ਉਹ ਮਾਰੇ ਗਏ ਦੋ ਬੰਦੇ ਕਹਿੰਦੇ ਸਾਡੇ ਵੀ ਜ਼ਖਮੀ ਹੋ ਗਏ ਪਰ ਉਹਨਾਂ ਦੇ ਸੱਟਾਂ ਸਿਰ 'ਚ ਲੱਗੀਆਂ ਉਹ ਸੱਟਾਂ ਹੈ ਕਾ ਦੀਆਂ ਹੂੰ ਕਹਿੰਦੇ ਵੀ ਉਹ ਬੁਲਟ ਇੰਜਰੀ ਨਹੀਂ ਹੈ ਜੀ ਗੋਲੀ ਨਹੀਂ ਬੱਜੀ ਹੋਈ ਪੱਥਰ-ਪੁੱਥਰ ਬੱਜੇ ਵੀ ਇਹ ਗੱਲ ਕਹਿ ਕੇ ਉਹਨੇ ਕਿਹਾ ਜੀ ਮਾਮਲਾ ਠੀਕ ਹੈ ਇਨਕਾਊਂਟਰ ਹੋ ਗਿਆ ਹੁਣ ਇਸ ਮੁੱਦੇ ਨੂੰ ਲੈ ਕੇ ਦੇਸ਼ ਦੇ ਵਿੱਚ ਬਹਿਸ ਜੜੀ ਹੋਈ ਹੈ ਕਿ ਕੀ ਇਹ ਇਨਕਾਊਂਟਰ ਠੀਕ ਹੈ ਜੀ ਇਹ ਗਲਤ ਹੈ ਪਹਿਲਾ ਸਵਾਲ ਤਾਂ ਇਹ ਹੈ ਜਿਹੜਾ ਆਪਣੇ ਜ਼ਿਹਨ ਦੇ ਵਿੱਚ ਵੀ ਉੱਠਦਾ ਹੈ ਹੂੰ ਹੂੰ ਕਿ ਤੜਕੇ 3 ਵਜੇ ਸੀਨ ਰੀਕ੍ਰिएशन ਵਾਸਤੇ ਲੈ ਕੇ ਜਾਣਾ ਕੀ ਕੀ ਲੋਡ ਪੈ ਗਈ ਮਜਬੂਰੀ ਕੀ ਪਈ ਮਜਬੂਰੀ ਕੀ ਸੀ ਆਮ ਤੌਰ ਤੇ ਜਿਹੜਾ ਇਸ ਕਿਸਮ ਦੀ ਸੀਨ ਦੁਬਾਰਾ ਕ੍ਰੀਏਟ ਕਰਵਾਉਣਾ ਹੋਵੇ ਹੂੰ ਹੂੰ ਇਹ ਜਿਹੜੀ ਹੈਗੀ ਹੈ ਡੇ ਲਾਈਟ ਦੇ ਵਿੱਚ ਜਾਂਦੇ ਜੀ ਉਹ ਕਹਿੰਦੇ ਜੀ ਅਸੀਂ ਉਸ 3 ਵਜੇ ਲੈ ਕੇ ਗਏ ਫਿਰ ਸਵਾਲ ਹੈ ਕਿ ਉਹ ਚਾਰ ਬੰਦੇ ਤੇ ਤੁਸੀਂ ਦੱਸੋ ਦੱਸਾਂ ਦੇ ਕੋਲੇ ਹਥਿਆਰ ਵੀ ਹੈ ਹੂੰ ਹੂੰ ਜੇ ਉਹਨਾਂ ਨੇ ਤੁਹਾਡੇ ਹਥਿਆਰ ਪਹਿਲਾਂ ਖੋਲੇ ਤੁਸੀਂ ਕਹਿੰਦੇ ਉਹਨੇ ਫਾਇਰਿੰਗ ਕੀਤੀ ਉਹ ਫਾਇਰਿੰਗ ਤੁਹਾਨੂੰ ਲੱਗੀ ਕਿ ਉਹ ਨਹੀਂ ਕਿਸੇ ਬਿਲਕੁਲ ਜੇ ਤੁਸੀਂ ਉਹਨਾਂ ਨੂੰ ਭੱਜੇ ਜਾਂਦੇ ਨੂੰ ਗੋਲੀਆਂ ਮਾਰਤਾ ਜਦੋਂ ਹਥਿਆਰ ਖੋਹਦੇ ਸੀ ਉਸ ਵੇਲੇ ਵੀ ਉਹਨਾਂ ਨੂੰ ਗੋਲੀਆਂ ਕਿਉਂ ਨਹੀਂ ਮਾਰ ਗਏ ਹੂੰ ਹੂੰ ਸਵਾਲ ਇਹ ਵੀ ਖੜਾ ਹੁੰਦਾ ਹੈ ਇਹਦੇ ਤੇ ਹੁਣ ਸਮਾਜਵਾਦੀ ਪਾਰਟੀ ਦੀ ਰਾਜ ਸਭਾ ਦੀ ਮੈਂਬਰ ਹੈ ਜੀ ਜਯਾ ਬਚਨ ਅਮਤਾਬ ਬਚਨ ਦੀ ਵਾਈਫ ਹੈ ਉਹਨੇ ਪਹਿਲਾਂ ਵੀ ਕਹਿ ਸੀ ਜੀ ਇਹਨਾਂ ਦੀ ਲਿੰਚਿੰਗ ਹੋਣੀ ਚਾਹੀਦੀ ਹੈ ਇਹਨਾਂ ਨੂੰ ਆਮ ਪਬਲਿਕ ਦੇ ਸਪੋਰਟ ਕਰ ਦੇਣਾ ਚਾਹੀਦਾ ਤੇ ਉਹ ਇਹਨਾਂ ਨੂੰ ਕੋਕੋ ਕੇ ਕਤਲ ਕਰੇ ਜੀ ਅੱਜ ਉਹਨੇ ਕਹਿਤਾ ਜੀ ਦੇਰ ਐ ਦੇ ਦਰਸਤਾ ਕਿ ਜੋ ਕੁਝ ਹੋਇਆ ਜੀ ਉਹ ਠੀਕ ਹੋਇਆ ਹਮਮ ਪਰ ਦੂਜੇ ਪਾਸੇ ਇੱਕ ਹੋਰ ਭਾਰਤੀ ਜਨਤਾ ਪਾਰਟੀ ਦੀ ਪਾਰਲੀਮੈਂਟ ਦੀ ਮੈਂਬਰ ਹੈ ਬੜੀ ਪਾਵਰਫੁਲ ਮੈਂਬਰ ਹੈ ਬੜੀ ਵੈਸਟ ਬੰਗਾਲ ਤੋਂ ਨਹੀਂ ਜੀ ਨਹੀਂ ਵੈਸਟ ਬੰਗਾਲ ਤੋਂ ਨਹੀਂ ਮੇਨਕਾ ਗਾਂਧੀ ਮੇਨਕਾ ਗਾਂਧੀ ਅੱਛਾ ਹੈ ਮੇਨਕਾ ਗਾਂਧੀ ਕਹਿੰਦੀ ਵੀ ਜੇ ਹਥਿਆਰ ਚੱਕ ਕੇ ਬੰਦੇ ਮਾਰਨੇ ਹੀ ਐ ਤੇ ਫਿਰ ਇਸ ਸਿਸਟਮ ਤੋਂ ਕਰਾਉਣਾ ਕੀ ਕਰਾਉਣਾ ਕੀ ਇਹ ਵੀ ਗੱਲ ਸਿਆਣੀ ਅਦਾਲਤਾਂ ਬੰਦ ਕਰ ਦਿਓ ਜੇ ਅਦਾਲਤਾਂ ਦਾ ਕੰਮ ਵੀ ਪੁਲਿਸ ਨੇ ਕਰਨਾ ਤਾਂ ਫਿਰ ਸਾਡਾ ਅਦਾਲਤਾਂ ਅਦਾਲਤੀ ਸਿਸਟਮ ਤੁਸੀਂ ਕਰਾਉਣਾ ਹੀ ਕੀ ਹੈ ਹੂੰ ਹੂੰ ਇਸ ਦੇਸ਼ ਦੇ ਵਿੱਚ ਕਾਨੂੰਨ ਦਾ ਰਾਜ ਹੈ ਬਿਲਕੁਲ ਰੇਪਸਟ ਉਹ ਕਹਿੰਦੀ ਵੀ ਉਹਨਾਂ ਨੂੰ ਸਜ਼ਾ ਜਿਹੜੀ ਹੋਣੀ ਹੈ ਕਟੂਕਟ ਮੌਤ ਹੀ ਹੋਣੀ ਸੀ ਜੀ ਪਰ ਕਾਨੂੰਨ ਦੇ ਜਰੀਏ ਉਹ ਕਾਨੂੰਨ ਦੇ ਜਰੀਏ ਮੌਤੀ ਸਜ਼ਾ ਹੋਣੀ ਸੀਗੀ ਪੁਲਿਸ ਨੂੰ ਜਿਹੜਾ ਹੈਗਾ ਇਹ ਕਿਉਂ ਅਧਿਕਾਰ ਦੇ ਦਿੱਤਾ ਗਿਆ ਇੱਕ ਬਹੁਤ ਵੱਡਾ ਸਵਾਲ ਹੈ ਹੁਣ ਅਗਲੀ ਗੱਲ ਇਹ ਆਉਂਦੀ ਹੈ ਕਿ ਇਹਨੂੰ ਗਲੋਰੀਫਾਈ ਵੀ ਕੀਤਾ ਜਾ ਰਿਹਾ ਜੀ ਉੱਥੇ ਕਹਿੰਦੇ ਜੀ ਜਿੱਥੇ ਜਿੱਦਾਂ ਪੁਲਿਸ ਵਾਲਿਆਂ ਨੇ ਇਹ ਇਸ ਅਨਕਾਉਂਟਰ ਨੂੰ ਅੰਜਾਮ ਦਿੱਤਾ ਹੈ ਜੀ ਉਹਨਾਂ ਤੇ ਫੁੱਲ ਮਾਲਾ ਹੋ ਰਹੀ ਹੈ ਫੁੱਲਾਂ ਦੀ ਵਰਖਾ ਹੋ ਰਹੀ ਹੈ ਮਠਾਈਆਂ ਵੰਡੀਆਂ ਬਠਿੰਡੇ ਚ ਮਠਾਈਆਂ ਵੰਡੀਆਂ ਜਾ ਰਹੀਆਂ ਬਠਿੰਡੇ ਚ ਸੂਵੇ ਭੇਟ ਦਿੰਗੇ ਛਤਰਾ ਹੂੰ ਕਿ ਜੀ ਇਹ ਬਹੁਤ ਵਧੀਆ ਕੀਤਾ ਇਹਦਾ ਮਤਲਬ ਹੈ ਕਿ ਇੱਕ ਗਿਨੇ ਮਿੱਥੇ ਤਰੀਕੇ ਦੇ ਨਾਲ ਦੇਸ਼ ਨੂੰ ਭੀਟ ਤੰਤਰ ਵਾਲੇ ਪਾਸੇ ਲਿਜਾਇਆ ਜਾ ਰਿਹਾ ਧੱਕਿਆ ਜਾ ਰਿਹਾ ਅੱਜ ਇਹ ਗੱਲ ਆ ਕਿ ਜੀ ਉਹ ਰੇਪਸਟ ਸੀ ਉਹਨਾਂ ਨੇ ਗੁਨਾਹ ਕੀਤਾ ਤੇ ਬਹੁ ਗਿਣਤੀ ਚਾਹੁੰਦੀ ਹੈ ਲੋਕ ਚਾਹੁੰਦੇ ਹੈ ਪਬਲਿਕ ਸੈਂਟੀਮੈਂਟ ਸਿੱਖ ਨਮਾ ਵਿੱਚੋਂ ਕੱਢ ਲਿਆ ਜੀ ਕਿ ਪਬਲਿਕ ਸੈਂਟੀਮੈਂਟ ਦੇ ਸਾਹਮਣੇ ਕਾਨੂੰਨ ਵੀ ਜਿਹੜੀ ਕੋਈ ਖਾਸ ਗੱਲ ਜੀ ਪਬਲਿਕ ਚਾਹੁੰਦੀ ਹੈ ਮਾਰਦੇ ਤੋਂ ਮਾਰ ਦੇ ਕੱਲ ਨੂੰ ਤਾਂ ਕੱਲ ਪਬਲਿਕ ਇਹ ਗੱਲ ਕਹੂਗੀ ਕਿ ਮੁਸਲਮਾਨਾਂ ਨੂੰ ਮਾਰਦੇ ਤੋਂ ਮਾਰ ਦੇ ਪਬਲਿਕ ਇਹ ਗੱਲ ਕਹੂਗੀ ਕਿ ਇਹ ਬੰਦੇ ਜੈਸ਼ਰੀ RAM ਨਹੀਂ ਕਹਿੰਦੇ ਮਾਰ ਦਿਓ ਇਹ ਬੰਦੇ ਬੰਦੇ ਮਾਤਰਮ ਨਹੀਂ ਕਹਿੰਦੇ ਇਹਨਾਂ ਨੂੰ ਮਾਰ ਦਿਓ ਫਿਰ ਸਾਨੂੰ ਮਾਰ ਦਿਓਗੇ ਇਹ ਦੇਸ਼ ਨੂੰ ਲੈ ਕੇ ਕਿਹੜੇ ਪਾਸੇ ਨੂੰ ਜਾ ਰਿਹਾ ਕੀ ਇਹ ਦੇਸ਼ ਜਿਹੜਾ ਹੈਗਾ ਕਨਸਟੀਟਿਊਸ਼ਨ ਦੇ ਮੁਤਾਬਕ ਚੱਲਦਾ ਹੈ ਜੇ ਇੱਕ ਦੇਸ਼ ਭਾਵਨਾਵਾਂ ਦੇ ਮੁਤਾਬਕ ਚੱਲਦਾ ਉਹ ਤਾਂ ਚੱਲ ਨਹੀਂ ਭਾਵਨਾਵਾਂ ਨਾਲ ਤਾਂ ਕੋਈ ਦੇਸ਼ ਨਹੀਂ ਚੱਲਦਾ ਕਦੇ ਕਦੇ ਦੇਸ਼ ਨਹੀਂ ਚੱਲਦਾ ਕਦੇ ਤਾਂ ਫਿਰ ਤਾਂ ਅਨਾਰਕੀ ਫੈਲਦੀ ਹੈ ਜਦੋਂ ਅਨਾਰਕੀ ਫੈਲਦੀ ਹੈ ਉਦੋਂ ਦੇਸ਼ ਦੇ ਟੁੱਟਣ ਦਾ ਖਤਰਾ ਵੀ ਬਣਦਾ ਹੈ ਜੀ ਕਿਉਂਕਿ ਫਿਰ ਆਪੋ ਆਪਣੀ ਥਾਂ ਦੇ ਉੱਤੇ ਲੜਦੇ ਆ ਲੋਕ ਹੂੰ ਹੂੰ ਘਟ ਗਿੰਤੀਆਂ ਵਾਲੇ ਆਪਦੀ ਥਾਂ ਦੇ ਉੱਤੇ ਲੜਨਗੇ ਸਰਕਾਰ ਦੇ ਕੋਲੇ ਸਟੇਟ ਦੇ ਕੋਲੇ ਫੌਜਾਂ ਹੁੰਦੀਆਂ ਪੁਲਿਸਾਂ ਹੁੰਦੀਆਂ ਤੇ ਫਿਰ ਦੂਜੇ ਪਾਸੇ ਵੀ ਦੁਸ਼ਮਨਾ ਵੱਲੋਂ ਵੀ ਮਦਦ ਦੇਣੀ ਸ਼ੁਰੂ ਹੋ ਜਾਂਦੀ ਨਾ ਟੱਲੋ ਜੀ ਹੁਣ ਮੈਂ ਖਬਰ ਪੜ ਰਿਹਾ ਇੱਕ ਹੈ ਜਿਵੇਂ ਆਪਣੇ ਕੱਲ ਪਰਸੋ ਵਿਆਹ 'ਚ ਗੋਲੀ ਚੱਲੀ ਇੱਥੇ ਸਿੰਗਰ ਨੇ ਗਾਣਾ ਨਹੀਂ ਗਾਇਆ ਗੋਲੀ ਮਾਰ ਦਿਓ ਡੀਜੇ ਵਾਲੇ ਨੇ ਗਾਣਾ ਨਹੀਂ ਚਲਾਇਆ ਗੋਲੀ ਮਾਰ ਦਿਓ ਉੱਤਰ ਪ੍ਰਦੇਸ਼ ਦੇ ਚਿੱਤਰਕੁਟ 'ਚ ਵਿਚਾਰੀ ਡਾਂਸਰ ਕੁੜੀ ਐ ਰੋਜੀ ਰੋਟੀ ਲਈ ਨੱਚ ਰਹੀ ਸੀ ਉਹ ਨੱਚਣੋਂ ਹਟ ਗਈ ਗੋਲੀ ਮਾਰ ਦਿਓ ਇਹ ਕਿਆ ਕਹਾਣੀ ਹੋਈ ਫਿਰ ਤਾਂ ਬਿਲਕੁਲ ਇਹੀ ਹੋਉਣਾ ਫਿਰਤਾ ਹੀ ਅਭੀ ਕਿਉਂਕਿ ਭਾਵਨਾ ਮੈਂ ਭਾਵਨਾ ਮੈਂ ਮੇਰੀ ਮੈਂ ਤੈਨੂੰ ਪੈਸੇ ਦਿੱਤੇ ਆ ਤੂੰ ਨਹੀਂ ਗਾਰੀ ਬਹੁ ਗਿਣਤੀ ਚਾਹੁੰਦੀ ਹੈ ਜੀ ਤੁਸੀਂ ਆ ਕਰੋ ਆ ਕਰੋ ਫਿਰ ਬਹੁ ਗਿਣਤੀ ਚਾਹੂਗੀ ਕਿ ਤੂੰ ਉਹਨੂੰ ਨਿਰਵਸਤਰ ਕਰਕੇ ਤੋੜ ਦਿਓ ਹਾਂ ਅੱਜ ਅਧੀਰ ਰੰਧਨ ਚੌਧਰੀ ਨੇ ਬਹੁਤ ਵੱਡੀ ਗੱਲ ਕਹੀ ਹੈ ਹੂੰ ਹੂੰ ਅਧੀਰ ਰੰਧਨ ਚੌਧਰੀ ਵੀ ਕਹਿੰਦਾ ਕਿ ਇੱਕ ਪਾਸੇ ਰਾਮ ਮੰਦਰ ਦਾ ਨਿਰਮਾਣ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਜੀ ਰਾਮ ਦਾ ਮੰਦਰ ਬਣਾਇਆ ਜਾ ਰਿਹਾ ਤੇ ਦੂਜੇ ਪਾਸੇ ਸੀਤਾ ਮਈਆ ਜਿਹੜੀ ਉਹ ਉਹ ਜਿਹੜੀ ਹੈਗੀ ਉਹਨੂੰ ਜਿੱਦਾ ਸਾੜਿਆ ਜਾ ਰਿਹਾ ਇੱਕ ਐਸਾ ਦੇਸ਼ ਹੈ ਕਿਹੜੇ ਪਾਸੇ ਲੈ ਕੇ ਜਾ ਰਿਹਾ ਅਸੀਂ ਸਾਡੀਆਂ ਭਾਵਨਾਵਾਂ ਅਸੀਂ ਇੱਕ ਵਾਰੀ ਇਹਦਾ ਗਰੀਬ ਸੀ ਇਹਨਾਂ ਨੂੰ ਤਾਂ ਪੁਲਿਸ ਮਾਰ ਰਹੀ ਹੈ ਐਮਪੀ ਨੂੰ ਬਰੀ ਕਰ ਰਹੀ ਹੈ ਨਾ 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 ਐਮਪੀ ਨੂੰ ਬਰੀ ਕਿਉਂ ਕਰ ਰਹੀ ਹੈ ਉਧਰ ਤੁਸੀਂ ਦੇਖੋ ਜਿਹੜੇ ਦੂਸਰਾ ਆਪਣਾ ਹੋਇਆ ਚਿੰਮਨਿੰਦਰ ਅਨੰਦ ਹਾਂਜੀ ਜਿਨਮਨੀ ਆ ਨੰਦ ਨੂੰ ਤਾਂ ਚੱਕ ਕੇ ਹਸਪੀਟਲ ਦੇ ਵਿੱਚ ਪਾਇਆ ਹੋਇਆ ਪਾਇਆ ਹੋਇਆ ਕਿ ਜੀ ਇਹ ਤਾਂ ਬਜ਼ੁਰਗ ਹੈ ਤੇ ਇਹ ਬਿਮਾਰ ਹੈ ਤੇ ਜਿਹੜੀ ਪੀੜਤ ਕੁੜੀ ਹੈ ਰੇਪ ਦੀ ਸ਼ਿਕਾਰ ਹੈਗੀ ਉਹਨੂੰ 2 ਮਹੀਨੇ ਜੇਲ੍ਹ ਦੇ ਵਿੱਚ ਰੱਖੇ ਹੁਣ ਉਹਨੂੰ ਜ਼ਮਾਨਤ ਕਿਉਂ ਦੇਣੀ ਪੈਗੀ ਕਿਉਂਕਿ ਇਹ ਮੁੱਦਾ ਜਿਹੜਾ ਹੈਗਾ ਬਹੁਤ ਜ਼ਿਆਦਾ ਉੱਬਰ ਗਿਆ ਕੱਲ ਉਹਨੂੰ ਜ਼ਮਾਨਤ ਦੇ ਦਿੱਤੀ ਹੈ ਹੂੰ ਹੂੰ ਤਿੰਨ ਦਿਨਾਂ ਨੂੰ ਜਿਨਮਨੀ ਆ ਨੰਦ ਨੂੰ ਦੇ ਦਿੱਤੀ ਫਿਰ ਅਗਲੀ ਗੱਲ ਖੜੀ ਹੁੰਦੀ ਹੈ ਮੈਂ ਦੇਖ ਰਿਹਾ ਸੀਗਾ ਅਲਕਲਾਮਬਾ ਜੀ ਉਹ ਤੁਹਾਡੀ ਕੀ ਅੰਜਨਾ ਓਮ ਕਸ਼ਪਰ ਕਸ਼ਪਰ ਉਹਦਾ ਸ਼ੋਅ ਸੀ ਹੂੰ ਹੂੰ ਉਸ ਸ਼ੋਅ ਦੇ ਵਿੱਚ ਉਹਨਾਂ ਨੇ ਅਲਕਾ ਲੰਬਾ ਨੂੰ ਵੀ ਬੁਲਾ ਲਿਆ ਜੀ ਅੰਜਨਾ ਜਿਸ ਤਰ੍ਹਾਂ ਸੁਪਰੈਸ ਕਰਦੀ ਹੈ ਤੇ ਉਹਨੂੰ ਅੱਜ ਜਿਸ ਢੰਗ ਦੇ ਨਾਲ ਉਹ ਦੂਜਿਆਂ ਨੂੰ ਦਬਾਉਂਦੀ ਹੈ ਦਬਾਉਂਦੀ ਹੈ ਹਾਂਜੀ ਉਹਨੇ ਦਬਾਉਣਾ ਸ਼ੁਰੂ ਕੀਤਾ ਔਰ ਫਿਰ ਉਹਨੂੰ ਜਿਵੇਂ ਪਈ ਹੈ ਅਲਕਾ ਅਲਕਾ ਲੰਬਾ ਅਲਕਾ ਲੰਬਾ ਨੇ ਕਿਹਾ ਕਿ ਕਿਰਪਾ ਕਰਕੇ ਮੈਨੂੰ ਇਹ ਦੱਸਿਆ ਜਾਵੇ ਕਿ ਇਹ ਤੁਸੀਂ ਚੈਨਲਾਂ ਵਾਲੇ ਦੇਸ਼ ਦੇ ਲੋਕ ਤੇ ਪੋਲੀਟੀਕਲ ਪਾਰਟੀਆਂ ਇਸ ਤੁਖਾਂਤਲੇ ਜ਼ਿੰਮੇਵਾਰ ਹੈ ਹੂੰ ਹੂੰ ਉਨੇ ਬਹੁਤ ਵੱਡੀ ਗੱਲ ਕਹੀ ਕਿ ਸਾਡੀ ਪਾਰਲੀਮੈਂਟ ਦੇ ਵਿੱਚ ਜੀ ਕਿੰਨੇ ਫੀਸਦੀ ਹੈ 35 40 ਫੀਸਦੀ ਅਪਰਾਧੀ ਲੋਕ ਹੈ ਇਹਨਾਂ ਨੂੰ ਟਿਕਟਾਂ ਕਿਹਨੇ ਦਿੱਤੀਆਂ ਪਾਰ ਆਪਣੀ ਪਾਰਟੀਆਂ ਨੇ ਪਾਰਟੀਆਂ ਨੇ ਇਹਨਾਂ ਨੂੰ ਬੋਟਾ ਕਿਹਨੇ ਪਾਇਆ ਗਏ ਕਨਵਿਕਟ ਹੋ ਗਏ ਕਹਿ ਦਿੰਦੇ ਇਹ ਕਿਹੜਾ ਕਨਵਿਕਟ ਹੋ ਗਏ ਉਹਨਾਂ ਦੇ ਉੱਤੇ ਕੇਸ ਤਾਂ ਦਰਜ ਹੈ ਇਹਨਾਂ ਨੂੰ ਵੋਟਾਂ ਕਿਹਨੇ ਪਾਈਆਂ ਲੋਕਾਂ ਨੇ ਲੋਕਾਂ ਨੇ ਔਰ ਉਹਨਾਂ ਦਾ ਕਿਰਦਾਰ ਕੀ ਹੈ ਉਹਦੇ ਚ ਕਿਰਦਾਰ ਸ਼ਾਖੀ ਮਹਾਰਾਯਾ ਕੀ ਸਾਕਸ਼ੀ ਮਹਾਰਾਜ ਪਾਰਲੀਮੈਂਟ ਦੇ ਮੈਂਬਰ ਬਣਦੇ ਏ ਉਹ ਆਪਣੇ ਵੋਟਰਾਂ ਦਾ ਧੰਨਵਾਦ ਕਰਨੀ ਜਾਂਦੀ ਹੂੰ ਹੂੰ ਉਹ ਕਿੱਥੇ ਜਾਂਦੇ ਉਹ ਜਾਂਦੀ ਹੈ ਜੀ ਜੇਲ੍ਹ ਨੂੰ ਜੇਲ੍ਹ ਕਿਉਂ ਕਿ ਕੁਲਦੀਪ ਸਿੰਘਰ ਨੂੰ ਮਿਲਨੇ ਕੁਲਦੀਪ ਸਿੰਘਰ ਕੌਣ ਹੈ ਜਿਨੇ ਇੱਕ ਲੜਕੀ ਦਾ ਜੀਵਨ ਬਰਬਾਦ ਕੀਤਾ ਉਹਦੇ ਬਾਪ ਨੂੰ ਪੁਲਿਸ ਕੋਲੇ ਗ੍ਰਿਫਤਾਰ ਕਰਵਾਇਆ ਕਟਵਾਇਆ ਤਸ਼ੱਦਦ ਕਰਵਾਇਆ ਉਹ ਮਰ ਗਿਆ ਉਸ ਤੋਂ ਬਾਅਦ ਉਹ ਲੜਕੀ ਨੇ ਆਪਣੇ ਆਪ ਨੂੰ ਅਗਨ ਭੇਡ ਕਰਨ ਦਾ ਯਤਨ ਕੀਤਾ ਚੀਫ ਮਿਨਿਸਟਰ ਦੀ ਕੋਠੀ ਦੇ ਸਾਹਮਣੇ ਹੂੰ ਹੂੰ ਉਹਦੀ ਰਿਹੈਸ਼ ਦੇ ਸਾਹਮਣੇ ਕੁਲਦੀਪ ਸਿੰਘਰ ਨੂੰ ਜੇਲ੍ਹ ਚ ਜਾਣਾ ਪੈ ਗਿਆ ਤੇ ਜਦੋਂ ਕੁੜੀ ਆ ਤੇ ਚਾਚੇ ਨੂੰ ਮਿਲਣਾ ਸਤਜੰਦੀ ਜੀ ਦੇ ਚਾਚੇ ਨੂੰ ਜੇਲ੍ਹ ਦੇ ਵਿੱਚ ਬੰਦ ਕਰਵਾਇਆ ਤੇ ਰਸਤੇ ਦੇ ਵਿੱਚ ਉਹਦੇ ਤੇ ਟਰੱਕ ਚੜਵਾ ਦਿੱਤਾ ਜਾਂਦਾ ਟਰੱਕ ਚੜਵਾਉਣ ਦਾ ਨਤੀਜਾ ਕੀ ਹੁੰਦਾ ਕਿ ਉਹਦੀ ਚਾਚੀ ਤੇ ਮਾਸੀ ਮਰ ਜਾਂਦੀ ਏ ਹੂੰ ਹੂੰ ਵਕੀਲ ਤੇ ਉਹ ਦੋਨੇ ਜ਼ਖਮੀ ਹੋ ਜਾਂਦੇ ਤੇ ਐਸ ਵੇਲੇ ਦਿੱਲੀ ਦੇ ਵਿੱਚ ਉਹ ਕਹਿੰਦੀ ਜੀ ਮੈਂ ਦਿੱਲੀ ਤੋਂ ਬਾਹਰ ਨਹੀਂ ਜਾਣਾ ਮੈਨੂੰ ਮਾਰ ਦੇਣ ਕਿ ਮਾਰ ਦੇਣ ਕੇ ਗੱਲ ਵੀ ਜਿਸ ਬੰਦੇ ਨੇ ਇੰਨਾ ਕੁਝ ਕੀਤਾ ਹੋਵੇ ਕੁਲਦੀਪ ਸਿੰਘ ਨੇ ਉਹਦੇ ਤੇ ਮੁਕੱਦਮਾ ਚੱਲਦਾ ਜੇਲ੍ਹ ਦੇ ਵਿੱਚ ਆ ਚਾਰਜ ਸ਼ੀਟਡ ਹੈ ਹੂੰ ਹੂੰ ਔਰ ਉਹਨੂੰ ਮਿਲਣ ਵਾਸਤੇ ਸਾਕਸੀ ਮਹਾਰਾ ਜਾਂਦਾ ਫਿਰ ਕਿਹਦਾ ਦੇਚ ਅਰ ਜੋ ਕੁਛ ਉਹਨੇ ਇੱਥੇ ਗੱਲ ਕਹੀ ਹੈ ਅਲਕਾ ਲਾਂਬਾ ਨੇ ਜੀ ਉਹਨੇ ਕਿਹਾ ਕਿ ਇਹ ਅਸੀਂ ਸਮਾਜ ਨੇ ਸੰਸਕਾਰ ਦੇਣੇ ਆ ਕਾਨੂੰਨ ਨੇ ਕੱਖ ਨਹੀਂ ਕਰਨਾ ਹੂੰ ਹੂੰ ਉਹ ਕਹਿੰਦੀ ਹੈ ਮੇਰੇ 22 ਸਾਲ ਦਾ ਲੜਕਾ ਹੈ ਮੇਰੇ 22 ਸਾਲ ਦੇ ਲੜਕੇ ਨੂੰ ਮੈਂ ਸੰਸਕਾਰ ਦਿਤੀ ਹੈ ਅਗਰ ਕੱਲ ਨੂੰ ਕੋਈ ਸ਼ਿਕਾਇਤ ਇਹ ਆਉਂਦੀ ਹੈ ਕਿ ਮੇਰੀ ਮੇਰੇ ਲੜਕੇ ਨੇ ਕਿਸੇ ਲੜਕੀ ਨਾਲ ਬਦਤਮੀਜ਼ੀ ਕੀਤੀ ਹੈ ਤਾਂ ਮੈਂ ਆਪਣੇ ਬੇਟੇ ਦੇ ਸਿਰ ਕੁੱਟਣ ਵਾਲੇ ਪਾਸੇ ਖੜੂ ਹੋਊਂਗੀ ਜੀ ਕਿ ਇਹਦਾ ਕੁੱਟਾਪਾ ਹੋਣਾ ਚਾਹੀਦਾ ਤੁਸੀਂ ਕਿੱਥੇ ਘਰੋਤੇ ਹੋ ਉਹਨੇ ਕਿਹਾ ਸੀ اپنی میڈم دا نام لے کے اینکر دا ہمم انجنا ओम ਕੈਸ਼ਪ ਦੀ بجائے انجਨਾ ਓਮ મોદી મોદી اچھا کہ تو ਤਾਂ ਸਾਰਾ ਦਿਨ મોદી મોદી ਕਰਦੀ ਹੈ ਤੇਰਾ ਖੁਸ਼ ਹਾਂ ਮੈਂ ਪਹਿਲੀ ਵਾਰੀ ਦੇਖੇ ਕਿ ਜਿਹੜੀ ਅੰਜਨਾ ਬੋਲਣ ਨਹੀਂ ਦਿੰਦੀ ਸੀ ਕੱਲ ਉਹ ਇੰਨੀ ਜ਼ਿਆਦਾ ਡਿਫੈਂਸਿਵ ਸੀ ਕਿ ਉਹ ਗੱਲ ਨਹੀਂ ਕਰ ਸਕੀ ਸੀ ਹਮਮ ਔਰ ਉੱਠ ਕੇ ਕਹਿੰਦੀ ਮੈਂ ਬਾਈਕਾਟ ਕਰਦੀ ਹਾਂ ਕਾਂਗਰਸ ਪਾਰਟੀ ਨੇ ਪਹਿਲਾਂ ਤਰੀ ਇਹ ਸ਼ੋਅ ਮੈਂ ਤਾਂ ਕਹਿੰਦੀ ਐਜ਼ ਅ ਫੀਮੇਲ ਮੈਂ ਕਹਿੰਦੀ ਵਿਅਕਤੀਗਤ ਤੌਰ ਤੇ ਕਾਉਨ ਦੇ ਨਾਤੇ ਆਈ ਸੀ ਪਰ ਮੈਂ ਵੀ ਹੁਣ ਜਾ ਰਹੀ ਹਾਂ ਬਾਕਆਊਟ ਕਰ ਰਹੀ ਹਾਂ ਸੋ ਇਮ ਹਾਲ ਕ੍ਰੀਏਟ ਕੀਤਾ ਜਾ ਰਿਹਾ ਚਾਹੇ মিডিਆ ਵਾਲੇ মিডিਆ ਨੂੰ ਆਪਦਾ ਧੂਤੂ ਬਣਾਏ ਹੋਏ ਤੇ ਅੱਜ ਜਿਹੜੀ ਆਪਾਂ ਪਹਿਲਾਂ ਖਬਰ ਡਿਸਕਸ ਕਰਕੇ ਟੀਆ ਉਹਦੀ ਗੱਲ ਕਹਿਤੀ ਸਬਮਿਟ ਸੀਗਾ ਐਚਟੀ ਵਾਲਾ ਉੱਥੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਅਸੀਂ ਕਰਕੇ ਦਿਖਾਉਣੀ ਹੈ ਹੂੰ ਕਿ ਇਜ਼ਰਾਈਲ ਵਾਲੇ ਪਾਸੇ ਅਸੀਂ ਬਦਲਣ ਵਾਲੇ ਨੂੰ ਤੁਰੇ ਤੁਰੇ ਹੋਏ ਹੁਣ ਇਹ ਵੀ ਕੀਤੀ ਇੱਕ ਜਾ ਕਿਦਰ ਨੂੰ ਰਿਹਾ ਦੇਸ਼ ਇਹਦਾ ਮਤਲਬ ਕਾਨੂੰਨ ਦਾ ਰਾਜ ਖਤਮ ਐ ਇਥੇ ਡੰਡੇ ਦਾ ਰਾਜ ਐ ਜਿਵੇਂ ਮਰਜ਼ੀ ਕਰੋ ਰੁਪਏ ਆਦੀਆਂ ਕੀਮਤਾਂ ਤੇ ਕੋਈ ਫਿਕਰਮੰਤ ਨਹੀਂ ਉਹੀ ਮੋਦੀ ਸਾਹਿਬ ਜਿਹੜੇ ਕਹਿੰਦੇ ਹੁੰਦੇ ਸੀ ਇਹ ਡਾਲਰ ਕੈਸੇ ਵੱਧ ਰਹਾ ਹੈ ਇਹ ਤੇਲ ਕੈਸੇ ਵੱਧ ਰਹਾ ਹੈ ਇਹ ਪਿਆਜ਼ ਕੈਸੇ ਵੱਧ ਰਹਾ ਹੈ ਹੁਣ ਕੌਣ ਜੀ ਹੁਣ ਤਾਂ ਜਵਾਬ ਦੇ ਕੋਈ ਜ਼ਿਕਰ ਹੀ ਨਹੀਂ ਕਰਦੇ ਹਾਂ ਪਿਆਜ਼ ਜਿਹੜਾ ਹੈਗਾ ਜਿਹੜਾ ਹੁਣ ਲੇਟੈਸਟ ਰਿਪੋਰਟ ਆਈ ਹੈ ਜੀ ਥੋਕ ਦੇ ਵਿੱਚ ਪਿਆਜ਼ ਜਿਹੜਾ ਹੈਗਾ ਉਹ 100 ਰੁਪਏ ਕਿਲੋ ਵਿਕ ਰਿਹਾ ਦੱਸੋ ਮੰਡੀਆਂ ਦੇ ਵਿੱਚ ਤੇ ਜਿਹੜਾ ਆਮ ਖਪਤਕਾਰਾਂ ਨੂੰ ਮਿਲ ਰਿਹਾ ਉਹ 130 ਤੋਂ ਲੈ ਕੇ ਤੇ 150 ਰੁਪਏ ਤੱਕ ਵਿਕ ਰਿਹਾ ਮਿਲ ਰਹੇ ਤੁਹਾਡੀ ਯਾਦ ਹੈ ਇੱਕ ਵਾਰੀ ਸਰਕਾਰ ਸੀ ਅਕਲ ਬਿਹਾਰੀ ਬਾਜਪਾਈ ਦੀ ਹੂੰ ਹੂੰ ਤੇ ਉਦੋਂ ਪਿਆਜ਼ ਦੀਆਂ ਕੀਮਤਾਂ ਅਸਮਾਨੀ ਚੜ ਗਈਆਂ ਸੀ ਜੀ ਉਸ ਵੇਲੇ ਅੰਦੋਲਨ ਚੱਲਿਆ ਸੀ ਤੇ ਜਿਹੜੀ ਉਹ ਬਾਜਪਾਈ ਦੀ ਸਰਕਾਰ ਤੇ ਖਾਤਮੇ ਦਾ ਕਾਰਨ ਕੀ ਸੀਗਾ ਪਿਆਜ਼ ਬਣਿਆ ਸੀ ਪਿਆਜ਼ ਬਣਿਆ ਉਦੋਂ ਸਾਡੇ ਇੱਕ ਮੰਤਰੀ ਹੁੰਦੇ ਸੀ ਪੰਜਾਬ ਦੇ ਵਿੱਚ ਖੇਤੀਬਾੜੀ ਮੰਤਰੀ ਸ਼ਾਇਦ ਨਾ ਉਹਨਾਂ ਦਾ ਗੁਰਦੇਵ ਸਿੰਘ ਬਾਦਲ ਸੀ ਜੀ ਤੇ ਗੁਰਦੇਵ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਸੀ ਤੇ ਜੇ ਉਹੀ ਬਿਆਨ ਆਪਾਂ ਦੇਖੀ ਸਾਡੀ ਵਿੱਤ ਮੰਤਰੀ ਨੇ ਵੀ ਦਿੱਤਾ ਹੂੰ ਕਹਿੰਦੀ ਮੈਂ ਤਾਂ ਪਿਆਜ਼ ਤੇ ਲਸਣ ਕਰ ਵਿੱਤ ਮੰਤਰੀ ਨੂੰ ਸੁਪਰੀਆ ਸੂਲੇ ਨੇ ਸਵਾਲ ਕੀਤਾ ਸੀ ਕਿ ਮੈਡਮ ਸਹਿਬਾ ਇਹ ਦੱਸੋ ਕਿ ਜਿਹੜਾ ਹੈਗਾ ਭਾਰਤ ਤੇ ਜਿਹੜਾ ਬਹੁਤ ਵੱਡਾ ਉਤਪਾਦਕ ਹੈ ਪਿਆਜ਼ ਆ ਇਹਨੂੰ ਬਾਹਰੋਂ ਪਿਆਜ਼ ਕਿਉਂ ਮੰਗਵਾਉਣਾ ਪੈ ਗਿਆ ਹੂੰ ਇਸ ਸਵਾਲ ਦਾ ਜਵਾਬ ਦਿਓ ਅਸਲ ਦੇ ਵਿੱਚ ਕਿ ਉਹ ਮਗੋਂ ਨਾ ਪੈ ਰਹੇ ਕੋਈ ਭਾਰਤ ਵਰਗਾ ਦੇਸ਼ ਕੋਈ ਵੀ ਖਾਣ ਪੀਣ ਵਾਲੀ ਚੀਜ਼ ਢੱਲੋ ਸਭ ਜ਼ਰੂਰੀ ਵਸਤਾਂ ਤਾਂ ਸਾਰੀਆਂ ਇੱਥੇ ਪੈਦਾ ਹੁੰਦੀਆਂ ਨੇ ਨਹੀਂ ਨਹੀਂ ਉਹਦਾ ਕਾਰਨ ਕੀ ਹੈ ਜਿਹੜੀ ਸੁਪਰੀਅਰ ਸੂਲੀਅਤੀ ਤਾਂ ਉਹ ਸ਼ਰਤ ਪੁਵਾੜਦੀ ਹੈ ਨਾ ਜਿਹੜਾ ਉਹਦਾ ਪੁਆਇੰਟ ਤੋਂ ਪੁਆਇੰਟ ਬਣਾਉਣਾ ਕੀ ਚਾਹੁੰਦੀ ਸੀ ਜੀ ਪੁਆਇੰਟ ਉਹ ਇਹ ਬਣਾਉਣਾ ਚਾਹੁੰਦੀ ਸੀ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲਦਾ ਜੀ ਇਹ ਮੰਨਿਆ ਕਿ ਐਕੀ ਮੌਸਮ ਦੀ ਖਰਾਬੀ ਕਰਕੇ ਪਿਆਜ਼ ਦੀ ਪੈਦਾਵਾਰ ਘਟ ਗਈ ਹੈ ਲੇਕਿਨ ਪਿਆਜ਼ ਜਿਹੜਾ ਹੈਗਾ 2 ਰੁਪਏ 3 ਰੁਪਏ ਕਿਸਾਨਾਂ ਕੋਲ ਚੁੱਕਿਆ ਜਾ ਚੁੱਕਿਆ ਗਿਆਕ ਕੀ ਜੀ ਉਹਦੀ ਜ਼ਖੀਰੇਬਾਜ਼ੀ ਕੀਤੀ ਹੋਈ ਹੈ ਮਾਰਕੀਟੀਆਂ ਨੇ ਜਿਹੜੇ ਬਲੈਕ ਮੀਲਰ ਪਾਰੀ ਹੈ ਉਹਨਾਂ ਨੇ ਮਾਰਕੀਟਿੰਗ ਕੀਤੀ ਹੋਈ ਹੈ ਤਾਂ ਕਿ ਨਕਲੀ ਕਿਲਤ ਪਾ ਕੇ ਡਿਮਾਂਡ ਵਧਾ ਕੇ ਉਹਦੀ ਕੀਮਤ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਲੁੱਟ ਕੀਤੀ ਜਾਵੇ ਉਹਦਾ ਕੁਐਸਚਨ ਤਾਂ ਇਹ ਸੀ ਕਿ ਜੀ ਇਹਦਾ ਜਵਾਬ ਦਿਓ ਪਿਸ਼ਾントੂ ਕਿਸੇ ਐਮਪੀ ਨੇ ਹੋਰ ਕਹਤਾ ਉੱਚੀ ਆਵਾਜ਼ ਦੇ ਵਿੱਚ ਹਮ ਕਿ ਵਿੱਤ ਮੰਤਰੀ ਸਹਿਬਾ ਤੁਸੀਂ ਵੀ ਤਾਂ ਪਿਆਜ਼ ਖਾਂਦੇ ਹੋਵੋਗੇ ਨਾ ਤੇ ਵਿੱਤ ਮੰਤਰੀ ਸਹਿਬਾ ਕੀ ਕਹਿੰਦੀ ਹੈ ਮੈਂ ਉਸ ਪਰਿਵਾਰ ਸੇ ਆਤੀ ਹੂੰ ਯਹਾਂ ਪਿਆਜ਼ ਔਰ ਲਸਣ ਖਾਇ ਨਹੀਂ ਜਾਂਦਾ ਉਹ ਜ਼ਿਆਦਾ ਨਹੀਂ ਖਾਇਆ ਜਾਂਦਾ ਉਹ ਇਹ ਗੱਲ ਕਹਤੀ ਸੀ ਤੇ ਇਹਦੀ ਜੇ ਹੁਣ ਆਪਾਂ ਤੁਲਨਾ ਕਰੀਏ ਸਾਡੇ ਗੁਰਦੇਵ ਸਿੰਘ ਬਾਦਲ ਨੇ ਪਤਾ ਕੀ ਕਹੇ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਗੰਡੇ ਤਾਂ ਮਹਿੰਗੇ ਕੀਤੇ ਐ ਤਾਂ ਕਿ ਪੰਜਾਬ ਦੇ ਕਿਸਾਨਾਂ ਨੂੰ ਤੇ ਦੇਸ਼ ਦੇ ਕਿਸਾਨਾਂ ਨੂੰ ਕੀਮਤਬੱਧ ਮਿਲ ਜੇ ਜੀ ਉਹਨਾਂ ਦਿਨਾਂ ਦੇ ਵਿੱਚ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਐਡੀਟਰ ਹੁੰਦੇ ਸੀ ਸਰਦਾਰ ਗੁਰਵਚਨ ਸਿੰਘ ਪੁੱਲਰ ਜੀ ਤੇ ਪੁੱਲਰ ਸਾਹਿਬ ਨੇ ਫਿਰ ਇੱਕ ਐਡੀਟোরিয়াল ਲਿਖਿਆ ਸੀ ਹੂੰ ਹੂੰ ਪੰਜਾਬੀ ਟ੍ਰਿਬਿਊਨ ਤੇ ਮੇਰੇ ਯਾਦ ਹੈ ਜੀ ਉਸ ਐਡੀਟোরিয়াল ਦਾ ਹੈਡਿੰਗ ਉਹਦਾ ਨਾਮ ਰੱਖਿਆ ਸੀ ਗੰਢੋਬ ਮੰਤਰੀ ਅੱਛਾ ਜੀ ਵੀ ਇਹ ਗੰਢੋਬ ਮੰਤਰੀ ਹੈ ਕਿ ਜਾਣ ਬੁੱਝ ਕੇ ਅਸੀਂ ਜਿਹੜੀ ਹੈਗੀ ਇਹ ਕਿਲਤ ਪੈਦਾ ਕੀਤੀ ਹੈ ਕੀ ਕਿਸਾਨਾਂ ਨੂੰ ਉਹਦੀ ਕੀਮਤ ਹੁਣ ਅੱਜ ਕੱਲ ਮੇਰੇ ਤਾਂ ਕਲੇ ਨੂੰ ਕੀ ਆਪਾਂ ਕਵਾਂਗੇ ਗੰਡੋਪ ਪ੍ਰਧਾਨ ਮੰਤਰੀ ਕਿ ਗੰਡੋਪ ਵਿਤਮંત્રી ਵਿਤਮੰਤਰੀ ਕਿਉਂਕਿ ਜੇ ਹੁਣ ਪਿਆਜ਼ ਆਉਂਦਾ ਆਉਂਦਾ ਤਾਂ ਜਾ ਕੇ ਅਪ੍ਰੈਲ 'ਚ ਹੀ ਆਉਣਾ ਜੀ ਹੁਣ ਅਪ੍ਰੈਲ 'ਚ ਆਣਾ ਜਿਹੜੇ ਜਿਹੜੀ ਜਨਵਰੀ ਤੋਂ ਪਹਿਲਾਂ ਤਾਂ ਆ ਹੀ ਨਹੀਂ ਸਕਦਾਗਾ ਕਿਉਂਕਿ ਜਿਹੜਾ ਵਿਦੇਸ਼ਾਂ ਦੇ ਨਾਲ ਵੀ ਇਹਨਾਂ ਨੇ ਸਮਝੌਤੇ ਕੀਤੇ ਆ ਦਸੰਬਰ ਚੱਲਦਾ ਹੂੰ ਹੂੰ ਦਸੰਬਰ ਦੀ ਅੱਜ 6 ਤਾਰੀਖ 6 ਮਹੀਨਾ ਤਾਂ ਇਹ ਪੂਰਾ ਗਿਆ ਸਮਝੋ ਇਹ ਮਹੀਨਾ ਪੂਰਾ ਕੇ ਜਨਵਰੀ ਚ ਆਊਗਾ ਤੇ ਜਨਵਰੀ ਤੱਕ ਜਿਹੜਾ 130 ਤੋਂ ਲੈ ਕੇ 150 ਤੱਕ ਮਿਲਦਾ ਲੋਕਾਂ ਦਾ ਕਿਉਂ ਮੇਰੇ ਨਿਕ ਔਰ ਉਹਦਾ ਨਤੀਜਾ ਇਹ ਹੈ ਦਾਨੇ ਵਾਲਿਆ ਸਾਹਿਬ ਮੈਂ ਅੱਜ ਸਰਵੇ ਕੀਤਾ ਕਿਸਬ ਦਾ ਮੈਂ ਸਜਣਾ ਮਿੱਤਰਾਂ ਨੂੰ ਖਾਂਦੇ ਪੀਂਦੇ ਮਿਡਲ ਕਲਾਸ ਨਾਲ ਜਿਹੜੇ ਰਿਲੇਟਡ ਬੰਦੇ ਕਹਿੰਦੇ ਸਾਡੀ ਰਸੋਈ ਦੇ ਵਿੱਚੋਂ ਪਿਆਜ਼ ਗਾਇਬ ਹੈ ਨਹੀਂ ਅਸੀਂ ਅਫੋਰਡ ਕਰ ਸਕਦੇ ਹੂੰ ਹੂੰ ਇੰਨਾ ਬੁਰਾ ਹਾਲ ਹੋਇਆ ਵੈ ਤੇ ਸਰਕਾਰ ਜਿਹੜੀ ਹੈਗੀ ਹੈ ਤਰੀਕੇ ਲੱਭਣ ਲੱਗ ਪਏ ਜੀ ਹੁਣ ਤਾਂ ਕਹਿੰਦੇ ਬਿਨਾ ਪਿਆਜ਼ ਤੋਂ ਟਮਾਟਰ ਨਾਲ ਕਿਵੇਂ ਤਰੀ ਬਣਾਉਣੀ ਹੈ ਆ ਚਲੋ ਉਹ ਤਾਂ ਦੱਸੀ ਜਾਣਗੇ ਫਾਰਮੂਲੇ ਤਾਂ ਦੱਸੀ ਜਾਣਗੇ ਹੂੰ ਹੂੰ ਫਾਰਮੂਲੇ ਦੱਸੀ ਜਾਣਗੇ ਪਰ ਗੱਲ ਹੈ ਜੇਦੋਂ ਇਹ ਹਾਲਤ ਹੋਈ ਵੀ ਹੈ ਉਦੋਂ ਫਿਕਰਮੰਦ ਕਿਉਂ ਨਹੀਂ ਸਰਕਾਰ ਜੀ ਹੂੰ ਹੂੰ ਸੋ ਇੱਕ ਬ੍ਰੇਕ ਲਾਈਨ ਤੋਂ ਪਹਿਲਾਂ ਜੀ ਇੱਕ ਆਪਾਂ ਕਾਲ ਲੈ ਲਈਏ ਖਾਲਸਾ ਜੀ ਸਾਡੇ ਨਾਲ ਨੇ ਸਤਿ ਸ੍ਰੀ ਅਕਾਲ ਜੀ ਖਾਲਸਾ ਜੀ ਹਾਂ ਜੀ ਤੁਨੂੰ ਦੇ ਸਾਹਿਬ ਤੇ ਢਿੱਲੋਂ ਸਾਹਿਬ ਵੈਜੀ ਦਾ ਖਾਲਸਾ ਵੈਜੀ ਪਤੇ ਜੀ ਮੈਂ ਇਹ ਜ਼ਰੂਰੀ ਸਮਝਦਾ ਕਰਕੇ ਤਾਂ ਕਾਲ ਕੀਤਾ ਹੈ ਹਿਊਮਨ ਹਿਊਮਨ ਜਿਹੜੇ ਰਾਈਸ਼ਾ ਉਹਨੂੰ ਤਾਂ ਇੱਕ ਪਾਸੇ ਰੱਖ ਲੋ ਢਿੱਲੋਂ ਸਾਹਿਬ ਨੇ ਜਿੰਨਾ ਕੁਝ ਕਿਹਾ ਉਹ 101% ਸਹੀ ਹੈ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਇਹਨਾਂ ਨੂੰ ਇਸ ਤਰ੍ਹਾਂ ਮਾਰਿਆ ਤਾਂ ਕੁਲਦੀਪ ਸਿੰਘਰ ਇੱਕ ਤੇ ਜਿਹੜਾ ਉਹ ਪੁਜਾਰੀ ਮੰਦਿਰ ਦੇ ਵਿੱਚ ਜੰਮੂ ਦੇ ਵਿੱਚ ਜੋ ਕੁਝ ਕੀਤਾ ਉਹ ਗੁੱਜਰ ਲੜਕੀ ਦੇ ਨਾਲ ਉਹ ਸਾਰੇ ਜਿਹੜੇ ਵਕੀਲ ਉਹਦੇ ਹੱਕ ਵਿੱਚ ਸੀ ਉਹ ਸਾਰੇ ਕੁੱਟ-ਕੁੱਟ ਕੇ ਮਾਰ ਦੇਣੇ ਚਾਹੀਦੇ ਮੈਂ ਤੁਹਾਨੂੰ ਦੱਸਾਂ ਬਿਲਕੁਲ ਹਾਂ ਇਹ ਇਹ ਜੇ ਇਹ ਗੱਲ ਤਾਂ ਜਿੰਨੇ ਆਰਐਸਐਸ ਦੇ ਬੁਲਾਹਤਕਾਰੀ ਹੈ ਨਾ ਉਹ ਸਾਰਿਆਂ ਨੇ ਇਹ ਕੁਝ ਹੋਣਾ ਚਾਹੀਦਾ ਜੀ ਜੀ ਇਹ ਪਾਵਨਾ ਦੀ ਗੱਲ ਹੈ ਤੇ ਬਰੇ ਇੱਥੇ ਪੂਰਾ ਉੱਤੇ ਦੇ ਮੋਦੀ ਫੇਲ ਹੈ ਬਿਲਕੁਲ 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 درست ਜੀ ਜੀ ਸੋ ਬ੍ਰੇਕ ਲੈਣੇ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਤੁਹਾਡੇ ਨਾਲ ਜੁੜੇ ਰਹੋ ਰੇਡੀਓ ਪੰਜਾਬ ਟੂਡੇ

660 Chesosart. 519622-0660 QTL because we care. We मैं मुह करना है दुनिया देखो चाचा जी फिर ए वन लग्जरी पर हायर कर सकते हो। या किसे भी सेलिब्रेशन लाई हमेशा याद रखो ए वन लग्जरी वेडिंग कार एक फिरोजपुर रोड लुधियाना वेरे जानकारी ली कॉल करो कुलविंदर पंगू होर अठानवे सात सौ पच्चीस जीरो ग्यारह उन्नीस नाइन एट

ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਐਰਲਿੰਗਟਨ ਫਿਊਲ ਸਟਾਪ ਐਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360652 6066, एक दो तो लोकेशन तो सेवा में प्रदान कर देने। सेकेंड लोकेशन लॉस्ट हिल ट्रेवल सेंटर चौदह अठ सौ चौदह एलोम स्ट्रीट लॉस्ट हिल्स फोन नंबर छह सो इक सात सौ सतानवे तेईस ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ট্রাক ਕਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਵਧੀਆ ਸਰਵਿਸ ਲਈ ਕੁਇਕ ট্রাক ਕਲੂਬ ਲੋਜੀ ਤੀਜੀ ਲੋਕੇਸ਼ਨ ਵੀ ਖੋਲ੍ਹਤੀਆ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਕੁਇਕ ট্রাক ਕਲੂਬ ਦ ਵਨ ਸਟਾਪ ਸ਼ਾਪ 5196220660 ਜਾਂ ja quicktruckclub.com qtl ਬਿਕੋਜ਼ ਵੀ ਕੇਅਰ front loop JB Truck Repair Uppa City Certified Cummins Detroit Freightliner Western Star Volvo Caterpillar ate Series 60 engines International ate automatic transmissions 5 saal da freight line dealership da experience a e engine truck trailer AC electrical DPF DEF repair karde han transmission rear end brakes oil change karde han certified 90 day DOT inspection ate certified annual federal DOT inspection. ਐਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਜ਼ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਜੀ ਪ੍ਰੋਗਰਾਮ ਸਮਾਧਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋ ਵਿਆਹਾਂ ਦਾ ਸੀਜ਼ਨ ਹੈ ਜੀ ਤੇ ਬਰਾਤ ਦੇ ਲਈ ਜਾਂ ਤੁਸੀਂ ਲਾੜੇ ਦੀ ਡੋਲੀ ਦੇ ਲਈ ਜਿਹੜੀ ਹੈ ਜਾਂ ਗੱਡੀ ਹਾਇਰ ਕਰਨਾ ਚਾਹੁੰਦੇ ਹੋ BMW AUDI ਰੇਂਜ ਰੋਵਰ ਜੈਗੂਅਰ ਪੋਰਸ਼ ਮਰਸੀਡੀਜ਼ ਤਾਂ ਅਯਾਲੀ ਚੌਂਕ ਫਿਰੋਜ਼ਪੁਰ ਰੋਡ ਲੁਧਿਆਣਾ ਦੇ ਵਿੱਚ ਹਨ ਜੀ A1 ਲਗਜ਼ਰੀ ਕਾਰਸ ਫੋਨ ਨੰਬਰ ਨੋਟ ਕਰ ਲਓ 9872501119 9872501119 ਇੱਥੇ ਤੁਹਾਨੂੰ ਸੈਲਫ ਡਰਾਈਵਨ ਗੱਡੀਆਂ ਵੀ ਮਿਲਦੀਆਂ ਨੇ ਤੁਸੀਂ ਬਾਹਰੋਂ ਆਏ ਹੋ ਨਵੀਂ ਗੱਡੀ ਲੈਣ ਦੀ ਜ਼ਰੂਰਤ ਨਹੀਂ ਹੈ ਖੁਦ ਹੀ ਚਲਾ ਸਕਦੇ ਹੋ ਡਰਾਈਵਰ ਦੀ ਜ਼ਰੂਰਤ ਹੈ 24 ਘੰਟੇ ਡਰਾਈਵਰ ਦੇ ਨਾਲ ਵੀ ਗੱਡੀ ਮਿਲ ਸਕਦੀ ਹੈ ਪਰ ਜੇ ਸੈਲਫ ਡਰਾਈਵਿੰਗ ਗੱਡੀ ਤੁਸੀਂ ਆਪਣੀ ਪ੍ਰਾਈਵੇਸੀ ਮੇਨਟੇਨ ਕਰਕੇ ਕਿਤੇ ਰੱਖਣਾ ਚਾਹੁੰਦੇ ਹੋ ਤੇ ਜਾਂਦੇ ਇਹਨਾਂ ਨੂੰ ਗੱਡੀ ਭਾਵੇਂ 에어ਪੋਰਟ ਤੇ ਵਾਪਸ ਕਰ ਜਾਓ ਆਪਣੇ ਆਪ ਕਲੈਕਟ ਕਰ ਲੈਣਗੇ 987250119 ਟੇਲਾ ਸਾਬ ਅਗਲੀ ਖਬਰ ਦੇ ਉੱਤੇ ਗੱਲ ਕਰੀਏ ਮਨਮੋਨ ਸਿੰਘ ਹੋਰਾਂ ਨੇ ਬੜਾ ਤਕੜਾ ਬਿਆਨ ਦੇ ਦਿੱਤਾ ਹੈ ਗੁਜਰਾਲ ਸਾਹਿਬ ਦੀ ਵਰਸੀ ਸੀ ਤੇ ਅਕਾਲੀ ਦਲ ਨੂੰ ਮੁੱਦਾ ਮਿਲ ਗਿਆ ਛਾਜ ਚ ਪਾ ਕੇ ਛੰਡਣ ਦਾ ਪਰ ਗੁਜਰਾਲ ਸਾਹਿਬ ਦੇ ਇਸ ਦੇ ਜਦੋਂ ਉਹਨਾਂ ਦੇ ਨਾਲ ਹੋ ਰਿਹਾ ਸੀਗਾ ਸਮਾਗਮ ਉਰ ਉਤੇ ਕਹਿੰਦੇ ਕੀ ਜੇ ਨਰਸਿਮਹਾ ਰਾਓ ਉਹਨਾਂ ਦੀ ਗੱਲ ਮੰਨ ਲੈਂਦਾ ਗੁਜਰਾਲ ਸਾਹਿਬ ਦੀ ਤਾਂ ਕਹਿੰਦੇ 84 ਦਾ ਕਤਲੇਆਮ ਨਾ ਹੁੰਦਾ ਦੇਖੋ ਡਾਕਟਰ ਮਰਮੋਨ ਸਿੰਘ ਬੋਲਦੇ ਬਹੁਤ ਘੱਟ ਹੈ ਜੀ ਉਹ ਮੌਕਾ ਦੇਖ ਕੇ ਕਿ ਕਿਹੜੇ ਮੌਕੇ ਦੇ ਉੱਤੇ ਕੀ ਗੱਲ ਕਹਿਣੀ ਹੈ ਉਹ ਉਹਦੇ ਬੋਲਦੇ ਬਹੁਤ ਸਾਰੇ ਲੋਕਾਂ ਨੇ ਹੁਣ ਇਹ ਸਵਾਲ ਖੜਾ ਕੀਤਾ ਹੈ ਕਿ 1984 ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ 91 ਦੇ ਵਿੱਚ ਡਾਕਟਰ ਬਨਮੋਨ ਸਿੰਘ ਉਸੇ ਨਰਸਿਮਾ Rao ਦੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਬਣਗੇ ਸੀ ਜੀ ਉਹ ਤੋਂ ਬਾਅਦ ਵੀ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਉਦੇਸ਼ ਤੇ ਪ੍ਰਧਾਨ ਮੰਤਰੀ ਬਣੇ ਤੇ ਇੰਨੇ ਸਮੇਂ ਦੇ ਵਿੱਚ ਉਹਨਾਂ ਨੇ ਉਹ ਗੱਲ ਕਿਉਂ ਨਹੀਂ ਕਹੀ ਸੀ ਜੀ ਇੱਥੇ ਮੈਂ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਗੱਲ ਮੌਕਾ ਮੇਲ ਬਦਨ ਤੇ ਕਹੀ ਜਾਂਦੀ ਹੈ ਜਿਸ ਸਮਾਗਮ ਦੇ ਵਿੱਚ ਡਾਕਟਰ ਬਨਮੋਨ ਸਿੰਘ ਗਏ ਉਸ ਸਮਾਗਮ ਸੀ ਕਦਾ ਉਸੀ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦਾ 100ਵਾਂ ਜਨਮ ਦਿਨ ਅੱਛਾ 100ਵਾਂ ਜਨਮ ਦਿਨ ਸੀ ਸੌਵੇਂ ਜਨਮ ਦਿਨ ਦੇ ਉੱਤੇ ਉਹ ਗਏ ਸੌਵੇਂ ਜਨਮ ਦਿਨ ਦੇ ਉੱਤੇ ਸਾਡੇ ਰਾਸ਼ਟਰਪਤੀ ਸਾਬਕਾ ਜੀ ਪ੍ਰਣਾਬ ਮੁਖਰਜੀ ਸਾਹਿਬ ਵੀ ਗਏ ਹਰ ਇੱਕ ਨੇ ਆਪੋ ਆਪਣੀ ਗੱਲ ਕੀਤੀ ਹੈ ਪ੍ਰਣਾਬ ਮੁਖਰਜੀ ਸਾਹਿਬ ਨੇ ਕਿਹਾ ਕਿ ਜਦੋਂ ਇੰਦਰ ਕੁਮਾਰ ਗੁਜਰਾਲ ਨੂੰ ਕਾਂਗਰਸ ਪਾਰਟੀ ਨੇ ਦਿੱਤੀ ਹੋਈ ਹਮਾਇਤ ਵਾਪਸ ਲਈ ਜੀ ਜੀ ਮੈਂ ਉਹਦਾ ਵਿਰੋਧ ਕੀਤਾ ਸੀ ਕਿ ਸਾਨੂੰ ਹਮੈਤ ਵਾਪਸ ਨਹੀਂ ਲੈਣੀ ਚਾਹੀਦੀ ਹਮੈਤ ਰਹਿਣੀ ਚਾਹੀਦੀ ਹੈ ਸਰਕਾਰ ਆਪਾਂ ਨਾ ਤੋੜੀਏ ਜੀ ਇਹਨਾਂ ਨੂੰ ਰਹਿਣ ਦਿਓ ਪਰ ਮੇਰੀ ਮੰਨੀ ਨਹੀਂ ਗਈ ਮੈਥੋਂ ਉਲਟੋ ਹਮੈਤ ਵਾਪਸ ਲਈ ਗਈ ਹੂੰ ਫਿਰ ਹੋਇਆ ਕੀ ਹੋਇਆ ਇਹ ਕਿ ਉਹ ਸਰਕਾਰ ਟੁੱਟ ਗਈ ਤੇ ਅਗਲੀ ਸਰਕਾਰ ਫਿਰ ਕੀ ਦੀ ਆਉਂਦੀ ਹੈ ਅਗਲੀ ਸਰਕਾਰ ਆਉਂਦੀ ਹੈ ਭਾਰਤੀ ਜਨਤਾ ਪਾਰਟੀ ਦੀ ਅਟਲ ਬਿਹਾਰੀ ਬਾਦ ਪਾਈ ਦੀ ਅਗਵਾਈ ਵਿੱਚ ਔਰ ਉਹ ਸਰਕਾਰ ਪੂਰੇ 6 ਸਾਲ ਰਹਿੰਦੀ ਹੈ ਉਨਾ 6 ਸਾਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇੰਨੀ ਜਿਆਦਾ ਮਜ਼ਬੂਤ ਹੋ ਗਈ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਗੱਲ ਪ੍ਰਨਾਮ ਮੁਖਰਜੀ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਕੀਤੀ ਕਿਉਂ ਨਾ ਕਹੀ ਕਿਉਂਕਿ ਮੌਕਾ ਮਿਲ ਗੁਜਰਾਲ ਸਾਹਿਬ ਦਾ ਸੀ ਗੁਜਰਾਲ ਸਾਹਿਬ ਨਾਲ ਸੰਬੰਧਿਤ ਗੱਲਾਂ ਕਰਨੀਆਂ ਸੀ ਹੂੰ ਹੂੰ ਜੇ ਪ੍ਰਨਾਮ ਮੁਖਰਜੀ ਨੇ ਇਹ ਗੱਲ ਕੀਤੀ ਤੇ ਡਾਕਟਰ ਮਨੂਨ ਸਿੰਘ ਨੇ ਵੀ ਕਹੀ ਸੀ ਜੀ ਡਾਕਟਰ ਮਨੂਨ ਸਿੰਘ ਕਹਿੰਦੇ ਐ ਕਿ ਮੇਰੇ ਸੰਬੰਧ ਬਣੇ ਸੀ ਗੁਜਰਾਲ ਸਾਹਿਬ ਨਾਲ ਉਦੋਂ ਜਦੋਂ ਉਹ ਇੱਕ ਵਜ਼ੀਰ ਹੁੰਦੇ ਸੀ ਜੀ ਮੈਂ ਵਿੱਤ ਵਿਭਾਗ ਦੇ ਵਿਚਾਰਤਕ ਕੋਈ ਮਤਲਬ ਸੀ ਲੀਡਰ ਆਪਣਾ ਆਪਸੀ ਸਰ ਅਫੀਸਰ ਸੀ ਗੈ ਨਹੀਂ ਸਾਡੇ ਤਾਲੁਕਤ ਬਣ ਕੇ ਸਾਡੇ ਬਹੁਤ ਵਧੀਆ ਤਾਲੁਕਤ ਬਣੇ ਤੇ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਇੰਦਰਾ ਗਾਂਧੀ ਦਾ ਕਤਲ ਹੋਣ ਤੋਂ ਤੁਰੰਤ ਬਾਅਦ ਇਹ ਰਹੇਗੇ ਗੁਜਰਾਲ ਸਾਹਿਬ ਸਿੱਧੇ ਨਰਸਮਰਾਓ ਕੋ ਜਾਂਦੇ ਜੀ ਨਰਸਮਰਾਓ ਨੂੰ ਜਾ ਕੇ ਉਹਨਾਂ ਨੇ ਕਿਹਾ ਕਿ ਨਰਸਮਰਾਓ ਜੀ ਮਾਮਲਾ ਬੜਾ ਬੇਹੱਦ ਸੰਗੀਨ ਹੈ ਜੀ ਪ੍ਰਧਾਨ ਮੰਤਰੀ ਮਾਰੀ ਗਈ ਮਾਰੀ ਗਈ ਆਪਣੇ ਦੋ ਅੰਗ ਰੱਖਾਂ ਅੰਗ ਰੱਖੇ ਤਾਂ ਅੰਗਰਖ ਕੰਦੀ ਪਛਾਣ ਜਿਹੜੀ ਹੈਗੀ ਆ ਉਹ ਸਰਦਾਰਾਂ ਵਾਲੀ ਹੈ ਉਹ ਸਿੱਖ ਹੈ ਆਪਰੇਸ਼ਨ ਬਲੂ ਸਟਾਰ ਹੋ ਕੇ ਹਟੇ ਉਹਦਾ ਬਦਲਾ ਹੈ ਕਿਤੇ ਅਦਲੇ ਦਾ ਬਦਲਾ ਨਾ ਸ਼ੁਰੂ ਹੋ ਜੇ ਹੂੰ ਇਸ ਕਰਕੇ ਆਰਮੀ ਕਾਲ ਕਰ ਲੋ ਜੇ ਆਰਮੀ ਕਾਲ ਕਰ ਲੋਗੇ ਤਾਂ ਗੱਲ ਰੋਕੀ ਜਾ ਸਕਦੀ ਉਹ ਕਹਿੰਦੇ ਵੀ ਜੇ ਉਹਨਾਂ ਨੇ ਉਹ ਗੱਲ ਮੰਨੀ ਹੁੰਦੀ ਤਾਂ ਇਹ ਬਾਣਾ ਨਹੀਂ ਸੀ ਵਾਪਰਨਾ ਹੁਣ ਜਿਹੜੇ ਪੀ ਵੀ ਨਰਸਮਾ ਰੌਤਾ ਇਸ ਦੁਨੀਆ ਚ ਨਹੀਂ ਰਹਿ ਹੂੰ ਹੂੰ ਉਹਨਾਂ ਦੇ ਪੋਤਰੇ ਨੇ ਡਾਕਟਰ ਮਨਮੋਹਨ ਸਿੰਘ ਦੇ ਇਸ ਬਿਆਨ ਤੇ ਕਿੰ ਤੁਹਾਨੂੰ ਕਰਤਾ ਅੱਛਾ ਜੀ ਉਹ ਕਹਿੰਦੇ ਜੀ ਵੀ ਡਾਕਟਰ ਮਨਮੋਹਨ ਸਿੰਘ ਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕਿਉਂਕਿ ਆਰਮੀ ਜਿਹੜੀ ਹੈਗੀ ਹੈ ਉਹ ਇਕੱਲਾ ਗ੍ਰਹਿ ਮੰਤਰੀ ਕਾਲ ਹੀ ਨਹੀਂ ਕਰ ਸਕਦਾ ਹੂੰ ਹੂੰ ਉਹ ਤਾਂ ਜੀ ਕਹਿੰਦੇ ਕੈਬਨਟ ਨੇ ਕਾਲ ਕਰਨੀ ਹੁੰਦੀ ਹੈ ਜੀ ਮੈਂ ਇਹਦੇ ਨਾਲ ਮਤਫਿਕ ਨਹੀਂ ਸਹਿਮਤ ਨਹੀਂ ਜੀ ਕਿਉਂਕਿ ਆਰਮੀ ਨੂੰ ਕਾਲ ਕਰਨ ਦਾ ਅਧਿਕਾਰ ਤਾਂ ਇੱਕ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਵੀ ਹੈਗਾ ਜੇ ਇੱਥੇ ਤੁਸੀਂ ਦੇਖੋ ਵੀ ਕਈ ਵਾਰੀ ਕੋਈ ਆਫਤਾਂ ਆ ਜੀ ਹੜ ਆ ਜਾਣ ਕਿਤੇ ਕੋਈ ਵੱਡਾ ਹਾਦਸਾ ਵਾਪਰ ਜੇ ਤਾਂ ਡੀਐਮ ਕਾਲ ਟੁੱਟ ਜੇ ਉਦੋਂ ਡੀਐਮ ਕਾਲ ਕਰ ਲੈਂਦੇ ਇੱਥੇ ਸਥਿਤੀ ਇਹ ਵੀ ਦੇਖੀ ਹੈ ਕਿ ਇੱਕ ਵਾਰੀ ਨਾਹਨ ਦੇ ਵਿੱਚ ਇੱਕ ਨੈਤ ਤਸੀਲਦਾਰ ਨੇ ਵੀ ਬਤੌਰ ਐਗਜ਼ੀਕਟਿਵ ਮੈਜਿਸਟ੍ਰੇਟ ਆਰਮੀ ਕਾਲ ਕਰ ਲਈ ਸੀ ਜੀ ਆਪਰੇਸ਼ਨ ਬਲੂ ਸਟਾਰ ਹੋਇਆ ਆਪਰੇਸ਼ਨ ਬਲੂ ਸਟਾਰ ਬਾਰੇ ਮੈਨੂੰ ਇਹ ਦਿਖਾ ਦਿਓ ਅੱਜ ਤੱਕ ਕੈਬਨਿਟ ਦੀ ਕਿਸੇ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਸੀ ਆਪਰੇਸ਼ਨ ਬਲੂ ਸਟਾਰ ਕਰਨ ਦਾ ਨਹੀਂ ਕਿਤੇ ਕੈਬਨਿਟ ਦੇ ਵਿੱਚ ਕੋਈ ਰੈਗੂਲੇਸ਼ਨ ਪਾਸ ਕੀਤਾ ਸੀ ਨਹੀਂ ਜੀ ਕਿ ਲਓ ਜੀ ਆਰਮੀ ਨੂੰ ਭੇਜੋ ਜੇ ਇੱਕ ਧਾਰਮਿਕ ਸਥਾਨ ਦੇ ਉੱਤੇ ਹਮਲਾ ਕਰਨ ਵੇਲੇ ਕੈਬਨਿਟ ਦੀ ਮੀਟਿੰਗ ਨਹੀਂ ਹੁੰਦੀ ਕੋਈ ਪ੍ਰਵਾਨਗੀ ਨਹੀਂ ਹੁੰਦੀ ਤੇ ਇੱਥੇ ਜਿੱਥੇ ਐਡੇ ਵੱਡੇ ਪਾਈਚਾਰੇ ਦੇ ਵਿੱਚ 3000 ਦੇ ਕਰੀਬ ਲੋਕ ਮਾਰੇਗੇ ਉਹਨਾਂ ਦੇ ਬਾਰੇ ਇੱਕ ਜ਼ਿੰਮੇਵਾਰ ਵਿਅਕਤੀ ਜਿਹੜਾ ਪੰਜਾਬ ਦਾ ਇੱਕ ਨਾਮਵਰ ਜੰਪਲਪੁੱਤ ਹੈ ਜਿਹੜਾ ਪ੍ਰਧਾਨ ਮੰਤਰੀ ਬਣਿਆ ਜੀ ਉਹ ਪਹਿਲਾਂ ਵੀ ਇੰਦਰਾ ਗਾਂਧੀ ਦੀ ਕੈਬਨਿਟ ਦੇ ਵਿੱਚ ਸੁਚਨਾ ਮੰਤਰੀ ਵੀ ਰਹੇ ਉਹ ਬੰਦਾ ਸੋਵੀਟ ਯੂਨੀਅਨ ਦੇ ਵਿੱਚ ਸਾਡਾ ਰਾਜਦੂਤ ਵੀ ਰਹੇ ਅਗਰ ਉਹ ਆ ਕੇ ਗੱਲ ਕਹਿੰਦਾ ਤੇ ਉਹਦੀ ਗੱਲ ਬਲ ਧਿਆਨ ਕਿਉਂ ਨਾ ਦਿੱਤਾ ਗਿਆ ਦੂਜੀ ਗੱਲ ਮੈਂ ਇਥੇ ਇਹ ਗੱਲ ਕੋ ਲੋਕ ਇਹ ਵੀ ਕਹਿੰਦੇ ਮੈਂ ਵੀ ਉਹਨਾਂ ਨਾਲ ਸਹਿਮਤ ਆ ਕਿ ਜਿਵੇਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਹਿੰਸਾ ਫੁੱਟਦੀ ਹੈ ਜੀ ਸਿੱਖਾਂ ਦਾ ਕਤਲੇਆਮ ਸ਼ੁਰੂ ਹੁੰਦਾ ਹੈ ਉਸ ਵੇਲੇ ਰਾਜੀਵ ਗਾਂਧੀ ਦਾ ਇੱਕ ਬੜਾ ਗੈਰ ਜ਼ਿੰਮੇਵਾਰ ਬਿਆਨ ਆਇਆ ਸੀ ਕਿ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਤੇ ਧਰਤੀ ਹਿੱਲਦੀ ਹੈ ਉਹਦੇ ਨਾਲ ਸੰਕੇਤ ਗਿਆ ਕਿ ਉਹਨੇ ਇਸ਼ਾਰਾ ਕੀਤਾ ਸੀ ਕਿ ਇਹਨਾਂ ਦਾ ਕਰਦੂ ਕੰਮ ਤਮਾਮ ਜੀ ਉਹ ਕਰਵਾਇਆ ਗਿਆ ਸੀ ਰਾਜੀਵ ਗਾਂਧੀ ਉਹਦਾ ਗੁਨਾਹਗਰ ਹੈ ਪਰ ਕੀ ਕਹ ਲੈ ਰਾਜੀਵ ਗਾਂਧੀ ਗੁਨਾਹਗਰ ਹੈ ਹੂੰ ਹੂੰ ਗਿਆਨੀ ਜੈਲ ਸਿੰਘ ਜਿਹੜਾ ਦੇਸ਼ ਦਾ ਰਾਸ਼ਟਰਪਤੀ ਸੀ ਉਹ ਗੁਨਾਹਗਰ ਨਹੀਂ ਜੀ ਹਾਲਾਂਕਿ ਬਾਅਦ ਦੇ ਵਿੱਚ ਇਹ ਖਬਰਾਂ ਆਈਆਂ ਕਿ ਰਾਸ਼ਟਰਪਤੀ ਦੀ ਇੱਕ ਨਹੀਂ ਚਲੀ ਹੂੰ ਲੇਕਿਨ ਰਾਸ਼ਟਰਪਤੀ ਨੇ ਇੱਕ ਬਹੁਤ ਵੱੱਜਰ ਅਪਰਾਧ ਕੀਤਾ ਹੈ ਗੁਨਾਹ ਕੀਤਾ ਹੈ ਜੀ ਉਹ ਜਿਹੜੀ ਜਿਹੜੀ ਉਹਦੀ ਉਹ ਗਲਤੀ ਸੀ ਉਹ ਗਲਤੀ ਵੀ 3000 ਬੰਦਿਆਂ ਦੀ ਮੌਤ ਦਾ ਕਾਰਨ ਬਣੀ ਉਹ ਗਲਤੀ ਕੀ ਸੀ ਜੀ ਉਹ ਗਲਤੀ ਇਹ ਸੀ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਉਹਦੇ ਮੁੰਡੇ ਨੂੰ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਦੀ ਸੌਕ ਕਿਉਂ ਚੁਕਾਈ ਗਈ ਜਿਸ ਬੰਦੇ ਦੀ ਮਾਂ ਮਰੀ ਵੀ ਹੈ ਉਹਨੂੰ ਖੁਸ਼ ਕਰਨ ਵਾਸਤੇ ਚਮਚੇ ਕਿਸੇ ਵੀ ਹੱਦ ਤੱਕ ਜਾ ਸਕਦੇ ਕਿ ਤੇਰੀ ਮਾਂ ਮਰੀ ਹੈ ਤੇਰੀ ਮਾਂ ਦਾ ਲੈ ਰਿਆ ਬਦਲਾ ਜਿਉ ਨਾ ਵੀ ਚਾਹੁੰਦਾ ਉਹਨਾਂ ਨੇ ਫੇਰ ਵੀ ਕਰਨੀ ਸੀ ਪਰ ਉੱਥੇ ਤਾਂ ਕਹਿੰਦੇ ਇਸ਼ਾਰਾ ਉਹਦੇ ਆਪ ਦੇ ਬੰਦਿਆਂ ਦਾ ਸੀ ਕਦੇ ਪ੍ਰਧਾਨ ਮੰਤਰੀ ਆਪਨੇ ਕਹਿੰਦਾ ਹੁੰਦਾ ਕਿ ਤੁਸੀਂ ਇੱਕ ਘਟਗੀਤੀ ਭਾਈਚਾਰੇ ਨੂੰ ਮਾਰ ਦਿਓ ਉਹਦਾ ਇਸ਼ਾਰਾ ਹੁੰਦਾ ਨਾਲਦੇ ਨੂੰ ਨਾਲ ਦੇ ਕਹਿੰਦੇ ਪੀਐਮ ਸਭਾ ਚੋਂ ਦੀ ਅਫਸਰ ਨੂੰ ਹੁਕਮ ਤਾ ਉਹ ਦੇ ਦਿੰਦੀ ਪਰ ਉਹ ਤੋਂ ਪਹਿਲਾਂ ਦਾ ਇਤਿਹਾਸ ਕੀ ਹੈ 1964 ਦੇ ਵਿੱਚ ਪੰਡਤ ਜਵਾਰਲਾਲ ਨਹਿਰੂ ਦੀ ਮੌਤ ਹੁੰਦੀ ਹੈ ਜੀ ਪੰਡਤ ਜਵਾਰਲਾਲ ਨਹਿਰੂ ਦੀ ਮੌਤ ਤੋਂ ਤੁਰਤ ਬਾਅਦ ਨਹੀਂ ਸੀ ਸੌਮ ਚਕਾਈ ਲਾਲ ਬਹਾਦਰ ਸ਼ਾਸਤਰੀ ਨੇ ਹਮ ਐਕਟਿੰਗ ਪ੍ਰਾਈਮ ਮਿਨਿਸਟਰ ਦੀ ਸੌਂ ਕਿਹੇ ਚ ਕਿਸ ਗੁਜਰੀ ਲਾਲ ਨੰਦਾਨੇ 1965 ਦਾ ਜਿਹੜਾ ਭਾਰਤ ਪਾਕਿਸਤਾਨ ਜੁੱਧ ਹੁੰਦਾ ਉਸ ਜੁੱਧਾ ਰਾਜੀਨਾਮਾ ਕਰਵਾਉਣ ਵਾਸਤੇ ਤਾਸ਼ਕੰਦ ਜਾਂਦੇ ਐ ਲਾਲਬਦਰ ਸ਼ਾਸਤਰੀ ਸਾਹਿਬ ਉੱਥੇ ਰਾਤ ਨੂੰ ਉਹਨਾਂ ਨੂੰ ਅਟੈਕ ਹੋ ਜਾਂਦਾ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਮੌਤ ਤੋਂ ਬਾਅਦ ਫਿਰ ਐਕਟਿੰਗ ਪ੍ਰਧਾਨ ਮੰਤਰੀ ਕਾਉਂਡ ਬਣਦਾ ਜੀ ਗੁਲਜ਼ਾਰੀ ਲਾਲ ਨੰਦਾ ਉਹ ਤੋਂ ਬਾਅਦ ਇੰਦਰਾਂਗਨ ਦੀ ਪ੍ਰਾਈਮ ਮਿਨਿਸਟਰ ਬਣਦੀ ਹੈ ਜੇ ਦੋ ਮਸਾਲਾ ਸਾਡੇ ਕੋਲੇ ਪੈਦਾ ਹੈ ਪਹਿਲਾ ਹੈ ਕਿ ਐਕਟਿੰਗ ਪ੍ਰਾਈਮ ਮਿਨਿਸਟਰ ਬਣਾ ਦਿਓ ਹਾਲਾਤ ਨੂੰ ਸੰਭਾਲੋ ਬਾਅਦ ਵਿੱਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕਰ ਲਓ ਜੇ ਗਿਆਨੀ ਜੈਲ ਸਿੰਘ ਉਹ ਤੋਂ ਨਾ ਕਰਦਾ ਤਾਂ ਕਦੇ ਵੀ ਇਹ ਨਹੀਂ ਸੀ ਹੁੰਦਾ ਜੀ ਪਰ ਡਾਕਟਰ ਮਨਮੋਨ ਸਿੰਘ ਨੇ ਜੀ ਇੱਕ ਗੱਲ ਕਹੀ ਹੈ ਇਹ ਗੱਲ ਕੋਈ ਪਹਿਲੀ ਵਾਰ ਨਹੀਂ ਆਈ ਜੀ ਇਹ ਗੱਲ ਇਹ ਤੋਂ ਪਹਿਲਾਂ ਵੀ ਆ ਚੁੱਕੀ ਹੈ ਯਾਦ ਕਰੋ ਤੁਸੀਂ 1992 ਹੂੰ 1992 ਦੇ ਵਿੱਚ ਜਦੋਂ ਪਾਰਲੀਮੈਂਟ ਦੇ ਵਿੱਚ ਪਲੇਠਾ ਭਾਸ਼ਣ ਕੀਤਾ ਜਗਮੀਤ ਸਿੰਘ ਬਰਾੜ ਬਰਾੜ ਨੇ ਹਾਂ ਜੀ ਉਦੋਂ ਜਗਮੀਤ ਸਿੰਘ ਬਰਾੜ ਜਦੋਂ ਭਾਸ਼ਣ ਕਰਦਾ ਸੀ ਤੇ ਪ੍ਰਧਾਨ ਮੰਤਰੀ ਦੇਸ਼ ਦਾ ਕੌਣ ਸੀ ਨਰਸਿਮਹਾ ਰਾਓ ਨਰਸਿਮਹਾ ਰਾਓ ਨਰਸਿਮਹਾ ਰਾਓ ਬਲ ਮੈਂ ਉਹ ਜਸ਼ਮਦੀਤ ਗੁਆ ਉਹਦੀਆਂ ਜਿਹੜੀਆਂ ਉਹ ਵੀਡੀਓਜ਼ ਆ ਅੱਜ ਵੀ ਉਹ ਅਵੇਲੇਬਲ ਹੈ ਜਦੋਂ ਉਂਗਲ ਕਰਕੇ ਜਗਮੀਤ ਬਰਾੜ ਕਹ ਰਿਹਾ ਮਿਸਟਰ ਪ੍ਰਾਈਮ ਮਿਨਿਸਟਰ ਯੂ ਆਰ ਦਾ ਰਿਸਪੋਨਸਿਬਲ ਫਾਰ ਦਾ 6 ਮਾਸਿਕ ਕਿਉਂਕਿ ਵੀ ਹੈਗੇ ਹੋਮ ਮਿਨਿਸਟਰ ਤੁਸੀਂ ਪ੍ਰਬੰਧ ਨਹੀਂ ਕੀਤੀ ਇਹਦਾ ਮਤਲਬ ਹੈ ਸ਼ਾਇਦ ਜਗਮੀਤ ਨੂੰ ਵੀ ਇਸ ਗੱਲ ਦਾ ਪਤਾ ਹੋਵੇ ਕਿ ਨਰਸਮਹਾ ਰੌ ਨੂੰ ਜਾਂ ਕਿ ਗਿਆਸੀ ਗੁਜਰਾਲ ਸਾਹਿਬ ਨੇ ਗੁਜਰਾਲ ਸਾਹਿਬ ਤਾਂ ਇਸ ਦੁਨੀਆ ਚ ਨਹੀਂ ਰਹੀ ਨਹੀਂ ਰਹੇ ਹੁਣ ਤੁਸੀਂ ਅਗਲੀ ਗੱਲ ਕਹੀ ਹੈ ਕਿ ਇੱਕ ਅਕਾਲੀਆਂ ਨੂੰ ਮੁੱਦਾ ਮਿਲ ਗਿਆ ਲੇਕਿਨ ਇੱਥੇ ਸਹੀ ਗੱਲ ਕੀ ਹੈ ਹੂੰ ਹੂੰ ਇੱਥੇ ਕਾਲੀ ਪਾਇ ਕੋਸ਼ ਕਹੀ ਜਾਂਦੇ ਅਰਾਈ ਸਭਾ ਦੇ ਵਿੱਚ ਅਕਾਲੀ ਭਾਈਆਂ ਦਾ ਸਭ ਤੋਂ ਵੱਡਾ ਚਿਹਰਾ ਕੌਣ ਹੈ ਜੀ ਭਾਵੇਂ ਪ੍ਰਧਾਨ ਉੱਥੇ ਮੈਂਬਰ ਤਾਂ ਪੁੰਤਰ ਸਾਹਿਬ ਹੀ ਜੀ ਮੈਂਬਰ ਉੱਥੇ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਅਸਤੀਫਾ ਹਾਲੇ ਉਹਨਾਂ ਵੀ ਨਹੀਂ ਦਿੱਤਾ ਉਹ ਵੀ ਅਕਾਲੀ ਦਲ ਦੇ ਕੋਟੀਤੀ ਬੋਲਦੇ ਕੋਟੇ ਜੀ ਬੋਲਦੇ ਪਰ ਉੱਥੇ ਗੁਜਰਾਲ ਸਾਹਿਬ ਦਾ ਪਰ ਉੱਥੇ ਨਰੇਸ਼ ਗੁਜਰਾਲ ਹੈ ਹਮ ਜਿਹੜਾ ਹਰ ਮਾਮਲੇ ਦੇ ਵਿੱਚ ਚਾਹੇ ਹਰਸਿਮਰਤ ਕੌਰ ਬਾਦਲ ਹੋਵੇ ਚਾਹੇ ਸੁਖਬੀਰ ਸਿੰਘ ਬਾਦਲ ਹੋਵੇ ਜਦੋਂ ਕੇਂਦਰ ਨੂੰ ਮਿਲਣਾ ਹੁੰਦਾ ਤਾਂ ਉਹਨਾਂ ਨੂੰ ਅਕੇਲਾ ਆ ਜਾਂਦਾ ਨਹੀਂ ਸਹੀ ਮੈਂ ਇਹਦੇ ਵਿੱਚ ਅੱਜ ਉਹ ਵੀ ਆਪਣੇ ਬਾਪ ਵਾਲੀ ਭੂਮਿਕਾ ਅਦਾ ਕਰ ਰਹੇ ਹਮ ਹਮ ਉਹ ਕੇਂਦਰ ਦੇ ਨਾਲ ਜਿਹੜੇ ਉਹਦੇ ਰਿਲੇਸ਼ਨ ਆ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਵੀ ਬਾਕੀਆਂ ਨਾਲ ਵੀ ਜੀ ਉਹਦੀ ਤੁਸੀਂ ਸਟੇਟਮੈਂਟ ਪੜ੍ਹ ਕੇ ਦੇਖੋ ਕੀ ਕਹਿੰਦਾ ਨਰੇਸ਼ ਕੁਜਰਾਲ ਕਹਿੰਦਾ ਡਾਕਟਰ ਮਨਮੋਨ ਸਿੰਘ ਨੇ ਜੋ ਕਿਹਾ ਠੀਕ ਹੈ ਹਮ ਇਹ ਦਰਸਤ ਹੈ ਇਸ ਕਰਕੇ ਹੁਣ ਆਪਾਂ ਡਾਕਟਰ ਮਨਮੋਨ ਸਿੰਘ ਦੇ ਮਗਰ ਕੋਈ ਕੁਸ਼ਕ ਲੈ ਕੇ ਪਿਆ ਕੋਈ ਕੁਸ਼ ਬੰਦਾ ਉਸ ਆਉ ਉਹਨੇ ਗੱਲ ਕਰ ਲਈ ਸਾਰੀ ਜਿਹੜੇ ਜ਼ਿੰਮੇਵਾਰ ਹੈ ਹਮ ਹਮ ਉਹ ਜ਼ਿੰਮੇਵਾਰਾਂ ਦਾ ਤਾਂ ਜੇ ਆਪਾਂ ਕਹਿੰਦੀ ਮਨਮੋਨ ਸਿੰਘ ਰਾਜ ਕਿਉਂ ਨਹੀਂ ਲੰਦਾ rahul rajiv gandhi ਦਾ ਉਹ ਤਾਂ ਕਿਤਾਬਾਂ 'ਚ ਲਿਖਿਆ ਪਿਆ ਪੂਰਕਾ ਸਾਹਿਬ ਨੇ ਕਿਤਾਬ ਲਿਖੀ ਹੈ ਰੋਜ਼ ਜਿਹੜੀ ਡਿਸਕਸ਼ਨ ਹੁੰਦੀ ਹੈ ਜਦੋਂ ਉਹ ਇਹ ਗੱਲ ਕਹੇਤੀ ਕਿ ਵੱਡਾ ਦਰਖਤ ਡਿੱਗਦਾ ਧਰਤੀ ਹਿੱਲਦੀ ਹੈ ਤਾਂ ਮਤਲਬ ਹੈ ਇਸ਼ਾਰਾ ਸੀ ਇਸ਼ਾਰਾ ਤਾਂ ਸਿੱਧਾ ਹੀ ਸੀਗਾ ਹਾਂ ਜੀ ਸੋ ਅਮਰੀਕਾ ਦੇ ਵਿੱਚ ਤੁਹਾਨੂੰ ਸਭ ਪਿੱਛੇ ਜੇ ਤੁਹਾਨੂੰ ਪਤਾ ਹੋਵੇਗਾ ਇੱਕ ਪੁਲਿਸ ਅਫਸਰ ਨੂੰ ਗੋਲੀਆਂ ਮਾਰ ਕੇ ਇੱਕ ਬੰਦੇ ਨੇ ਸ਼ਹੀਦ ਕਰ ਦਿੱਤਾ ਸੀ ਇੱਕ ਮੈਕਸੀਕਨ ਚਰਚਾ ਪੰਜਾਬ ਦੇ ਵਿੱਚ ਚੱਲਦੀ ਰਹਿੰਦੀ ਹੈ ਕਿ ਜਮੀਨਾਂ ਜਾਇਦਾਦਾਂ ਜਿਹੜੇ ਸਾਡੇ 7 ਸਮੁੰਦਰੋਂ ਪਾਰ ਬੈਠੇ ਆ ਭਰਾ ਉਹਨਾਂ ਦੇ ਕਬਜ਼ੇ ਹੋ ਜਾਂਦੇ ਨੇ ਤੇ ਅਕਸਰ ਕਬਜ਼ੇ ਵੀ ਨਜ਼ਦੀਕੀ ਨਿੱਜੀ ਹੀ ਕਰਦੇ ਨੇ ਤੇ ਇੱਥੇ ਵੀ ਕਹਿੰਦੇ ਘਟਨਾ ਉਹੀ ਹੈ ਕਿ ਉਹਨਾਂ ਦੀ ਜਾਇਦਾਦ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਕਬਜ਼ਾ ਕਰ ਲਿਆ ਐਨ ਆਰ ਆਈ ਭਰਾਵਾਂ ਦੇ ਨਾਲ ਕੀ ਵਾਪਰਦੀ ਹੈ ਇਹਦੇ ਬਾਰੇ ਮੇਰਾ ਖਿਆਲ ਵੀ ਸਾਡੇ ਨਾਲੋਂ ਜ਼ਿਆਦਾ ਤਾਂ ਉਹ ਆਪ ਆਪ ਜਾਣਦੇ ਆ ਜਿਨ੍ਹਾਂ ਦੇ ਨਾਲ ਹੱਡ ਬੀਤੀ ਹੁੰਦੀ ਹੈ ਉਹਨਾਂ ਦੀ ਜਦਾ ਤੱਕ ਕਿਵੇਂ ਦੱਬੀਆਂ ਜਾਂਦੀਆਂ ਗਾਹੇ ਬਗਾਹੇ ਕਦ ਨਾ ਕਦੇ ਸਾਡੇ ਧਿਆਨ ਚ ਕੋਈ ਮਾਮਲਾ ਆ ਜਾਂਦਾ ਹੈ ਆਪਾਂ ਉਹਦੇ ਚ ਇੰਟਰਫੀਅਰ ਕਰਦੇ ਆ ਮਨੁੱਖ ਹੋਣ ਦੇ ਨਾਤੇ ਇੱਕ ਨਾਗਰਿਕ ਹੋਣ ਦੇ ਨਾਤੇ ਸਾਨੂੰ ਉਹਦਾ ਪਤਾ ਲੱਗਦਾ ਕਿ ਉਹਨਾਂ ਨੂੰ ਕਿਹੋ ਜਿਹੇ ਦੁਸ਼ਾਭਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀ ਇਟਲੀ ਦੇ ਇੱਕ ਨਾਗਰਿਕ ਦੀ ਜ਼ਮੀਨ ਨੂੰ ਹੜਪਣ ਵਾਸਤੇ ਸਿਆਸਤਦਾਨਾਂ ਨੇ ਲਠ ਮਾਰਾਂ ਨੇ ਤੇ ਪੁਲਿਸ ਦੇ ਗੱਟ ਜੋੜਨੇ ਉਹ ਆਪਾਂ ਜ਼ਿਕਰ ਕੀਤਾ ਸੀ ਹੁਣ ਸੰਦੀਪ ਸਿੰਘ ਤਾਂ ਕੋਈ ਛੋਟੀ ਮੋਟੀ ਚੀਜ਼ ਨਹੀਂ ਨਾ ਜੀ ਸੰਦੀਪ ਸਿੰਘ ਉਹ ਸ਼ਖਸ਼ ਹੈ ਜਿਸ ਬੰਦੇ ਨੇ ਬੜੀ ਇਮਾਨਦਾਰੀ ਦੇ ਨਾਲ ਤੇ ਬੜੀ ਪ੍ਰਤੀਬੱਧਤਾ ਦੇ ਨਾਲ ਅਮਰੀਕਾ ਦੇ ਵਿੱਚ ਬਤੌਰ ਪੁਲਿਸ ਆਫਸਰ ਆਪਣੀ ਸੇਵਾ ਨਿਭਾਈ ਜੀ ਉਸ ਬੰਦੇ ਨੇ ਮਾਨਤਾ ਕਿੰਨਾ ਘਟਿਆ ਉਹ ਪੰਜਾਬੀ ਭਾਈਚਾਰੇ ਦਾ ਕਿੰਨਾ ਹਰਮਨ ਪਿਆਰਾ ਸੀ ਸਿੱਖ ਭਾਈਚਾਰੇ ਦਾ ਨਾ ਕਿੱਡਾ ਵੱਡਾ ਉੱਚਾ ਕੀਤਾ ਕਿ ਜਦੋਂ ਇੱਕ ਸਿਰੇ ਇੱਕ ਸਰਹਰੇ ਹੱਥੋਂ ਉਹਦਾ ਕਤਲ ਹੋ ਗਿਆ ਉਹਦਾ ਅੰਤਮ ਸੰਸਕਾਰ ਹੁੰਦਾ ਤੇ ਉਹਦੇ ਅੰਤਮ ਸੰਸਕਾਰ ਦੇ ਵਿੱਚ ਅਮਰੀਕਾ ਦੇ ਵੱਡੇ ਪੁਲਿਸ ਅਫਸਰ ਜਿਵੇਂ ਆਉਂਦੇ ਐ ਜਿਵੇਂ ਉਹ ਉਸ ਪਰਿਵਾਰ ਦਾ ਸਤਿਕਾਰ ਕਰਦੇ ਐ ਉਸ ਬੰਦੇ ਨੂੰ ਮਾਨ ਬਖਸ਼ਦੇ ਛੋਟੀ ਗੱਲ ਨਹੀਂ ਜੀ ਔਰ ਪਤਾ ਲੱਗਿਆ ਕਿ ਅਮਰੀਕਾ ਦੀ ਸਰਕਾਰ ਨੇ ਉੱਥੋਂ ਦੀ ਪੁਲਿਸ ਨੇ ਸੰਦੀਪ ਸਿੰਘ ਦਾ ਸਟੈਚੂ ਸਥਾਪਿਤ ਕਰਨ ਦਾ ਫੈਸਲਾ ਵੀ ਕੀਤਾ ਜਦੋਂ ਇਹ ਖਬਰਾਂ ਆ ਰਹੀਆਂ ਸਾਡੇ ਇੱਕ ਪ੍ਰਵਾਸੀ ਭਰਾ ਨੇ ਕਿੱਡਾ ਵੱਡਾ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਆਪਣੇ ਭਾਈਚਾਰੇ ਦਾ ਨਾਮ ਉੱਚਾ ਕੀਤਾ ਦੇਸੀ ਆਪਣੀ ਬੁਕਲ ਚ ਨਿਗਾਹ ਮਾਰਦੇ ਆ ਤਾਂ ਸਿਰ ਸ਼ਰਮ ਨਾਲ ਚੁੱਕ ਜਾਂਦਾ ਜੀ ਸੰਦੀਪ ਸਿੰਘ ਦਾ ਪਿੰਡ ਹੈ ਜੀ ਢਾਲੀਵਾਲ ਜਿਹੜਾ ਕਪੂਰਥੜਾ ਚ ਹੂੰ ਹੂੰ ਸ਼ੇਖੂਪੁਰਾ ਪਿੰਡ ਖੋਰਾ ਨੇੜੇ ਜੀ ਉਹ ਸ਼ਾਇਦ ਉਹਦੇ ਨਾਨਕੇ ਹੋਣ ਜਾਂ ਉਹਨਾਂ ਦੀ ਮਾਂ ਦੀ ਕੋਈ ਹੋਰ ਰਿਸ਼ਤੇਦਾਰੀ ਹੋਵੇ ਉਸ ਪਿੰਡ ਦੇ ਵਿੱਚ 4 ਏਕੜ ਤੇ ਕੁਝ ਮਰਲੇ ਜ਼ਮੀਨ ਸੰਦੀਪ ਸਿੰਘ ਦੀ ਮਾਂ ਦੇ ਰਾਂ ਜੀ ਤੇ ਉਹਦੀ ਮਾਸੀ ਦੇ ਨਾਲ ਸੀ ਇਹ ਅਮਰੀਕਾ ਚ ਚਲੇ ਗਏ ਇਨੇ ਅਮਰੀਕਾ ਜਾਣ ਤੋਂ ਬਾਅਦ ਇੱਕ ਜਾਲੀ ਜਿਹੜੀ ਹੈਗੀ ਐ ਪਾਵਰ ਆਫ ਅਟਾਰਨੀ ਬਣਾਈ ਗਈ ਉਸ ਪਾਵਰ ਆਫ ਅਟਾਰਨੀ ਦੇ ਨਾਂ ਥੱਲੇ ਰਿਸ਼ਤੇਦਾਰਾਂ ਨੇ ਉਹ ਜ਼ਮੀਨ ਆਪਣੇ ਨਾਂ ਕਰਵਾ ਲਈ ਜੀ ਆ ਪਤਾ ਤਾਂ ਰਿਸ਼ਤੇਦਾਰ ਨੇ ਕੁੰਡੀਆਂ ਦਾ ਤਾਂ ਬਗਾਨੇ ਨੂੰ ਕੀ ਪਤਾ ਹੁੰਦਾ ਬਗਾਨੇ ਨੂੰ ਤਾਂ ਕੀ ਪਤਾ ਹੁੰਦਾ ਨਾਂ ਦਾ ਨਾਂ ਤੱਕ ਨਹੀਂ ਪਤਾ ਹੁੰਦਾ ਉਹਨਾਂ ਨੂੰ ਜਦੋਂ ਕਰਵਾ ਲਈ ਸੰਦੀਪ ਸਿੰਘ ਦੇ ਪਰਿਵਾਰ ਨੂੰ ਪਤਾ ਲੱਗਿਆ ਉਹਨਾਂ ਨੇ ਥਵਾਰਦੀਆਂ ਵਗੈਰਾ ਪਾਤੀਆਂ ਪੁਲਿਸ ਨੇ ਕਹਿੰਤਾ ਜੀ ਅਸੀਂ ਕੇਸ ਰਜਿਸਟਰ ਕਰ ਲੈਨੇ ਲੇਕਿਨ ਸਾਨੂੰ ਅਸਲ ਦਸਤਾਵੇਜ਼ ਚਾਹੀਦੇ ਕਹਿੰਦੇ ਕੋਈ ਗੱਲ ਨਹੀਂ ਅਸਲ ਦਸਤਾਵੇਜ਼ ਲੈਣਾ ਅਕਤੂਬਰ ਮਹੀਨੇ ਦੇ ਵਿੱਚ ਸੰਦੀਪ ਸਿੰਘ ਨੇ ਅਸਲ ਦਸਤਾਵੇਜ਼ ਲੈ ਕੇ ਇੱਥੇ ਆਉਣਾ ਸੀ ਜੀ ਲੇਕਿਨ ਉਹ ਤੋਂ ਪਹਿਲਾਂ ਉਹ ਨਹੀਂ ਰਹੀ ਉਹਨਾਂ ਦਾ ਕਤਲ ਹੋ ਗਿਆ ਹੁਣ ਸਵਾਲ ਹੈ ਵੀ ਇੱਕ ਫਰਾਂ ਦੇ ਵਿੱਚ ਖਬਰ ਆ ਗਈ ਜੀ ਕਿ ਇੱਕ ਬੰਦਾ ਜਿਹਨੇ ਆਪਣੀ ਜਾਨ ਕੁਰਬਾਨ ਕੀਤੀ ਅਮਰੀਕਾ ਦੇ ਵਿੱਚ ਤੇ ਆਪਦੇ ਭਾਈਚਾਰੇ ਵਾਸਤੇ ਐਡਾ ਮਾਨ ਤਾਨ ਖਟਿਆ ਹੂੰ ਹੂੰ ਉਹਦੇ ਆਪਦੇ ਦੇਸ਼ ਦੇ ਵਿੱਚ ਉਹਦੀ ਆਪਣੀ ਜਾਇਦਾਦ ਉਹਦੇ ਆਪਣੇ ਰਿਸ਼ਤੇਦਾਰਾਂ ਨੇ ਹੜਾ ਲਈ ਉਨ ਆਪਾ ਸ਼ਾਸਨ ਪ੍ਰਸ਼ਾਸਨ ਨੂੰ ਜਿਹਦੇ ਵਿੱਚ ਔਲਾਬਾ ਕੀ ਦੇਗੇ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਆਪ ਦਾ ਲਹੂ ਚਿੱਟਾ ਹੋ ਜੇ ਹੂੰ ਹੂੰ ਉਦੋਂ ਬਗਾਨਿਆਂ ਨੂੰ ਔਲਾਬਾ ਦੇ ਦੀ ਲੋੜ ਨਹੀਂ ਕਿ ਜਿਹੜੇ ਨੇੜੇ ਦੇ ਰਿਸ਼ਤੇਦਾਰ ਆ ਉਹ ਇਹ ਹਿੱਆ ਕਰਨ ਜੀ ਚਾਹੀਦਾ ਤਾਂ ਐਸੀ ਕਿ ਜਦੋਂ ਸੰਦੀਪ ਸਿੰਘ ਦੀ ਐਨੀ ਮੈਮਾ ਹੋ ਗਈ ਸੀ ਉਹਦੇ ਮਰਨ ਤੋਂ ਬਾਅਦ ਆਪ ਹੀ ਉਹ ਕਹਿੰਦੇ ਕਿ ਆਹ ਲੋ ਜੀ ਤੁਸੀਂ ਆਪਣੀ ਜਾਇਦਾਦ ਸੰਭਾਲੋ ਹੂੰ ਹੂੰ ਅਸੀਂ ਮੋੜਤੀ ਪਰ ਉਹਨੇ ਮੋੜੀ ਨਹੀਂ ਹੁਣ ਮਾਪੇ ਜਾਂ ਉਹਦੀ ਵਾਈਫ ਵਿਧਵਾ ਵਿਚਾਰੀ ਉੱਥੇ ਬੈਠੀ ਹੈ ਉਹਨਾਂ ਨੂੰ ਆ ਕੇ ਆਪਣੀ ਜ਼ਮੀਨ ਜਾਇਦਾਦ ਦੀ ਖਾਤਰ ਜਦੋਜਾਦ ਕਰਨੀ ਕੋ ਖਾਲਾ ਜੀ ਦਾ ਬੜਾ ਬੜਾ ਨਹੀਂ ਜੀ ਬਹੁਤ ਔਖਾ ਪਹਿਲੀ ਗੱਲ ਤਾਂ ਕੋਈ ਆਉਂਦਾ ਹੀ ਨਹੀਂ ਬੱਚਿਆਂ ਦੀ ਤਾਂ ਕੋਈ ਦਿੰਦਾ ਨਹੀਂ ਸਰ ਸਾਹਿਬ ਚਾਰ ਜਿਹੜੇ ਮੈਨੂੰ ਲਾਉਣੇ ਪਏਗੇ ਪਿਛਲੇ ਆ ਮਹੀਨੇ ਤੇ ਮੇਰਾ ਤੇਲ ਨਿਕਲ ਗਿਆ ਫਾਈਲ ਕਰ ਦੱਸੋ ਕੀ ਕਰੂੰਗਾ ਬਿਲਕੁਲ 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 ਨੇ ਹੁਣ ਮੈਨੂੰ ਗਾਹੇ ਬਗਾਹੇ ਕੁਛ ਕਾਮੀ ਇਸ ਕਿਸਮ ਦੀ ਹੈ ਕਿ ਗਾਹੇ ਬਗਾਹੇ ਜਾਣਾ ਪੈਂਦਾ ਬੁਰਾ ਹਾਲ ਹੋ ਜਾਂਦਾ ਤੜਕੇ ਜਾਏ ਲੈ ਕਿ ਅੱਥਰੂ ਤਾਂ ਕਿੰਨਾ ਕਿੰਨਾ ਸਬਰ ਕਰਨਾ ਪੈਂਦਾ ਹੈ ਸਤਸੰਦ ਰੋਬਰ 14 ਜਾਂ 14 ਤੋਂ ਲੈ ਕੇ 16 16 20 20 ਘੰਟਿਆਂ ਤੱਕ ਦਾ ਸਫ਼ਰ ਕਰਕੇ ਕਿਵੇਂ ਕਰਨ ਫਿਰ ਮੰਨ ਲਓ ਸਫ਼ਰ ਕਰਕੇ ਆ ਜਾਣਗੇ ਇੱਥੇ ਕੀ ਆਉਂਦੇ ਸਰ ਸਿੱਧੇ ਮੂੰਹ ਗੱਲ ਕਰ ਲੈਣਗੇ ਸਾਡੇ ਅਫਸਰ ਉਹ ਤਾਂ ਜੀ ਉਹ ਤਾਂ ਜੇਬਾਂ ਮਲ ਚਾਖ ਦੇ ਬਿਲਕੁਲ ਬਿਲਕੁਲ ਕੀ ਦੱਸੋ ਜੀ ਤੁਹਾਡੇ ਪੱਲੇ ਕੀ ਹੈ ਉਹ ਲਿਆਓ ਕੱਢੋ ਤੇ ਸਾਨੂੰ ਦਿਓ ਹੂੰ ਹੂੰ ਤੇ ਬਹੁਤੀ ਵਾਰੀ ਤੇ ਇਹ ਹੁੰਦਾ ਕਿ ਆਇਆ ਤੇ ਐਨ ਆਰ ਆਈਸ ਤੇ ਪਰਚੇ ਕਰਵਾਉਂਦੇ ਜੀ ਜਿਹੜਾ ਕ腐ਟ ਸਿਸਟਮ ਦੇ ਨਾਲ ਕ腐ਟ ਸਰਕਾਰੀ ਮਸ਼ੀਨਰੀ ਨਾਲ ਮਿਲ ਕੇ ਪਰਚਾ ਦਰਜ ਕਰਵਾਤਾ ਹੂੰ ਹੂੰ ਕੁਦਾਨਾ ਕਸਤਾਉਣਾ ਦਾ ਕੋਈ ਰਿਸ਼ਤੇਦਾਰ ਆਜੇ ਕਿਸ ਨੇ ਕੀ ਦੇਖਣਾ ਕਿ ਸੰਦੀਪ ਸਿੰਘ ਕੌਣ ਹੈ ਅਸੀਂ ਇੱਥੇ ਤਾਂ ਵੱਡੇ ਵੱਡੇ ਜਿਨ੍ਹਾਂ ਨੂੰ ਮੈਡਲ ਮਿਲੇ ਹੋਏ ਹੈ ਜੀ ਮੈਡਲ ਮਿਲਣ ਵਾਲਿਆਂ ਦੇ ਪਰਿਵਾਰਾਂ ਨੂੰ ਜਲੀਲ ਹੁੰਦੇ ਦੇਖਿਆ ਹੂੰ ਹੂੰ ਤੁਹਾਡੇ ਯਾਦ ਇੱਕ ਵਾਰੀ ਇੱਕ ਸਕੁਐਡਨ ਲੀਡਰ ਅਹੂਜਾ ਸੀ ਜੀ ਕਾਰਗਿਲ ਦੀ ਜੰਗ ਵੇਲੇ ਉਹ ਸ਼ਹੀਦ ਹੋ ਗਿਆ ਸੀ ਹੂੰ ਹੂੰ ਉਹਦੀ ਡੈੱਡ ਬਾਡੀ ਲੈ ਕੇ ਉਹਦਾ ਸੰਸਕਾਰ ਇੱਥੇ ਕੀਤਾ ਗਿਆ ਸੀ ਜੀ ਪਿੱਛੇ ਆੜੇ ਪਿੰਡ ਦੇ ਵਿੱਚ ਤੇ ਜਦੋਂ ਉਹਦਾ ਬਕਾਇਆ ਵਗੈਰਾ ਲੈਣਾ ਸੀ ਉਹਦੀ ਬिजਵਾ ਇੱਥੇ ਬਕਾਇਆ ਲੈਣ ਵਾਸਤੇ ਆਈ ਤੇ ਸਾਡੇ ਜਿਹੜਾ ਉਹ ਪੈਨਸ਼ਨ ਲਾਉਣ ਨਾਲ ਆਇਕ ਅਸਰ ਹੁੰਦਾ ਉਹ ਉਹਨੇ ਉਹਨੇ ਰਿਸ਼ਵਤ ਮੰਗੀ ਸੀ ਕੁਦਰਤੀ ਚਰੋ ਉਹਨਾਂ ਦਿਨਾਂ ਦੇ ਵਿੱਚ ਉਹ ਮਨਿੰਦਰਜੀਤ ਬਿੱਟਾ ਦੇ ਨਾਲ ਉਹ ਕਿਉਂਕਿ ਉਹ ਐਂਟੀ ਟੈਰਰਿਸਟ ਫਰੰਟ ਉਹਨੇ ਬਣਾਇਆ ਹੋਇਆ ਸੀ ਹੂੰ ਹੂੰ ਪਾਕਿਸਤਾਨ ਦੇ ਵਿਰੋਧ ਦੇ ਵਿੱਚ ਇੱਕ ਕਿਸਮ ਦਾ ਉੱਥੇ ਕਿਤੇ ਆਇਆ ਸੀ ਉਹਦਾ ਤਾਲਮਿਲ ਉਹਨਾਂ ਦਾ ਪਰਿਵਾਰ ਦਾ ਸੀ ਕਿਤੇ ਗਿਆ ਆ ਉਹਨਾਂ ਨੇ ਜ਼ਿਕਰ ਕੀਤੀ ਤੇ ਇੱਥੇ ਆਪਣੇ ਉਹਦੀਆਂ ਬਾਹਾਂ ਬਣੀਆਂ ਸੀ ਹੂੰ ਹੂੰ ਉਹਨੂੰ ਫੜ ਕੇ ਲੈ ਕੇ ਗਏ ਸੀ ਜਿੱਥੇ ਸਾਡੇ ਸ਼ਹੀਦ ਜਿਹੜੇ ਦੇਸ਼ ਦੀ ਖਾਤਰ ਹੋਏ ਹੈ ਜੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਜਲੀਲ ਹੋਣਾ ਪੈਂਦਾ ਹੈ ਤਾਂ ਸੰਦੀਪ ਸਿੰਘ ਦੇ ਪਰਿਵਾਰ ਨੇ ਤਾਂ ਵਿਚਾਰੇ ਨੇ ਉੱਥੋਂ ਨਾ ਅਜੇ ਵੀ ਚਾਹੀਦਾ ਉਹਦੇ ਰਿਸ਼ਤੇਦਾਰਾਂ ਨੂੰ ਕਿ ਜਿਹੜੀ ਉਹਨਾਂ ਦੀ ਜਾਇਦਾਦ ਹੈ ਚੁੱਪ ਕਰਕੇ ਉਹਨਾਂ ਦੇ ਹਵਾਲੇ ਕਰ ਦੇਣ ਹੋ ਸਕਦਾ ਵੀ ਉਹ ਐਡੇ ਦਿਲਦਰਿਆ ਵਾਲੇ ਹੁਣ ਵੀ ਸਾਡਾ ਪੁੱਤ ਨਹੀਂ ਲਿਆ ਆਪ ਹੀ ਕਹਿ ਦਿੰਨ ਸੰਭਾਵਨਾ ਹੈ ਅਸੀਂ ਕੀ ਲੜਾਂ ਪਰ ਇਹਨਾਂ ਨੂੰ ਆਪਣਾ ਜਿਹੜੀ ਹੈਗੀ ਹੈ ਉਹ ਦੇਰ ਨਾਲ ਥੋੜੀ ਦਿਖਾਉਣੀ ਜਾਈ ਦਿਖਾਉਣੀ ਸੋ ਇੱਕ ਬ੍ਰੇਕ ਲੈਣੇ ਜੀ ਬ੍ਰੇਕ ਤੋਂ ਬਾਅਦ ਫਿਰ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਾਂਗੇ ਗੱਲ ਕਰਾਂਗੇ ਫਰੀਦਕੋਟ ਦੇ ਵਿੱਚ ਵੀ ਇੱਕ ਮਹਿਲਾ ਡਾਕਟਰ ਪਿਛਲੇ ਲੰਮੇ ਸਮੇਂ ਤੋਂ ਸੈਕਸ਼ੂਅਲ ਹਰਾਸਮੈਂਟ ਦਾ ਉਹ ਸਾਹਮਣਾ ਕਰ ਰਹੀ ਹੈ ਸੋ ਉਹਦੇ ਲਈ ਜਿਹੜਾ ਉਹਨਾਂ ਨੂੰ ਧਰਨੇ ਤੇ ਬੈਠੇ ਨੇ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੀ ਕਿਉਂ ਕੀਤਾ ਇਹਦੇ ਬਾਰੇ ਗੱਲਬਾਤ ਕਰਾਂਗੇ ਬੀਸਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਉਣੇ ਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨੂੰ ਤੇ ਢਿੱਲੋ ਸਾਹਿਬ ਨੂੰ ਦੋਨਾਂ ਨੂੰ ਤੇ ਨਾਲ ਦੀ ਨਾਲ ਸਾਰੇ ਸਰੋਤਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਹ ਧਨੇਵਾਲੀਆ ਸਾਹਿਬ ਤੁਸੀਂ ਸੰਦੀਪ ਸਿੰਘ ਦੀ ਗੱਲ ਕਰ ਰਹੇ ਸੀ ਜੀ ਉਹਦੀ ਜ਼ਮੀਨ ਹੜਪਣ ਦੀ ਉਹਦੇ ਰਿਸ਼ਤੇਦਾਰਾਂ ਵੱਲੋਂ ਤੇ ਮਨ ਪਰ ਆਇਆ ਸੁਣ ਕੇ ਜੀ ਮੈਂ ਹਨਾ ਤੁਹਾਡੇ ਨਾਲ ਇੱਕ ਆਪਣਾ ਨਿੱਜੀ ਤਜਰਬਾ ਸਾਂਝਾ ਕਰਨ ਲਈ ਤਾਂ ਫੋਨ ਕੀਤਾ ਕਿ ਜਦੋਂ ਮੈਂ ਇੱਥੇ ਆਇਆ ਤੇ ਮੇਰਾ ਬੇਟਾ ਮੈਨੂੰ ਇਹ ਕਹਿੰਦਾ ਰਿਹਾ ਕਿ ਤੂੰ ਹਨਾ ਸਿਰ ਤੇ ਇਹ ਪੱਗ ਨਾ ਬੰਨਿਆ ਕਰ ਟੋਪੀ ਟਾਪੀ ਲੈ ਲਿਆ ਕਰ ਕਿਤੇ ਤੇਰੇ ਨਾਲ ਵੀ ਕੋਈ ਇਦਾਂ ਹਨਾ ਨਫ਼ਰਤੀ ਗੱਲ ਨਾ ਹੋ ਜੇ ਹੂੰ 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 ਪਰ ਮੈਂ ਮੈਂ ਇਸ਼ਾਂ ਹੀ ਪੱਗ ਬੰਨ ਕੇ ਰੱਖਦਾ ਜੀ ਆਪ ਵੀ ਤੁਸੀਂ ਇਹ ਦੇਖੋ ਕਿ ਸੰਦੀਪ ਸਿੰਘ ਵਾਲੀ ਘਟਨਾ ਹੋਣ ਤੋਂ ਬਾਅਦ ਘੱਟੋ ਘੱਟ 10 ਲੋਕਾਂ ਨੇ ਰੋਕ ਕੇ ਮੈਨੂੰ ਸਤਕਾਰ ਦਿੱਤਾ ਮੇਰੀ ਪੱਗ ਜੀ ਔਰ ਕੁਝ ਬੱਚਿਆਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਸਿੱਖਿਆ ਹੂੰ ਹੂੰ ਇੰਨੀ ਵੱਡੀ ਪਛਾਣ ਬਣਾਤੀ ਉਹ ਸੰਦੀਪ ਸਿੰਘ ਨੇ ਜੀ ਜੀ ਔਰ ਜੇ ਆ ਘਟਣਾ ਇੱਥੇ ਇਦਾਂ ਦੀ ਵਾਪਰੀ ਆ ਤੇ ਮੈਨੂੰ ਲੱਗਦਾ ਇਦੋਂ ਵੱਡੀ ਫੇ ਕੋਈ ਲਾਹਣਤ ਨਹੀਂ ਹੋ ਸਕਦੀ ਹੂੰ 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 ਹਾਂਜੀ ਜੀ ਬਸਤਾਨ ਬਾਜੀ ਤੁਹਾਡਾ ਬਹੁਤ ਸਮਾਂ ਦੇ ਮਿਹਰਬਾਨੀ ਮਿਹਰਬਾਨੀ ਸਤਿ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਤੇ ਇੱਕ ਬ੍ਰੇਕ ਜੀ ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਤੁਹਾਡੇ ਨਾਲ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਾਮਾਂਦਨ ਦੇ ਵਿੱਚ ਤੇ ਆਪਾਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਤੇ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਾਂਗੇ एंज करना है फिर दुनिया देखो चाचा जी फिर ए वन लग्जरी वेडिंग कार, भी बुकिंग करवाओ। लग्जरी कार BMW, जैग्वार, रेंज रोवर बड़े ही पर हायर कर सकते हो। या किसे भी सेलिब्रेशन लाई हमेशा याद रखो ए वन लग्जरी वेडिंग कार एली चौक फिरोजपुर रोड लुधियाना वधेरे जानकारी लिए कॉल करो कुलविंदर पंगू हो पच्ची जीरो ग्यारह उन्नीस नाइन एट सेवन टू five zero triple one nine. ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਐਰਲਿੰਗਟਨ ਫਿਊਲ ਸਟਾਪ ਐਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360652 रोस सिक्स ए दो लोकेशन तो सेवा में प्रदान कर हैं सेकेंड लोकेशन लॉस्ट हिल ट्रेवल सेंटर चौदह अठ सो चौदह एलोम स्ट्रीट लॉस्ट हिल्स फोन नंबर छह सो एक चुरंजा ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲੋਜੀ ਤੀਜੀ ਲੋਕੇਸ਼ਨ ਵੀ ਖੋਲਦੀ ਆ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519622060 ਜਾਂ ਕੁਇਕ ਟਰੱਕ ਲਿਊਬ.com QTL because we care we Franklin ਏਵੀ ট্রাক ਰਿਪੇਅਰ ਯੂਪਾ ਸਿਟੀ ਸਰਟੀਫਾਈਡ ਕਯੂਮੈਨਜ਼ ਡੈਟਰਾਇਟ ਫ੍ਰੇਟ ਲਾਈਨਰ ਵੈਸਟਰਨ ਸਟਾਰ ਵੋਲਵੋ ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ 5 ਸਾਲ ਦਾ ਫ੍ਰੇਟ ਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ ਇਹ ਇੰਜਨ ট্রাক ਟ੍ਰੇਲਰ ਏਸੀ ਇਲੈਕਟ੍ਰੀਕਲ ਡੀਪੀਐਫ ਡੀਈਫ ਰਿਪੇਅਰ ਕਰਦੇ ਹਨ ਟਰਾਂਸਮਿਸ਼ਨ ਰੀਅਰ ਐਂਡ ਬ੍ਰੇਕਸ ਆਇਲ ਚੇਂਜ ਕਰ ਦਿੰਦੇ ਹਨ ਸਰਟੀਫਾਈਡ 90 ਡੇ ਡੀਓਟੀ ਇਨਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ ਡੀਓਟੀ ਇਨਸਪੈਕਟ ਕੀਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਜ਼ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53033915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ भाई जी नवी डीडी15 चलांदे जब कार मैक्स फोर्स कमन्स ISX वॉल्वो मर्सिडीज स्प्रिंटर जे मोटर होवे तेल हो और ओरिजिनल फिल्टर तक चेंज कराना या आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे हो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश होके परतोगे <laughs> मान लो 51960 50660 5196220660 QTL because we care ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ ਸੋ ਸਾਰੇ ਵੀਰਾਂ ਨੂੰ ਮੇਰੀ ਗੁਜ਼ਾਰਿਸ਼ ਹੈ ਜਿਹੜੇ ਇਸ ਵਕਤ ਸੁਣ ਰਹੇ ਨੇ ਆਪਣੇ ਸੱਜਣਾ ਮਿੱਤਰਾਂ ਨੂੰ ਵੀ ਅੱਗੇ ਸਨੇਹਾ ਦਿਓ ਜੀ ਜੇਕਰ ਤੁਸੀਂ ਵਿਆਹ ਸ਼ਾਦੀ ਦੇ ਵਿੱਚ ਚੰਗੀਆਂ ਵੱਡੀਆਂ ਗੱਡੀ ਕੋਈ ਹਾਇਰ ਕਰਨੀ ਹੈ BMW, Audi, Range Rover, Jaguar ਤਾਂ ਇੱਕ ਨੰਬਰ ਲਿਖ ਲਓ 9872501119 ਨਾਈਨ 87250119 ਦੂਜਾ ਨੰਬਰ ਹੈ ਜੀ 9855190079 98554 9079 ਦੇ ਉੱਤੇ ਤੁਹਾਨੂੰ ਆਡੀ BMW ਰੇਂਜ ਰੋਵਰ ਮਰਸੀਡੀਜ਼ ਪੋਰਸ਼ ਸਾਰੀਆਂ ਗੱਡੀਆਂ ਮਿਲ ਜਾਣਗੀਆਂ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਇਹ ਸਰਵਿਸਿਜ਼ ਮਿਲਣਗੀਆਂ ਇਸ ਤੋਂ ਇਲਾਵਾ ਜੇਕਰ ਤੁਸੀਂ ਪੰਜਾਬ ਭਰ ਦੇ ਵਿੱਚ ਕਿਤੇ ਵੀ ਸੈਲਫ ਡਰਾਈਵਨ ਗੱਡੀ ਲੈਣਾ ਚਾਹੁੰਦੇ ਹੋ ਕੋਈ ਵੀ ਹੋਵੇ ਉਹ ਵੀ ਤੁਹਾਨੂੰ ਇੱਥੇ ਮਿਲੇਗੀ ਸੋ ਪੱਟੀ ਸਾਹਿਬ ਸਾਡੇ ਨਾਲ ਨੇ ਸਦਾ ਜਸਵੀਰ ਸਿੰਘ ਪੱਟੀ ਹੁਣੀ ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ ਪੱਟੀ ਸਾਹਿਬ ਗੱਲ ਕਰੀਏ ਤਾਂ ਬਲਵੰਤ ਸਿੰਘ ਰਾਜੂਆਣ ਦੀ ਮਾਫੀ ਜਿਵੇਂ ਆਪਾਂ ਕੱਲ ਪਰਸੋਂ ਡਿਸਕਸ ਕੀਤਾ ਸੀਗਾ ਕਿ ਮਾਫੀ ਨਹੀਂ ਹੋਈ ਇਹ ਕਿਉਂ ਨਹੀਂ ਹੋਈ ਜੀ ਆਪਣੇ ਲਈ ਮੈਂ ਪੰਜਾਬੀ 'ਚ ਗੱਲ ਕਰੂੰਗਾ ਜਿਹੜਾ ਜਿਹੜਾ ਉਹ ਆਪਣੀ ਜਿਹੜੀ ਇਹ ਅਕਲ ਤੋਂ ਕੰਮ ਲੈਣਾ ਚਾਹੀਦਾ ਜੀ ਦੇਸੀ ਕਲੀ ਅਰਨ ਸੋਭਤੀ ਇੱਕ ਪ੍ਰਧਾਨ ਮੰਤਰੀ ਆਫ ਇੱਕ ਮਿੰਟ ਪੱਟੀ ਸਾਹਿਬ ਮੈਂ ਇੱਕ ਮਿੰਟ ਕਾਲ ਲੈ ਲਾਂ ਜੀ ਮਨਰਾਜ ਸਿੰਘ ਹੋਰਾਂ ਦੀ ਕਾਲ ਲੰਮੇ ਸਮੇਂ ਤੋਂ ਹੋਲਡ ਤੇ ਪਈ ਹੈ ਸਤਿ ਸ਼੍ਰੀ ਅਕਾਲ ਜੀ ਮਨਰਾਜ ਜੀ ਜੀ ਸਤਿ ਸ਼੍ਰੀ ਅਕਾਲ ਜੀ ਜਾਨੇ ਸਾਹਿਬ ਪਸਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਨਰਾਜ ਜੀ ਸਤਿ ਸ਼੍ਰੀ ਅਕਾਲ ਜੀ ਆਜਾ ਜੀ ਮੈਂ ਕਾਫੀ ਟਾਈਮ ਤੋਂ ਕੀਤੀ ਮੈਂ ਉਹ ਤੋਂ ਦਨਵ ਸਾਹਿਬੇ ਪੁੱਛਣਾ ਸੀ ਜਿਹੜੀ ਅੱਜ ਕੱਲ ਲਿਮਟ ਆ ਆਪਾਂ ਪੈਸੇ ਘਰ ਰੱਖ ਸਕਦੇ ਹਾਂ ਕੈਸ਼ ਕਿੰਨਾ ਰੱਖ ਸਕਦੇ ਹਾਂ ਲੱਖ ਦੂ ਲੱਖ ਤਾਂ ਹੁੰਦਾ ਹੀ ਹੈ ਨਹੀਂ ਹਾਂ ਜੀ ਲੱਖ 2 ਲੱਖ ਤਾਂ ਹੁੰਦਾ ਹੀ ਹੈ ਜੀ ਹਾਂ ਜੀ ਤੇ ਕਹਿੰਦੇ ਐ ਦੋ ਵੱਡ ਚੜਾ ਨਹੀਂ ਸਕਦੇ ਤੇ ਜਿਹੜਾ 90 ਲੱਖ ਰੁਪਈਆ ਇੱਕ ਗੁਜਰਾਤ ਚ ਕੀਤਾ ਉਹ ਸਰਕਾਰ ਨੂੰ ਦੱਸਿਆ ਨਹੀਂ ਇੱਥੇ ਤੇ ਕਿਸੇ ਦੇ ਘਰ 20 ਜਰ ਫੜਿਆ ਜਾਵੇ ਤਾਂ ਉਹਨੂੰ ਸੀਨ ਕਰਕੇ ਲੈ ਜਾਂਦੇ ਪੈਸੇ ਮੈਂ ਇਹਦੇ ਬਾਰੇ ਗੱਲ ਕਰਨੀ ਸੀ ਤੁਸੀਂ ਹੁਣ ਕਰ ਲੋ ਗੱਲ ਮੈਂ ਮਿਹਰਬਾਨ ਮਿਹਰਬਾਨ ਜੀ ਪੱਟੀ ਸਾਹਿਬ ਆਪਾਂ ਜਿਹੜੀ ਗੱਲ ਜਿਹੜੀ ਗੱਲ ਇਹਨਾਂ ਕਹੀ ਆ ਜੀ ਬਿਲਕੁਲ ਠੀਕ ਜਿਹੜੀ ਤੇ ਚੱਲਦੀ ਉਹ ਭਾਵੇਂ 2 ਲੱਖ ਕਿ 20 ਲੱਖ ਆਖਦੇ ਕੋਈ ਗੱਲ ਨਹੀਂ ਹੂੰ ਹੂੰ ਤੇ ਜਿਹਦੀ ਨਹੀਂ ਜਿਹਦੀ ਉਹਨਾਂ ਤਾਂ ਸੋਨਾ ਉਹਦੇ ਘੱਟ 10000 ਰੁਪਏ ਤੂੰ ਕਿਨੇ ਕਿੱਥੋਂ ਆਇਆ ਬਿਲਕੁਲ ਬਿਲਕੁਲ ਇਹ ਕਹਿੰਦੇ ਭਾਵੇਂ ਰ ਤਨਖਾਹ ਲੈ ਕੇ ਆਏ ਪ੍ਰਾਈਵੇਟ ਨੌਕਰੀ ਕਰਦੇ ਆ ਉਹ ਵੀ ਕਹਿੰਦੇ ਕਿੱਥੋਂ ਆਇਆ ਦੱਸੋ ਇਹਦਾ ਕਿ ਦਬਾਅ ਦੇ ਸੰਭਾਅ ਅੱਛਾ ਦਫ਼ਤਰ ਦਿੱਤੀ ਜਵਾਬ ਦੇ ਸੰਭਾਅ ਤੇ 20 ਲੱਖ ਪੜਾਉਂਦੇ ਦੇ ਤੇ ਆਪਾਂ ਇਹ ਨਹੀਂ ਹੁੰਦਾ ਕਿ ਹਾਂ ਅਪਰਾਧੀਆਂ ਲਈ ਫਾਂਸੀ ਦੀ ਗੱਲ ਕਰਦੇ ਹਾਂ ਹੂੰ ਹੂੰ ਰਾਜੂਆਂ ਨੇ ਦੀ ਫਾਂਸੀ ਦੀ ਜੇ ਆਪਾਂ ਗੱਲ ਕੀਤੀ ਜਾਵੇ ਜੀ ਰਾਜੂਆਂ ਨੇ ਦੀ ਫਾਂਸੀ ਬਾਰੇ ਜਿਹੜਾ ਸੀ ਇਹਨਾਂ ਦਾ ਰੋਹਿਤ ਸੋਪ ਦੀ ਇੱਕ ਡਿਪਟੀ ਸ਼ਕਤੀ ਆ ਪ੍ਰਧਾਨ ਮੰਤਰੀ ਆਫਿਸ ਦੇ ਵਿੱਚ ਜਦੋਂ ਇਹਨਾਂ ਮੰਗ ਕੀਤੀ ਸੀ ਅਕਾਲੀ ਦਲ ਨੇ ਸਾਰੀਆਂ ਪਾਰਟੀਆਂ ਨੇ ਮੰਗ ਕੀਤੀ ਜੀ ਵੀ ਰਾਜੂਆਂ ਨੇ ਦੀ ਫਾਂਸੀ ਮਾਫ ਹੋਣੀ ਚਾਹੀਦੀ ਹੈ ਕਿ ਉਸ ਟਾਈਮ ਦੇ ਉੱਤੇ ਜੀ ਸਰਕਾਰ ਹਰਕਤ ਦੇ ਵਿੱਚ ਆਈ ਸੀ ਜਦੋਂ ਇਹਨਾਂ ਨੇ ਉਹ ਭੇਜੀ ਸੀ ਉਹ ਅਗਲੀ ਸੂਚੀ ਖਤਮ ਕਰਦੇ ਗਏ ਸੀ ਹੂੰ ਹੂੰ ਨਾਲ ਕਿਹਾ ਸੀ ਵੀ 8 ਬੰਦੇ ਸੀ ਰਿਹਾ ਕਰਾਂਗੇ ਤੇ ਇੱਕ ਬੰਦੇ ਦੀ ਫਾਂਸੀ ਤੇ ਸੀ ਵਰ ਬਈ ਸੋਚ ਰਹੇ ਆਂ ਜੀ ਹੂੰ ਹੂੰ ਉਹਦੇ ਵਿੱਚ ਅਰਨ ਸ਼ੋਕਤੀ ਨੇ ਇੱਕ ਲੈਟਰ ਲਿਖਿਆ ਜੀ ਆਪਣੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਤੁਹਾਡੇ ਇਲਾਕੇ ਦੇ ਵਿੱਚ ਇਹ ਕਾਂਡ ਹੋਇਆ ਸੀ ਤੇ ਇਹਦੇ ਵਿੱਚ ਫਲਾਣਾ ਬੰਦਾ ਦੋਸ਼ੀ ਆ ਤੇ ਇਹਦੀ ਜਿਹੜੀ ਫਾਂਸੀ ਦੀ ਸਜ਼ਾ ਮਾਫ ਅ ਮਾਫ ਕਰਨ ਦਾ ਫੈਸਲਾ ਕੀਤਾ ਸਰਕਾਰ ਨੇ ਜੀ ਜੀ ਇਹਦਾ ਕਰੈਕਟਰ ਇਹਦਾ ਵਿਹਾਰ ਇਹਦਾ ਪਿਛਲਾ ਪਿਛੋਕੜ ਸਾਰਾ ਸਾਨੂੰ ਪੂਰੀ ਪਿੰਡਾਲ ਕਰਕੇ ਫਾਈਲ ਵਾਲਾ ਕੇ ਭੇਜੋ ਜੀ ਹੁਣ ਮਾਲਜੋਬ ਸਾਡੇ ਅਕਾਲੀ ਵੀਰ ਜਿਹੜੇ ਉਹ ਇੰਨੇ ਕਿਸਾਰੇ ਉਹਨਾਂ ਲੈਟਰ ਪੜ੍ਹ ਲਈ ਇਹ ਦੀ ਪੜਿਆ ਉਹਦਾ ਉਹਦੇ ਕੰਟੈਂਟਸ ਕੀ ਉਹ ਨਹੀਂ ਲਿਖਿਆ ਉਹਨਾਂ ਹੂੰ ਹੂੰ ਤੇ ਤਾਂ ਲੋਹੀ ਫਸੀ ਮਾਫੀ ਹੋ ਗਈ ਪੰਸੀ ਮਾਫੀ ਲੱਡੂ ਵੰਡੇ ਬੜੇ ਭੰਗੜੇ ਪਾਤੇ ਬੜਾ ਕੁਛ ਕਰਤ ਤੁਹਾਨੂੰ ਕਿ ਕਹਤਿਆ ਰਿਹਾ ਕਰੋ ਜੇ ਕੁਝ ਕੁਛ ਕਿਹਾ ਨਾ ਹੂੰ ਹੂੰ ਲੇਕਿਨ ਇੱਕ ਲਫ਼ਜ਼ ਜੀ ਗ੍ਰਹਿ ਮੰਤਰੀ ਨੇ ਸੰਸਦ ਜੀ ਕਿਹਾ ਕਿ ਅਸੀਂ ਕੋਈ ਮਾਫੀ ਨਹੀਂ ਦਿੱਤੀ ਉਹ ਠੀਕ ਸੀ ਆਪਣੀ ਜਗ੍ਹਾ ਤੇ ਜੀ ਇਹ ਵੀ ਠੀਕ ਸਨ ਕਿ ਇਹਨਾਂ ਨੇ ਲੈਟਰ ਸਹੀ ਪੜ੍ਹੀ ਨਹੀਂ ਉਹ ਵੀ ਠੀਕ ਸੀਗਾ ਪਰ ਨਹੀਂ ਦਿੱਤੀ ਅਸੀਂ ਜੀ ਹੁਣ ਉਹ ਇਹ ਪ੍ਰਕਿਰਿਆ ਦੇ ਵਿੱਚ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਜਵਾਬ ਦਿੱਤਾ ਜਾਂ ਨਹੀਂ ਦਿੱਤਾ ਤੇ ਉਹ ਜਾਣਦਾ ਹੋਊਗਾ ਉਹ ਹੁਣ ਜਵਾਬ ਜਾਊਗਾ ਮੋਪੇ ਪ੍ਰਧਾਨ ਮੰਤਰੀ ਆਫਿਸ ਜੀ ਜਾਂ ਗ੍ਰਹਿ ਮੰਤਰੀ ਆਫਿਸ ਉਹ ਫਿਰ ਲਾਬਨਿਸ਼ਤੀ ਨੂੰ ਜਾਊਗਾ ਹੂੰ ਹੂੰ ਲਾਬਨਿਸ਼ਤੀ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਦੱਸਦੀਗੀ ਆਪਣੇ ਜਿਹੜੇ ਕਾਨੂੰਨੀ ਮਾਰਗ ਹੈਗੇ ਤੇਰੀ ਫਾਂਸੀ ਮਾਫ ਹੋ ਸਕਦੀ ਹੈ ਅਖਰੀ ਜੀ ਉਹ ਤੋਂ ਬਾਅਦ ਫਿਰ ਉਹ ਵਾਪਸ ਜਿਹੜਾ ਉਹ ਪ੍ਰਧਾਨ ਮੰਤਰੀ ਆਫਿਸ ਜਾਏਗਾ ਜੇ ਉਹਨਾਂ ਮਾਫੀ ਦੇਤੀ ਹਾਂ ਜੀ ਇਹ ਮਾਫ ਹੋ ਸਕਦੀ ਤੇ ਸਰਕਾਰ ਮੰਤਰੀ ਆਫਿਸ ਤੋਂ ਇੱਕ ਸ਼ਫਾਤ ਕੀਤੀ ਜਾਏਗੀ ਹੂੰ ਹੂੰ ਰਾਸ਼ਟਰਪਤੀ ਨੂੰ ਵੀ ਇਹਦੀ ਜਿਹੜੀ ਫਾਂਸੀ ਦੀ ਸਜ਼ਾ ਵਾ ਉਹ ਉਮਰ ਕੈਦ ਵਿੱਚ ਤਬਦੀਲ ਕੀਤੀ ਜਾਵੇ ਜੀ ਉਹ ਇੱਕ ਪ੍ਰਕਿਰਿਆ ਵਾ ਉਪਰ ਕਿਹਦੇ ਡਾਕਟਰ ਨੇ ਕੀਤੀ ਹੂੰ ਹੂੰ ਵੈਸੇ ਤੇ ਤੁਹਾਨੂੰ ਪਤਾ ਵੀ ਜੋ ਹਾਲਾਤ ਚੱਲਦੇ ਵੀ ਜੇ ਕਿਤੇ ਮਹਾਰਾਸ਼ਟਰ ਸਰਕਾਰ ਬਣੀ ਹੋਵੇ ਤੇ ਚਾਵੇ ਠਾ ਕੇ ਆਪਣੇ ਰਾਸ਼ਟਰਪਤੀ ਕਹਿੰਦੇ ਕਰੋ ਸਾਂਜੀ ਜੀ ਜੀ ਉੱਥੇ ਸਰਕਾਰ ਬਣੀ ਸੀ ਜੋ ਮਰਜੀ ਕਰ ਲੈਣ ਲੇਕਿਨ ਇਹ ਪ੍ਰਕਿਰਿਆ ਜਪਿਆ ਵਾ ਜੀ ਤੇ ਇਹਦੇ ਉੱਤੇ ਸਭ ਤੋਂ ਵੱਡੀ ਗੱਲ ਜਿਹੜੀ ਆ ਅੱਜ ਤੱਕ ਜਿਹੜੇ ਆਪਣੇ ਐ ਰਾਜੋਵਾਨ ਸਿੰਘ ਸਾਹਿਬ ਉਹਨਾਂ ਨੇ ਆਪ ਇੱਕ ਵੀ ਲੈਟਰ ਨਹੀਂ ਲਿਖਿਆ ਕਿ ਮੇਰੀ ਫਾਂਸੀ ਦਾ ਰੱਦ ਕੀਤੀ ਜਾਵੇ ਜਾਂ ਮਾਫ ਕੀਤੀ ਜਾਵੇ ਇਹ ਤੇ ਹਮ ਹਮ ਹਾਈ ਕੋਰਟ ਗਈ ਸੀ ਤੇ ਨਹੀਂ ਪੜਨ ਗਈ ਸੀ ਉਹਨਾਂ ਦੀ ਜੀ ਸੁਪਰੀਮ ਕੋਰਟ ਜੀ ਮੇਕਾ ਦੀ ਐਸਜੀਪੀਸੀ ਕੇ ਕੋਣ ਗਿਆ ਸੀ ਜੀ ਮਨਵਾ ਲਉ ਲੇਕਨ ਰਾਸ਼ਟਰਪਤੀ ਕੋਲੇ ਜਿਹੜੀ ਅਪੀਲ ਕੀਤੀ ਸੀ ਉਹ ਸ਼੍ਰੋਮਣੀ ਕਮੇਟੀ ਨੇ ਕੀਤੀ ਸੀ ਤੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨਮਾਇਦਾ ਜਮਾਤ ਦਾ ਸਾਰੇ ਸਿੱਖਾਂ ਦੀ ਇਹ ਅਗਵਾਈ ਕਰਦੀਆਂ ਤੇ ਇਸ ਕਰਕੇ ਸ਼ੋਮਣੀ ਪਿੰਡ ਨੂੰ ਇਹ ਅਧਿਕਾਰ ਆ ਵੀ ਇਹ ਆਪਣੀ ਜਿਹੜੀ ਸੀ ਅਪੀਲ ਦਾਇਰ ਕਰੇ ਜੀ ਉਸ ਅਪੀਲ ਨੂੰ ਲੈ ਕੇ ਜਿਹੜੀ ਸੀ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਲੇਕਿਨ ਉਹ ਪ੍ਰਕਿਰਿਆ ਮੁਕੰਮਲ ਹੋਣ ਤੋਂ ਪਹਿਲਾਂ ਕਹਿ ਦਿੱਤਾ ਗਿਆ ਵੀ ਫਾਂਸੀ ਸਿਗਾ ਮਾਫ ਹੋ ਗਈ ਹੈ ਹੋਣੀ ਜਦੋਂ ਜਾ ਕੇ ਕਾਦੀਆਂ ਨੇ ਰੌਲਾ ਪਾਇਆ ਕਿਹਾ ਤੇ ਰੋਮਨਸ ਤੇ ਕੇ ਸ਼ਾਂਤੀ ਰੱਖੋ ਹੋ ਜੇਗੀ ਜੀ ਜੀ ਠੀਕ ਹੈ ਸ਼ਾਂਤੀ ਰੱਖੋ ਹੂੰ ਹੁਣ ਕੀ ਹੋਏਗਾ ਰਾਜ ਸਭਾ ਦੇ ਵਿੱਚ ਜਾ ਕੇ ਉੱਠਣਗੇ ਆਪਣੇ ਢੀਂਡਸਾ ਸਾਹਿਬ देखो जी हमने एस डी पी सी ने हमारी ने एक आपको लेटर लिखा था वो तो राजवाणी की जो फांसी उसको माफ करने का फांसी के हमारा अकाली दल बहुत खिलाफ है इसलिए हम चाहते हैं कि उसकी फांसी रद्द की जाए तो कहेंगे भी तीन दस आपका पॉइंट हमने नोट कर लिया जी इसको हम आगे बता देंगे ਠੀਕ ਹੈ ਜੀ ਉਸ ਤੋਂ ਬਾਅਦ ਇਹ ਫਾਂਸੀ ਦੀ ਪ੍ਰਕਿਰਿਆ ਮੁਕੰਮਲ ਹੋਣ ਦੀ ਟਾਈਮ ਲੱਗਦਾ ਵਾ ਟਾਈਮ ਲੱਗਣ ਤੋਂ ਪਹਿਲਾਂ ਰੌਲਾ ਪਾਤਾ ਹੋ ਜਾਏਗੀ ਲੇਕਿਨ ਸਮਝੂ ਲੱਗੇਗਾ ਲੇਕਿਨ ਇਸ ਗੱਲ ਦਾ ਮੇਰੇ ਖਾਲ ਅੱਜ ਤੱਕ ਕਿਸੇ ਨੇ ਕੋਈ ਘੋਗੀ ਨਹੀਂ ਬਹ ਹੂੰ ਹੂੰ ਜੇ ਪਾਇਆ ਹੁੰਦਾ ਤੇ ਸ਼ਾਇਦ ਇੰਨਾ ਰੌਲਾ ਵੀ ਨਾ ਪੈਂਦਾ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਕਾਲੀਆਂ ਨੇ ਕੋਸ਼ਿਸ਼ ਕੀਤੀ ਲੇਕਿਨ ਕਾਲੀਆਂ ਨੇ ਜੇ ਕੋਸ਼ਿਸ਼ ਕਰਨੀ ਤੇ ਜਿਹੜੇ ਸਾਰੇ ਬਾਕੀ ਹਵਾਰੇ ਹੋਦੀ ਸੀ ਤਾਰੇ ਵੀ ਸਾਰੇ ਦੀ ਗੱਲ ਕਰਨੀ ਚੀਨੀ ਹਾਂਜੀ ਹਾਂਜੀ ਬਿਲਕੁਲ ਉਹਨਾਂ ਦੀ ਗੱਲ ਨਹੀਂ ਕੀਤੀ ਹਮਮ ਕੱਲੇ ਰਾਜਵਾਨੀ ਦੀ ਕੀਤੀ ਹੈ ਕਿ ਰਾਜਵਾਲੇ ਨੇ ਜੇਲ੍ਹ ਚੋਂ ਬਿਆਨ ਦਿੱਤਾ ਸੀ ਕਿ ਇੱਕ ਹੀ ਅਕਾਲੀ ਦਲ ਪ੍ਰਵਾਣਾ ਉਹ ਸ਼੍ਰੋਮਣੀ ਕਾਲੀ ਦਲ ਬਾਦਲ ਬਾਕੀ ਕੋਈ ਕਾਲੀ ਦਲ ਨਹੀਂ ਹੈ ਦੱਸੋ ਉਹ ਬਤਾਈਏ ਇਹ ਇੱਕ ਇਹ ਇੱਕ ਅਕਾਲੀ ਦਲ ਸਿੱਖਾਂ ਦੀ ਨਮਾਇੰਦੀ ਕਰਦਾ ਜਿਸ ਦੇ ਕਰਕੇ ਰਾਜਵਾਲੇ ਦੀ ਫਾਂਸੀ ਮਾਫੀ ਦੀ ਗੱਲ ਕੀਤੀ ਹਮਮ ਲੇਕਿਨ ਰਾਜੂ ਨੇ ਤਾਂ ਜਾ ਸਕਦਾ ਜਿਨੇ ਅੱਜ ਤੱਕ ਆਪੜਾ ਨਾ ਕੋਈ ਵਕੀਲ ਕੀਤਾ ਤੇ ਨਾ ਕੋਈ ਦਲੀਲ ਦਿੱਤੀ ਜੀ ਉਲਟਾ ਕੋਰਟ ਜਾ ਕੇ ਕੈਨਿਕਲ ਕਹੀ ਵੀ ਅਸੀਂ ਬੰਦਾ ਮਾਰਿਆ ਵਾ ਹੂੰ ਹੂੰ ਜੇ ਕਿਤੇ ਦਿਲਦਾਰ ਸਿੰਘ ਦਾ ਨਸਾਨਾ ਚੁਕਦਾ ਤੇ ਪਿਛਲੇ ਪਾਸੇ ਮੈਂ ਖੜਾ ਸੀਗਾ ਜੀ ਜੀ ਇਹ ਕੰਮ ਮੈਂ ਕਰਨਾ ਸੀ ਹੂੰ ਹੂੰ ਮੁੱਖ ਮੰਤਰੀ ਸਮੇਤ 17 ਬੰਦੇ ਮਰੇ ਸੀ ਉਦੋਂ ਉਸ ਟਾਈਮ ਤੇ ਬਿਲਕੁਲ ਬਿਲਕੁਲ ਤੇ ਐਸੀ ਕਰਕੇ ਦੁੱਖ ਤੇ ਹਰਗੇ ਜੀ ਉਹ ਜਿਹਦਾ ਮਰਿਆ ਉਹ ਤੂੰ ਕਹੋ ਕਵੀ ਕਿਉਂ ਫਾਸ਼ੀ ਜਿਹੜਾ ਮਾਰਿਆ ਬਿਲਕੁਲ ਜਿਹਦਾ ਮਰਿਆ ਕੌਣ ਕਹਿੰਦਾ ਜੀ ਹਾਂ ਦੇ ਬਿਲਕੁਲ ਉਹ ਬਿੱਟੂ ਰਹਾ ਨਾ ਰਾਈਟ ਬੰਦਾ ਲੇਕਿਨ ਜਦੋਂ ਇਹ ਪਹਿਲਾ ਫਾਂਸੀ ਦੀ ਮਾਫੀ ਗਲਤੀ ਜਿੰਦੀ ਸੀ ਉਸ ਟਾਈਮ ਦੇ ਉੱਤੇ ਤੋਂ 2012 ਦੇ ਵਿੱਚ ਉਦੋਂ ਉਸ ਪਰਿਵਾਰ ਨੇ ਵੀ ਸਹਿਮਤੀ ਦਿੱਤੀ ਸੀ ਹੂੰ ਹੂੰ ਇਹਨਾਂ ਦੀ ਭੂਆ ਜਿਹੜੀ ਇਹਨੇ ਬਿੱਟੂ ਰਿਆਂ ਦੀ ਭੂਆ ਨੇ ਤਾਂ ਸਹਿਮਤੀ ਪਹਿਲਾਂ ਹੀ ਦਿੱਤੀ ਸੀ ਗੁਰਕਵਲਪੁਰ ਕਵਲ ਕਾਲਜ ਦੇ ਹੂੰ ਰੀਗਲ ਠੀਕ ਆ ਇਨਾ ਪ੍ਰਵਾਨ ਨਹੀਂ ਸੱਦੀ ਦਿੱਤੀ ਸੀ ਜਦੋਂ ਇਹ ਪੇਸ਼ ਕੀਤਾ ਗਿਆ ਸੀ ਮਤਾ ਪੇਸ਼ ਕੀਤਾ ਗਿਆ ਸੀ ਵਿਧਾਨ ਸਭਾ ਉਹ ਗੁਰਜੀਤ ਉੱਥੇ ਬੈਠਾ ਜੀ ਉਹਦਾ ਅਸੂ ਜੀ ਬੋਲਿਆ ਕੋਈ ਨਾ ਤੈਨਾਂ ਨਹੀਂ ਹੂੰ ਹੂੰ ਉਹ ਦੋ ਸਹਿਮਤੀ ਦਿੱਤੀ ਨਾ ਨਹੀਂ ਇਹ ਸਿੱਟ ਕਰਕੇ ਰਾਜੂ ਆਣੇ ਦੀ ਟੈਕਨੀਕਲ ਪ੍ਰੌਮ ਕਰਕੇ ਫਾਂਸੀ ਜੇ ਮਾਫਨੀ ਹੋਈ ਹੁਣ ਉਹ ਪ੍ਰਕਿਰਿਆ ਚੱਲ ਰਹੀ ਹੈ ਪ੍ਰਕਿਰਿਆ ਚੱਲਦੀ ਚੱਲਦੀ ਕਿੰਨੇ ਸਮੇਂ ਚ ਪੂਰੀ ਹੁੰਦੀ ਹੈ ਕਿਉਂਕਿ ਤੁਹਾਨੂੰ ਪਤਾ ਵੀ 2013 ਚ ਇੱਕ ਹੋਇਆ ਸੀ ਨਿਰਭਾ ਕਾਂਡ ਜੀ ਜੀ ਉਹਨਾਂ ਦੇ ਦੋਚਿਆਂ ਨੂੰ ਫਾਂਸੀ ਸਜ਼ਾ ਹੋਈ ਲੇਕਿਨ ਅੱਜ ਤੱਕ ਫਾਂਸੀ ਨਹੀਂ ਦਿੱਤੀ ਗਈ ਉਹਦਾ ਕਾਰਨ ਸਿਰਫ ਇਹੀ ਸੀਗਾ ਕਿ ਉਹਨਾਂ ਦੀ ਅਪੀਲ ਅਜੇ ਵੀ ਪੈਂੰਗ ਪਈ ਹਾਂ ਹਾਂ 29 ਨਵੰਬਰ 2019 ਨੂੰ ਮਿਰਢਿਆ ਦੀ ਜਿਹੜੀ ਮਾਂ ਸੀ ਉਹ ਜਾ ਕੇ ਦਾਲਚ ਪੇਸ਼ ਹੋਈ ਕਹਿੰਦੀ ਜੱਜ ਸਾਹਿਬ ਇਹਨਾਂ ਦੇ ਡੈਥ ਵਾਰੰਟ ਜਾਰੀ ਕਰੋ ਇਹਨਾਂ ਨੂੰ ਫਾਂਸੀ ਦਿਓ ਜਜ ਨੇ ਕਿਹਾ ਤਾਂ ਜੀ ਅਸੀਂ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੀ ਅਪੀਲ ਪੈਂਡਿੰਗ ਹੈ ਹੂੰ 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 ਤੇ ਜੇ ਉਹੀ ਤਰੀਕਾ ਅਪਣਾਇਆ ਹੁੰਦਾ ਜਿਹੜਾ ਅਪਣਾਇਆ ਉਹਨਾਂ ਨੇ ਉਹ ਹైదరాబాద్ ਦੇ ਵਿੱਚ ਹਾਂ ਹਾਂ ਤੇ ਫਿਰ ਤੇ ਗੱਲ ਕੁਝ ਹੋਰ ਹੋਣੀ ਸੀ ਲੇਕਿਨ ਉਹ ਤਰੀਕਾ ਗਲਤ ਹੈ ਬਿਲਕੁਲ ਬਿਲਕੁਲ ਗਲਤ ਹੋ ਜੇ ਕਾਨੂੰਨ ਪੁਲਿਸ ਬਸੇਗੀ ਤੇ ਵੀ ਮੋਰੇਟ ਥੋੜਾ ਜਾਏਗਾ ਕਿਉਂਕਿ ਜਿਹੜੀ ਮੈਂਨ ਕਾ ਗੱਲ ਦੀ ਉਹਨਾਂ ਵੀ ਕਹਿੰਦਾ ਵੀ ਇਹ ਗਲਤ ਹੈ ਨਹੀਂ ਬਿਲਕੁਲ ਜੀ ਜੇ ਪੁਲਿਸ ਜੇ ਪੁਲਿਸ ਰਾਸਟਰੀ ਕੋ ਬੰਦਾ ਮਰਦਾ ਪਾਵੇ ਜਿੰਨਾ ਮਰਜੀ ਦੋਸ਼ੀ ਹੋਵੇ ਜੋ ਉਹ ਮਾਦਾ ਤੋਂ ਇੱਕ ਰਿਸਪੌਂਸਿਬਿਲਟੀ ਫਿਕਸ ਜਿਹੜੀ ਉਹ ਪੁਲਿਸ ਦੀ ਹੁੰਦੀ ਹੈ ਜੀ ਤੁਸੀਂ ਵੇਖੋ ਨਾ ਐਬਸੋਲਿਊਟਲੀ ਗਲਤ ਸੀ ਹਮ ਹਮ ਐਬਸੋਲਿਊਟਲੀ ਮਾਰ ਨਹੀਂ ਸਕਦੇ ਮਾਸਟਰ ਦੇ ਸੀਗੇ ਨਹੀਂ ਮਰਿਆ ਉਹਨਾਂ ਨੇ ਭਈ ਉਹਨੂੰ ਕਿੰਨਾ ਖਰਚ ਕੀਤਾ ਕਰੋੜਾ ਰੁਪਏ ਤੇ ਖਰਚ ਕੀਤਾ ਲੇਕਿਨ ਮੈਂ ਕਿਹਾ ਜੋ ਅਦਾਲਤ ਫੈਸਲਾ ਕਰੇਗੀ ਉਹਦੇ ਬਿਹਾਫ ਤੇ ਇਹਨੂੰ ਅਸੀਂ ਜਿਹੜਾ ਸੀ ਫਰਜ਼ਾ ਦੇਾਂਗੇ ਅਦਾਲਤ ਨੇ ਫાંਸੀ ਸਜ਼ਾ ਦਿੱਤੀ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਕਿਹਾ ਤਾਂ ਫાંਸੀ ਫਾਂਸੀ ਦਿੱਤੀ ਜਾਵੇ ਤੇ ਫਿਰ ਨੂੰ ਫਾਂਸੀ ਹੋਈ ਸੀ ਹੂੰ ਹੂੰ ਤਰੀਕਾ ਇਹ ਜੀ ਲੇਕਿਨ ਰਾਜਵਾਨੀ ਦੀ ਫાંਸੀ ਜਿਹੜੀ ਆ ਉਹ ਮਾਫ ਤੇ ਹੋ ਜਾਂਦੀ ਕਿ ਲੇਕਿਨ ਪ੍ਰਕਿਰਿਆ ਜਿਤੇ ਆ ਵਾ ਇਹ ਕਦੋਂ ਹੁੰਦੀ ਇਹਦੇ ਬਾਰੇ ਕੋਈ ਯਕੀਨੀ ਨਹੀਂ ਹੂੰ 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 ਬਿਲਕੁਲ ਤੁਹਾਡੀ ਗੱਲ ਮੈਂ ਇਹਨੂੰ ਵਾਜਿਬ ਮੰਨਦਾ ਹਾਂ ਕਿ ਅਸੀਂ ਕਈ ਵਾਰੀ ਜਰੂਰਤ ਤੋਂ ਜ਼ਿਆਦਾ ਜਿਹੜੇ ਆ ਨਾ ਉਹ ਐਕਟਿਵ ਹੋ ਜਾਂਦੇ ਆ ਜਿੰਨੀ ਲੋੜ ਨਹੀਂ ਹੁੰਦੀ ਇਹ ਕੋਈ ਨਹੀਂ ਜੀ ਕਾਲੀ ਵੀਰ ਮੇਰੇ ਖਾ ਖਾ ਕੇ ਕਲਾਤ ਜਰਿਆਂ ਦੇ ਅਗਵਾ ਦੇ ਮੱਤ ਤੇ ਮਾਰੀ ਹੁੰਦੀ ਇੱਕਨ ਵਿਚਾਰੇ ਕੀ ਉਹ ਇਸ ਕਰਕੇ ਮੈਂ ਸੋਚਦਾ ਵੀ ਇਹ ਕੋਈ ਨਹੀਂ ਕਈ ਵਾਰੀ ਹੋ ਜੇ ਕਿਕਰ ਨਾ ਵਾਪਸ ਚੁੱਕੀ ਹੁੰਦੀ ਵੀ ਇਹ ਜਿਹੜੇ ਹੁੰਦਾ ਕੁਰੀ ਪੇੜ ਤੇ ਆnde ਦਾਣੇ ਖੇਤ ਆ ਜੋ ਇਹ ਮੱਦੇ ਖਾਲੀ ਗੱਲ ਕਰ ਦਿੰਦੇ ਆ ਤੁਸੀਂ ਪਹਿਲਾਂ ਦੇਖ ਲਓ ਹੈ ਕਿ ਫਿਰ ਗੱਲ ਕਰਦੇ ਆ ਪੱਤੀ ਸਾਹਿਬ ਉਧਰ ਪਤਾ ਚੱਲਿਆ ਕਿ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਿਹੜੀ ਸੰਗਤ ਜਾ ਰਹੀ ਹੈ ਉਹ ਕਹਿੰਦੇ ਟਮਾਟਰ ਪਿਆਜ਼ ਲੈ ਕੇ ਵੀ ਇੱਧਰੋਂ ਜਾ ਰਹੀ ਹੈ ਰਾਸ਼ਨ ਦੇ ਲਈ ਜਿਹੜਾ 7 ਕਿਲੋ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਤੁਹਾਡੇ ਜਿਹੜੇ ਉਹਨਾਂ ਮੁੰਡੇ ਉੱਤੇ ਹਾਂ ਹਾਂ ਜਿਹੜੇ ਲੰਗਰ ਤਿਆਰ ਕਰਦੇ ਉਹਨਾਂ ਨੇ ਕਿਹਾ ਭਾਈ ਇੱਥੇ ਟਮਾਟਰ ਪਿਆਜ਼ ਨਹੀਂ ਮਿਲਦੇ ਤੇ ਮਿਹਰबानी ਕਰਕੇ ਜੇ ਉੱਥੋਂ ਇਹਦੇ ਰਾਸ਼ਨ ਲਿਆ ਸਕਦੇ ਤਾਂ ਲੈ ਕੇ ਆਓ ਜੀ ਜ਼ਰੂਰ ਅੱਛਾ ਇਹ ਲੋਕ ਇੱਕ ਵਿਅਕਤੀ 5 ਕਿਲੋ ਹੋ ਜਾਣ ਖਾ ਸਕਦਾ ਵਾ ਜੇ ਇਹ 2 ਕਿਲੋ ਟਮਾਟਰਾਂ ਜੋ ਕੀ ਫਿਰ ਪੀਣ ਲੱਗਾ ਉੱਥੇ ਹਾਂਜੀ ਬਿਲਕੁਲ ਪਹਿਲੇ ਤਾਂ ਲੰਗਰ ਦੇ ਅਸ ਹੀ ਆ ਮੈਂ ਉਸੇ ਕਰਕੇ ਪਹਿਲਾ ਉਹਨਾਂ ਪਹਿਲਾ ਉਹਨਾਂ ਨੇ ਉਥੋਂ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਲੰਗਰ ਅਲਾਉ ਨਹੀਂ ਕੀਤਾ ਸੀ ਸ਼ੱਕਨ ਦੇ ਦੇ ਉਹਨਾਂ ਨੇ ਉਹਨਾਂ ਨੂੰ ਵੀ ਲੋਕ ਕਰਤਾ ਵੀ ਨਹੀਂ ਤੁਸੀਂ ਵੀ ਲੰਗਰ ਛੱਕ ਸਕਦੇ ਹੋ ਇਸ ਕਰਕੇ ਜੇ ਟਮਾਟਰ ਪਿਆਜ਼ ਲੈ ਕੇ ਜਾਣਗੇ ਤੇ ਕੋਈ ਹੱਜ ਨਹੀਂ ਲੈ ਕੇ ਜਾਣਾ ਚਾਹੀਦਾ ਕੋਈ ਗੱਲ ਨਹੀਂ ਗੁਰੂ ਦਾ ਲੰਗਰ ਹੈ ਇਹ ਗੁਰੂ ਦਾ ਲੰਗਰ ਇਹਦਾ ਕਿਸੇ ਕੌਮ ਜਾਂ ਧਰਮ ਨਾਲ ਤਾਂ ਸੰਬੰਧਤ ਹੀ ਨਹੀਂ ਜੇ ਉਹਨਾਂ ਨੂੰ ਨਹੀਂ ਇਹ ਗਲਤ ਗੱਲ ਸੀ ਬਿਲਕੁਲ ਬਿਲਕੁਲ ਹਾਂ ਬਿਲਕੁਲ ਸੰਬੰਧਤ ਨਹੀਂ ਗਈ ਜੀ ਤੇ ਮੌਸਮ ਵਗੈਰਾ ਕੀ ਕਹਿੰਦਾ ਜੀ ਅੰਮ੍ਰਿਤਸਰ ਦਾ ਵੈਸੇ ਸਭ ਤੋਂ ਠੰਡਾ ਹੀ ਹੁੰਦਾ ਜੀ ਮੌਸਮ ਤੇ ਬੜਾ ਵਧੀਆ ਜੀ ਮੌਸਮ ਤੇ ਬੜਾ ਵਧੀਆ ਅੱਜ ਧੁੱਪ ਲੱਗੀ ਤੇ ਹੁਣ ਤੇ ਮੋੜੀ ਮਾੜੀ ਮਾੜੀ ਧੁੱਪ ਫੇਜ ਚੁਗਦੀ ਥੋੜੀ ਥੋੜੀ ਹੂੰ ਹੂੰ ਆਉਣ ਵਾਲੇ ਸਮੇਂ ਚ 25 ਦਸੰਬਰ ਦੇ ਕਰੀਬ ਜਾ ਕੇ ਫਰਕ ਪੈਂਦਾ ਹੁੰਦਾ ਜੀ ਇਹਦਾ ਥੋੜਾ ਜਿਹਾ ਲੇਕਿਨ ਮੇਰਾ ਖਿਆਲ 25 ਦੇ ਸਮੇਂ ਤੱਕ ਬੜ ਠੰਡ ਪੂਰੀ ਹੋ ਜਾਏਗੀ ਠੰਡ ਪੂਰੀ ਹੋਣ ਤੋਂ ਫਿਰ ਧੁੱਪ ਫਿਰ ਮਿੱਠੀ ਮਿੱਠੀ ਲੱਗੇਗੀ ਤੇ ਫਿਰ ਮਜ਼ਾ ਵੀ ਆਏਗਾ ਤੋ ਤੇ ਰੱਖਣਾ ਜੀ ਅਗਲੀ ਗੱਲ ਕਰਦੇ ਜੀ ਆਪਾਂ ਡਾਕਟਰ ਡਾਕਟਰ ਬਨਮੋਹ ਸਿੰਘ ਹਰਾ ਨੇ ਪਤਾ ਨਹੀਂ ਕਿਉਂ 35 36 ਸਾਲ ਬਾਅਦ ਇਹ ਜਿਹੜਾ ਰਾਜ ਉਗਾਰਿਆ ਵਾ ਜੀ ਜੇ ਆਪਾਂ ਉਹਨਾਂ ਦੀ ਚਪਸੀ ਇੱਥੇ ਗੱਲ ਕਰੀਏ ਤੇ ਫਿਰ ਆਪਾਂ ਨੂੰ ਕੋਈ ਅਧਿਕਾਰ ਨਹੀਂ ਉਹਨਾਂ ਦੇ ਟਿੱਪਣੀ ਕਰਨ ਦਾ ਲੇਕਿਨ ਟਿੱਪਣੀ ਕਰਨੀ ਇਸ ਕਰਕੇ ਬਣਦੀ ਆ ਕਿ ਜੇ ਇਸ ਮਰਸੀਮਾ ਰਾਉ ਨੂੰ ਉਹ ਦੋਸ਼ੀ ਠਹਾਰ ਰਿਹਾ ਹੈ ਤੇ ਗੁਜਰਾਲ ਨੇ ਕਿਆ ਸੀਗਾ ਇਹ ਭਾਈ ਤੁਸੀਂ ਇਹ ਜਿਹੜੀ ਆ ਫੌਜ ਬਣਾ ਲਓ ਇੱਥੇ ਨਾਖਰਾਮ ਹੋ ਰਹੇ ਆ ਇਹ ਬੰਦੇ ਮਾਰ ਰਹੇ ਤੇ ਬਚਾਓ ਹੂੰ ਹੂੰ ਗ੍ਰਹਿ ਮੰਤਰੀ ਉਹ ਕਰ ਸਕਦਾ ਸੀ ਤੇ ਗ੍ਰਹਿ ਮੰਤਰੀ ਨੇ ਕੀਤਾ ਨਹੀਂ ਕੁਛ ਵੀ ਇਹ ਸੁਛਮੀ ਦੇ ਪਾ ਰਹੇ ਨੇ ਨਹੀਂ ਜੀ ਉਸ ਟਾਈਮ ਤੇ ਵੇਖੋ ਜੀ ਉਹ ਮੀਟਿੰਗ ਬੁਲੋਣੀ ਪਈਦੀ ਫਲਾਣਾ ਜੇ ਮੈਸੇਜ ਦੇ ਕੇ ਤੇ ਪਾਕਿਸਤਾਨਵਾਦ ਕਰਦੇ ਫਿਰ ਮੀਟਿੰਗ ਬੁਲੋਣੀ ਫਿਰੰਗੇ ਹੂੰ 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 ਇਮੀਜ ਤੇ ਆਰਡਰ ਹੁੰਦੇ ਦਿੱਤੇ ਉਸ ਟਾਈਮ ਦੇ ਉੱਤੇ ਫਿਰ ਡਾਕਟਰ ਬਨਮੋਲ ਛੀਗੂ ਜੇ ਇਹ ਰਾਜਨੀਤੀ ਗਾਦੀ ਵੇਖੋ ਜੀ ਡਾਕਟਰ ਇਹ ਨੇ ਨਰਸ਼ਮਾ ਦੇ ਅਗਰਾਹ ਕਰਕੇ ਇਹ ਹੋਇਆ ਤੇ ਫਿਰ ਉਹਦੀ ਸਰਕਾਰ ਦੇ ਵਿੱਚ ਪਾਜਲਵ ਵਿੱਤ ਮੰਤਰੀ ਕਿਉਂ ਰਹਿ ਗਏ ਜੀ ਇਹ ਸਵਾਲ ਪੈਦਾ ਹੁੰਦਾ ਕਿ ਸਰਕਾਰੀ ਸਰਕਾਰ ਦੇ 5 ਸਾਲ ਵਿਤਵੰਤ ਨਹੀਂ ਰਹੇ ਨੇ ਉਹਦੀ ਜਿਹੜੀ ਸਾਡੀ ਇਕਨੋਮੀ ਸੀ ਇੰਡੀਆ ਦੀ ਉਹਨੂੰ ਬੈਲੈਂਸ ਕੀਤਾ ਸੀ ਕਿ ਇਹਨਾਂ ਨੇ ਜੀ ਇਹਦਾ ਸੋਣਾ ਕਹਿੰਦੇ ਪਿਆ ਸੀ ਉਹ ਵਾਪਸ ਮੁਗਾਇਆ ਸੀ ਡਾਕਟਰ ਮਲਮੋਤ ਸਿੰਘ ਨੇ ਜੀ ਇਹਨਾਂ ਨੂੰ ਉਦੋਂ ਚਾਹੀਦਾ ਸੀ ਇਹ ਗੱਲ ਕਹਿਣੀ ਵੀ ਡਾਕਟਰ ਸਾਹਿਬ ਮਰਚੈਂਟ ਹੋ ਕੇ ਕਹਿੰਦੇ ਜੀ ਮੈਂ ਤੁਹਾਡੇ ਕੰਮ ਕਰਨ ਨੂੰ ਤਿਆਰ ਹਾਂ ਹੂੰ ਹੂੰ ਜੇਕਰ ਇਹਰੇ ਮਾਨਤੇ ਆਪਣੇ ਕੰਮ ਪ੍ਰਤੀ ਇਹ ਗਿਲਾ ਜਰੂਰ ਹੈਗਾ ਵਾ ਤੁਸੀਂ ਅੱਗੇ ਪੁੱਛਿਆ ਸੀ ਕੌਮ ਨਾਲ ਕਿ ਬੁਧਿਆ ਕਮਿਊਨਿਕੇਟ ਜੀ ਕੋਈ ਜਵਾਬ ਦਿੰਦਾ ਕਿਹੜਾ ਫੀਨਸ ਹੂੰ ਹੂੰ ਜਦੋਂ ਡਾਕਟਰ ਮਨਮੋਹ ਸਿੰਘ ਨੂੰ ਵਿੱਤ ਮੰਤਰੀ ਬਣਾਇਆ ਗਿਆ ਇਹ ਉਸ ਦਿਨ ਆਸਟ੍ਰੇਜ ਸਨ ਜੀ ਆਸਟ੍ਰੇਜ ਸੈਮੀਨਾਰ ਸੀ ਉੱਥੋਂ ਭੁੱਲ ਕੇ ਇਹਨਾ ਆਉਣਾ ਸੀ ਤੇ ਇਹਨਾਂ ਦੇ ਘਰੇ ਫੋਨ ਗਿਆ ਪੀਆ ਉਮੇਸ਼ ਪੀਆ ਮਾਫੀ ਦੇ ਉੱਥੋਂ ਵੀ ਡਾਕਟਰ ਕਿੱਥੇ ਨਹੀਂ ਇਹਨਾਂ ਨੇ ਰਿਵਾਈਵ ਨੇ ਕਿਹਾ ਜੀ ਉਹ ਆਸਟ੍ਰੇਜ ਗਿਆ ਤੇ ਅੱਜ ਸ਼ਾਮੀ ਆਖਰੀ ਹਾਜ਼ਰ ਜੀ ਤੇ ਪ੍ਰਧਾਨ ਬੱਦਰੀ ਦੇ ਆਫਿਸ ਨੂੰ ਕਹਿੰਦਾ ਪੀਏ ਕਹਿੰਦਾ ਜੀ ਸਭ ਯਾਦ ਕਰਦੇ ਨੇ ਹੂੰ ਹੂੰ ਕਹਿੰਦੀ ਜੀ ਉਹਦੇ ਬਾਰੇ ਦੱਸਣੇ ਆ ਦੇ ਦੋ ਤੇ ਡਾਟ ਸਾਬ ਆਪਣੇ 8 ਵਜੇ ਘਰ ਆਏ 8:30 ਘਟ ਘਾਰੇ ਤੇ ਮੁੜ ਕੇ ਇਹਨਾਂ ਦਾ ਫੇਰ ਫੋਨ ਆਇਆ ਹੂੰ ਹੂੰ ਨਾਲ ਤੇ ਮੇਂ ਵਾਈਫ ਨੇ ਦੱਸਿਆ ਵੀ ਨਾ ਫੋਨ ਆਇਆ ਕਿ ਪੀਮ ਉਹ ਵੀ ਸੁਪਲਾਨੀ ਸੈਕਟੀ ਦਾ ਉਹ ਕਹਿੰਦੇ ਜਵਰੇ ਜਾਵਾਂ ਕਿ ਬੜਾ ਮੈਂ ਥੱਕਿਆ ਬੜਾ ਹੂੰ ਹੂੰ ਤੇ ਡਾਟ ਸਾਬ ਨੂੰ ਉਹਨਾਂ ਨੇ ਇੰਨੀ ਗੱਲ ਕਹਿਤੀ ਉਹਦੇ ਪੀਏ ਨੇ ਵੀ ਡਾਟ ਸਾਬ ਇੱਥੋਂ ਕਵਲਰੀ ਚੱਲ ਪਈ ਆ ਹੂੰ ਤੇ ਆਹ ਰੋਜ ਉਹਨਾਂ ਸਾਬ ਯਾਦ ਕਰਦੇ ਹੂੰ ਉਹ ਪ੍ਰਧਾਨ ਮੰਤਰੀ ਯਾਦ ਕਰਦਾ ਹੋਇਆ ਕਿ ਮੈਂ ਕਿਹਦਾ ਕੀ ਕਰਦਾ ਮੈਨੂੰ ਐ ਮੈਂ ਦਾ ਕੇ ਨਾ ਮਿਲਣਾ ਬਿਲਕੁਲ ਉਹ ਗੱਡੀਆਂ ਆਈਆਂ ਗੱਡੀਆਂ ਲੈ ਕੇ ਗਈਆਂ ਜਾ ਕੇ ਪ੍ਰਧਾਨ ਮੰਤਰੀ ਨਾਲ ਗਲਬਤ ਹੋਈ ਗਲਬਤ ਹੋਣ ਤੋਂ ਬਾਅਦ ਕਿਰਨ ਮੰਤਰੀ ਜੀ ਜਾਂਦੇ ਗਿਆ ਡਾਕਟਰ ਸਾਹਿਬ ਅਸੀਂ ਤੁਹਾਨੂੰ ਵਿੱਤ ਮੰਤਰੀ ਬਣਾਉਣਾ ਚਾਹੁੰਦੇ ਹਾਂ ਹੂੰ ਹੂੰ ਉਸ ਟਾਈਮ ਤੇ ਡਾਕਟਰ ਸਾਹਿਬ ਸੋਚਦੇ ਜਿਵੇਂ ਮੈਂ ਕੋਈ ਸੁਪਨਾ ਦੇਖ ਰਿਹਾ ਕੋਈ ਹੂੰ ਹੂੰ ਜੋ ਕਹਿ ਰਿਹਾ ਪ੍ਰਧਾਨ ਮੰਤਰੀ ਜੀ ਇਹਨਾਂ ਹੱਥ ਜੁੜ ਕੇ ਕਹਿੰਦੇ ਜੋ ਤੁਹਾਡੀ ਇੱਛਾ ਜੀ ਕੋਈ ਨਹੀਂ ਹੂੰ ਹੂੰ ਇਹ ਕਹਿੰਦੇ ਜੀ ਫਿਰ ਪਰਸੋਂ ਤਿਆਰੀ ਕਰ ਲੋ ਤੁਹਾਡੀ ਆਪਾਂ ਸੋਚ ਚੁੱਕ ਸਮਾਗਮ ਕਰਨਾ ਜੀ ਵੀਰਾਂ ਕਹਿੰਤੂ ਪਾਪੀ ਉਹਨਾਂ ਨੂੰ ਜੇ ਪ੍ਰਧਾਨ ਮੰਤਰੀ ਦੀ ਕੁਰਸੀ ਮਿਲੀ ਹੈ ਥਾਲੀ ਚ ਪ੍ਰੋਸਕੀ ਮਿਲੀ ਹੈ ਤੇ ਜੇ ਵਿੱਤ ਮੰਤਰੀ ਦੀ ਕੁਰਸੀ ਮਿਲੀ ਹੈ ਤੇ ਉਹ ਵੀ ਥਾਲੀ ਚ ਪ੍ਰੋਸਕੀ ਮਿਲੀ ਜੀ ਇਸ ਕਰ ਲਈਏ ਕਿ ਕਿੱਡੇ ਕਿਹਦੇ ਦਿਨ ਨੂੰ ਬਣਾਉ ਹੂੰ ਹੂੰ ਹਾਲਾਤਾਂ ਨੇ ਬਣਾਤਾ ਉਹਨਾਂ ਨੂੰ ਹੂੰ ਹੂੰ ਤੇ ਜਦੋਂ ਉਹਨਾਂ ਸੋਨਾ ਸੁਨਾਪਸ ਲਿੰਦਾ ਸੀ ਤੇ ਇੱਕ ਵਧੀਆ ਅਕਸਰਾ ਬੰਦਾ ਗਣਿਆ ਗਿਆ ਸੀ ਇੰਡੀਆ ਦੇ ਵਿੱਚ ਡਾਕਟਰ ਮਨਮੋਹ ਸਿੰਘ ਬਿਲਕੁਲ ਜੀ ਲੇਕਿਨ ਆ ਜਿਹੜੀ ਗੱਲ ਆ ਜਿਹੜੀ ਗੱਲ ਕੀਤੀ ਹੈ ਤੇ ਬਾਰੇ ਡਾਕਟਰ ਸਾਨੂੰ ਪੂਰਾ ਸਪਸ਼ਟ ਕਰਨਾ ਚਾਹੀਦਾ ਕਿ ਇਹਨਾਂ ਨੇ ਇੰਨੀ ਦੇਰ ਬਾਅਦ ਕਿਉਂ ਇਹ ਜਿਹੜਾ ਅਜਰਾਜ ਉਜਾਗਰ ਕੀਤਾ ਹੂੰ 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 ਪਹਿਲਾਂ ਕਿਉਂ ਨਹੀਂ ਕੀਤਾ ਜੇ ਪਹਿਲਾਂ ਕਰਦੇ ਤੇ ਸ਼ਾਇਦ ਇਹਦੇ ਸਿੱਟੇ ਵੀ ਜੁੜਨੇ ਕਿਉਂਕਿ ਜਾਂ ਤੇ ਵੀ ਡਾਕਟਰ ਨੂੰ ਪਤਾ ਹੋ ਨਾ ਮੈਂ ਕੋਈ ਲੱਛਣ ਲੈਣੀ ਹੈ ਜੀ ਜੀ ਨਾ ਮੈਨੂੰ ਕੋਈ ਉਹਦੇ ਮਿਲਣਾ ਹੂੰ ਤੇ ਜੇ ਨਰਸੀ ਮੈਂ ਰੋ ਵੀ ਗਿਆ ਖਤਮ ਹੋ ਗਿਆ ਇਸ ਕਰਕੇ ਮੈਂ ਸੋਚਦਾ ਵੀ ਜੇ ਅਗੇ ਗੁਜਰਾਲ ਸਭ ਨੂੰ ਚਲ ਕੇ ਦੁਨੀਆ ਤੋਂ ਹੂੰ ਹੂੰ ਤੇ ਰਹਿ ਤੇ ਕੱਲੀ ਗਏ ਨਾ ਇਹ ਸੇ ਕਰਕੇ ਮੇਰਾ ਕਹਿਣ ਤੋਂ ਭਾਵ ਵੀ ਗੱਲ ਸਾਹਿਬ ਨੂੰ ਥੋੜਾ ਜਿਹਾ ਸਪਸ਼ਟ ਕਰ ਦੇਣਾ ਕਿ ਉਹਨਾਂ ਨੇ ਫੋਨ ਆ ਕੇ ਇਹਨੂੰ 35 ਸਾਲ ਬਾਅਦ ਇਸ ਤਰ੍ਹਾਂ ਇਹ ਜ਼ਾਲਮ ਕਿਉਂ ਕੀਤਾ ਜੀ ਜੇ ਪਹਿਲਾਂ ਕਰਦੇ ਤੇ ਸ਼ਾਇਦ ਹੁੰਦਾ ਕਿ ਕੋਈ ਉਹਨਾਂ ਤੋਂ ਕੁਝ ਨਹੀਂ ਸੀ ਹੂੰ ਹੂੰ ਦੇਖ ਕੇ ਸਿੱਖਾਂ ਨੂੰ ਗੇਲਾ ਨਹੀਂ ਦਾ ਇਸ ਗੱਲ ਦਾ ਕਿ ਜੀ ਸੋ ਅੱਗੇ ਚੱਲਦੇ ਜੀ ਆਪਾਂ ਅੱਗੇ ਚੱਲਦੇ ਜੀ ਆਪਾਂ ਜਿਹੜੇ ਸਾਡੇ ਰਵੀ ਸਿੰਘ ਹੋਰੀ ਹੈਗੇ ਹਾਂ ਹੂੰ ਹੂੰ ਰਵੀ ਸਿੰਘ ਜਿਹੜੇ ਖਾਲਸਾ ਏਡ ਵਾਲੇ ਉਹਨਾਂ ਨੇ ਜਹੇਦਾਰ ਅਕਾਲ ਤਖਨ ਨਾਲ ਮੁਲਾਕਤ ਕੀਤੀ ਜੀ ਰਵੀ ਸਿੰਘ ਹੋਰਾ ਨੇ ਜਦੋਂ ਇੱਥੇ ਅੰਮ੍ਰਿਤ ਆਏ ਸੀ ਪੰਜਾਬ ਚ ਆਏ ਸੀ ਹਰਪੀਤਨ ਦੀ ਮਦਦ ਕਰਨ ਉਸੇ ਕਈਆਂ ਨੇ ਚਿੱਪਣੀਆਂ ਕੀਤੀਆਂ ਸੀ ਉਹਨਾਂ ਦੇ ਖਿਲਾਫ ਜੀ ਲੇਕ ਉਹਨਾਂ ਬੌਦਰ ਨਹੀਂ ਕੀਤਾ ਹੂੰ ਹੂੰ ਰਵੀ ਸਿੰਘ ਹੋਰੀ ਇਰਾਕ ਦੇ ਇਰਾਮ ਦੇ ਵਿੱਚ ਗਏ ਤੇ ਉੱਥੇ ਜਾ ਕੇ ਕੋਈ ਕੋਈ ਹਯਾਸ਼ ਉੱਥੇ ਜਾ ਕੇ ਨ ਕੈਂਪ ਨੂੰ ਭਲਾਏ ਸੀ ਆਪਣੇ ਬੜਾ ਸਤਿਕਾਰ ਮੈਂ ਵੀ ਤੁਸੀਂ ਕੌਣ ਹੋ ਉਹ ਕਹਿੰਦੇ ਸੀ ਬਾਬੇ ਨਾਨਕ ਦੇ ਚੇਲੇ ਆ ਅਸੀਂ ਬਾਬੇ ਨਾਨਕ ਦੇ ਪੈਰੋਂ ਘਰ ਸਿੱਖ ਧਰਮ ਸਾਡਾ ਜਿਹੜੀ ਸਾਡੀ ਇਹ ਸੇਵਾ ਕਰ ਰਹੇ ਹੋ ਤੁਸੀਂ ਤੇ ਜਦੋਂ ਇਹ ਵਾਪਸ ਆਏ ਤੇ ਇਹ ਕਹਿਣ ਲੱਗੇ ਕਿ ਮੇਰੀ ਪੱਗ ਦੀ ਤਵਾਸ਼ੀ ਹੋਈ ਤੇ ਮੈਂ ਪੱਗ ਦੀ ਉਹ ਚੈੱਕ ਕੀਤਾ ਮਸ਼ੀਨ ਨਾਲ ਤੇ ਮੈਂ ਉਹ ਤੋਂ ਮਹਾਰਾਜਪੀ ਨੂੰ ਮੈਸੇਜ ਭੇਜਿਆ ਕਿ ਅਸੀਂ ਇਹ ਨਹੀਂ ਸੇਵਾ ਕਰਦੇ ਆ ਬਾਬੇ ਨਾਨਕ ਦੇ ਸਿੱਖ ਆ ਬਾਬੇ ਨਾਨਕ ਨੇ ਹਮੇਸ਼ਾ ਪੜਾ ਕੀਤਾ ਸਭ ਦਾ ਅਸੀਂ ਉਹਦੇ ਸਿੱਖ ਆ ਅਜੀ ਉਹਦੇ ਪੈਰਾਫੋਰਾ ਸਾਡੀ ਪੱਗ ਦੀ ਤਲਾਸ਼ੀ ਦੀ ਗਈ ਹੈ ਤੇ ਇਹ ਮਾੜੀ ਗਲਤੀ ਤੁਹਾਡੇ ਵਾਸਤੇ ਉਹਦਾ ਰਾਸ਼ਟਰਪਤੀ ਦਾ ਜਵਾਬ ਆਇਆ ਉਹਨਾਂ ਉਸੇ ਬੜੇ ਉਹ ਕਹਿੰਦੇ ਜੀ ਬੜੀ ਗਲਤੀ ਮੈਂ ਮਾਫੀ ਚਾਹੁੰਦਾ ਹਾਂ ਤੁਹਾਡੇ ਨਾਲ ਜੈਸੀ ਹੋਈ ਹੈ ਆਇਂਦਾ ਕਿਸੇ ਸਿੱਖ ਦੀ ਪੱਗ ਨੂੰ ਇੱਥੇ ਚੈੱਕ ਨਹੀਂ ਹੋਏਗੀ ਉਹਨਾਂ ਨੇ ਅੱਜ ਮੁਲਾਕਾਤ ਕੀਤੀ ਜਾਂ ਕੱਲ ਕੀਤੀ ਹੈ ਸਾਡੇ ਆਪਣੇ ਦੇਖਤਰ ਕਾਲਪਕ ਸਭ ਤੋਂ ਵੱਡਾ ਮੁੱਦਾ ਜਿਹੜਾ ਲਖਾ ਠਾਇਆ ਉਹਨਾਂ ਨੇ ਉਹਨਾਂ ਨੇ ਠਾਇਆ ਸਰੂਪੇ ਦੇ ਉਹਨਾਂ ਕਾਜੀ ਸਰੂਪਾ ਜਿਹੜਾ ਵਾ ਇਹ ਬੜੀ ਆਨ ਤੇ ਸ਼ਾਨ ਦਾ ਪ੍ਰਤੀਕ ਹੈ ਤੇ ਇਹ ਸਰੂਪੇ ਨੂੰ ਜਿਹੜਾ ਵਾ ਇਹਦੀ ਜਿਹੜੀ ਆ ਸ਼ਾਨ ਨੂੰ ਬਹਾਲ ਰੱਖਿਆ ਜਾਵੇ। ਅੱਜ ਵੀ ਦੇਡ ਦੇ ਵਿੱਚ ਕੋਈ ਚੋਰ ਅਚੱਕ ਉਹਦੇ ਗਲਤ ਸਰੂਪਾ ਪਾ ਦਿੰਦੇ ਵੀ ਆ ਗੱਲ ਹੈਗੀ ਲੈ ਜ ਸਰੂਪਾ ਜੀ। ਕਾਨੀ ਗਰਬਤਨ ਸਿੰਘ ਵਈ ਜੋ ਜੇਸੇਦਾਰ ਸੀ ਉਹਨੇ ਇੱਕ ਆਦੇਸ਼ ਜਾਰੀ ਕੀਤਾ ਸੀਗਾ ਵੀ ਜਿਹੜਾ ਸਰੂਪਾ ਵਾ ਉਹ ਸਿਆਸੀ ਸਟੇਜਾਂ ਤੇ ਨਾ ਦਿੱਤਾ ਜਾਵੇ ਨਾ ਪਾਇਆ ਜਾਵੇ। ਉਸ ਟਾਈਮ ਤੇ ਕਾਂਗਰਸ ਨੇ ਔਰ ਆਮ ਆਦੀ ਪਾਰਟੀ ਨੇ ਆਪਣੀਆਂ ਉਹ ਪਰਚੇ ਜੇ ਬਣਾ ਲਈ ਸੀ ਉਹਨਾਂ ਦੇ ਉੱਤੇ ਆਪਣੇ ਚੋਣ ਨਿਸ਼ਾਨ ਤੇ ਆਪਣੀ ਪਾਰਟੀ ਦਾ ਨਾਮ ਲਿਖ ਕੇ ਪੇ ਕਰਤਾ ਸੀ ਕਿ ਜੇ ਕੋਈ ਬੰਦਾ ਸ਼ਾਮਲ ਹੋਵੇ ਗੱਲ ਪਾ ਦੇ। ਅੱਜ ਵੀ ਇਹ ਨਿਂਦਰਮਾ ਹੈ ਤੇ ਜੇ ਹਕਮਤ ਇਹਨਾਂ ਨਾਲ ਕੀਤੀ ਜਰੀ ਅਕਾਲ ਚੱਕਦੇ ਤੇ ਉਹ ਅਕਾਲੀ ਨਾਲ ਹੀ ਕਰਦੇ ਆ। ਇਹਨਾਂ ਨੇ ਆਪਣੀ ਕਰਦੇ ਬਾਤ ਅਜੀ ਕਿਉਂ ਕਰਦੇ ਆ। ਉਹਨਾਂ ਨੇ ਇੰਨੀ ਗੱਲ ਕਹੀ ਸਰੂਪਾ ਸਿਰਫ ਉਸ ਪ੍ਰਤੀਕਤ ਜੰਦਾਵਾ ਜਿਹੜਾ ਇਹ ਬੰਦੇ ਦੀ ਬੜੀ ਵੱਡੀ ਕੁਰਬਾਨੀ ਹੋਏ ਕੌਮ ਵਾਸਤੇ ਹੋਏ ਦੇਸ਼ ਵਾਸਤੇ ਹੋਈ ਤੁਹ ਜਿੱਦ ਨੂੰ ਜੋ ਪੰਜ ਸੱਜੰਦਾ ਤੇ ਤੁਸੀਂ ਇਹ ਬੰਦ ਕਰੋ ਸਿਰਫਾ ਸਿਰਫ ਉਸ ਤੱਕ ਜਾਵੇ ਜਿਹੜਾ ਬੰਦਾ ਡਿਜ਼ਰਵ ਕਰਦਾ ਹੈ ਇਹ ਉਹਦਾ ਮੁੱਦਾ ਬਹੁਤ ਵਧੀਆ ਰੀਚੀਵਮੈਂਟ ਆਇਆ ਨੇ ਨਾਲ ਉਹਨੇ ਇਹ ਵੀ ਗੱਲ ਕਹੀ ਸੀ ਅਗਲੇ ਸਾਲ ਤੋਂ ਅਸੀਂ ਆਪਣੀ ਜਿਹੜੀ ਵੈਬਸਾਈਟ ਆ ਉਹਦੇ ਨਾਲ ਅੰਗਰੇਜ਼ੀ ਨਾਲ ਪੰਜਾਬੀ ਵੀ ਐਡ ਕਰਨੀ ਸੀ ਜੀ ਇਰੇ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 3606526068 ਯਾਨੀ 36065260 66, दो लोकेशन तो सेवा प्रदान करते हैं सेकेंड लोकेशन लॉस्ट हिल ट्रेवल सेंटर चौदह अठ सौ चौदह एलोम स्ट्रीट लॉस्ट हिल्स फोन नंबर छह सो इक्कात सो सतानवे तेईस चौर ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟ੍ਰੱਕ ਕਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਵਧੀਆ ਸਰਵਿਸ ਲਈ ਕੁਇਕ ਟ੍ਰੱਕ ਕਲੂਬ ਲੋਜੀ ਤੀਜੀ ਲੋਕੇਸ਼ਨ ਵੀ ਖੋਲਤੀਆ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਕੁਇਕ ਟ੍ਰੱਕ ਕਲੂਬ ਦ ਵਨ ਸਟਾਪ ਸ਼ਾਪ 5196220660 ਜਾਂ ja quicktruckclub.com qtl ਬਿਕਾਜ਼ ਵੀ ਕੇਅਰ Franklin JB Truck Repair Uba City Certified Cummins Detroit Freightliner Western Star Volvo Caterpillar ate Series 60 engines International ate automatic transmissions 5 saal da freight line dealership da experience a engine truck trailer AC electrical DPF DEF repair karde han transmission rear end brakes oil change karde han certified 90 day DOT inspection ate certified annual federal DOT inspection. ਐਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਜ਼ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ भाई जी नवी डीडी15 चालान दे जब पे कार मैक्स फोर्स कमन्स ISX वॉल्वो मर्सिडीज स्प्रिंटर जे मोटर हो होवे तेल हो और ओरिजिनल फिल्टर तक चेंज कराना ही आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे हो एग्जिट 268 ऑन हाईवे 401 और एग्जिट 5 ऑन QEW क्विक ट्रक ल्यूब खुश हो परतोगे मान लो 51960 50660 5196220660 QTL because we care ਪ੍ਰੋਗਰਾਮ ਸਮাদান ਦੇ ਵਿੱਚ ਤੁਹਾਡਾ ਮੁਰਤੋਂ ਸਵਾਗਤ ਹੈ ਨਿੰਦਰ ਕੁਗਿਆਨਵੀ ਸਾਡੇ ਨਾਲ ਨੇ ਨਿੰਦਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਰੇਡੀਓ ਪੰਜਾਬ ਟੂਡੇ ਦੇ ਸਾਰੇ ਸੁਣਨ ਨਿੰਦਰ ਕੁਗਿਆਨਵੀ ਸਤਿ ਸ੍ਰੀ ਅਕਾਲ ਕਹਿੰਦਾ ਜੀ ਦਾਨੇਵਾਲੀਆ ਜੀ ਨਿੰਦਰ ਜੀ ਤੁਹਾਡੇ ਫਰੀਦਕੋਟ ਦੇ ਵਿੱਚ ਵੀ ਗੱਲ ਕਰੀਏ ਬੜਾ ਭਾਰਤ ਦੇ ਵਿੱਚ ਸਥਿਤੀ ਬੜੀ ਦਰਦਨਾਕ ਜੀ ਬਣੀ ਹੋਈ ਹੈ ਭਾਵੇਂ ਯੂਪੀ ਦੀ ਗੱਲ ਕਰੀਏ ਹైదరాబాద్ ਦੀ ਕਰੀਏ ਬਿਹਾਰ ਦੀ ਕਰੀਏ ਰਾਜਸਥਾਨ ਦੀ ਕਰੀਏ ਹਾਂ ਕਿੱਤਾ ਖੇਤਰ ਦੇ ਵਿੱਚ ਜਿੱਥੇ ਆਪਾਂ ਕੰਮ ਕਰਦੇ ਹਾਂ ਜਿਹਨੂੰ ਵਰਕਪਲੇਸ ਕਹਿੰਦੇ ਨੇ ਹਾਂ ਹਾਂ ਉੱਥੇ ਵੀ ਔਰਤਾਂ ਦੇ ਨਾਲ ਜ਼ਬਰ ਜਨਾਹ ਜਾਂਚ ਆਪਾਂਖੇ ਕਿ ਸੈਕਸ਼ੂਅਲ ਫੇਵਰ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੁਹਾਡੇ ਯੂਨੀਵਰਸਿਟੀ ਹੈ ਇੱਥੇ ਗੁਰੂਆਂ ਦੇ ਨਾਂ ਤੇ ਬਣੀ ਹੈ ਪਰ ਇੱਥੇ ਵੀ ਕਹਿੰਦੇ ਇੱਕ ਮਹਿਲਾ ਡਾਕਟਰ ਵੱਲੋਂ ਇਲਜ਼ਾਮਤ ਲਾਏ ਗਏ ਨੇ ਬੜੇ ਉੱਚ ਅਧਿਕਾਰੀਆਂ ਦੇ ਉੱਤੇ ਆਪਣੇ ਸੰਘਰਸ਼ ਚੱਲ ਰਿਹਾ ਹੈ ਤੁਹਾਨੂੰ ਪਤਾ ਫਰੀਦਕੋਟੀਆਂ ਲਈ ਤਾਂ ਸੰਘਰਸ਼ ਬਣ ਗਿਆ ਭਾਵੇਂ ਸ਼ਰੂਤੀ ਕਾਂਡ ਤੋਂ ਲੈ ਕੇ ਤੇ ਹੁਣ ਤੱਕ ਅੱਜ ਉਸ ਲੜਕੀ ਨੂੰ ਇਨਸਾਫ ਤਾਂ ਕੀ ਮਿਲਣਾ ਸੀ ਪੁਲਿਸ ਨੇ ਚੱਕ ਕੇ ਥਾਣੇ ਡੱਕ ਦਿੱਤਾ ਹੈ ਕੀ ਕਹੋਗੇ ਇਸ ਸਾਰੇ ਮਾਮਲੇ ਤੇ ਅਹ ਦਾਨੇਵਾਲੀਆ ਜੀ ਇਸ ਤਰ੍ਹਾਂ ਹੋਇਆ ਕਿ ਕੁਝ ਮਹੀਨਿਆਂ ਤੋਂ ਇਹ ਜਿਹੜੀ ਨਰਸ ਹੈਗੀ ਹੈ ਬੈਠੀ ਹੋਈ ਐ ਡੀਸੀ ਦਫਤਰ ਦੇ ਵਿੱਚ ਧਰਨੇ ਤੇ ਕਿ ਮੈਨੂੰ ਇਨਸਾਫ ਦਵਾਓ ਜੀ ਤੇ ਬੈਠੀ ਨੂੰ ਜਦੋਂ ਇਨਸਾਫ ਨਹੀਂ ਮਿਲਿਆ ਕੁਝ ਇਨਾ ਟਾਈਮ ਬੀਤ ਗਿਆ ਤੇ ਉਹਨੇ ਸੋਚਿਆ ਕਿ ਡੀਸੀ ਦੀ ਜਿਹੜੀ ਕਾਰਖਾੜ ਦੀ ਜਿੱਥੇ ਹੈ ਹੂੰ ਹੂੰ ਉਹ ਕਾਰ ਵਾਲੀ ਥਾਂ ਦੇ ਉੱਤੇ ਮੈਂ ਜਾ ਕੇ ਆਪਣਾ ਜਦੋਂ ਹੁਣ ਵੇਖੋ ਇੱਕ ਦਵਾਰੇ ਤੋਂ ਤੁਹਾਨੂੰ ਇਨਸਾਫ ਨਹੀਂ ਮਿਲਦਾ ਦੂਹੇ ਦਵਾਰੇ ਪਹੁੰਚਦੇ ਹੋ ਹਨਾ ਹੂੰ ਹੂੰ ਫਿਰ 3 ਦੁਆਰੇ ਪਹੁੰਚਦੋਂ ਫਿਰ 4 ਦੁਆਰੇ ਮਤਲਬ ਉਹ ਫਿਰ ਉਹਨੇ ਇਹ ਹੀ ਸੋਚਿਆ ਵੀ ਜਦੋਂ ਇਹ ਗੱਲ ਹੀ ਨਹੀਂ ਸੁਣਦੇ ਗੂੰਗੇ ਬੋਲੇ ਹੋ ਗਏ ਨੇ ਹੂੰ 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 ਉਹਨੇ ਉੱਥੇ ਜਾਣਾ ਮناسب ਸਮਝਿਆ ਜਿੱਥੇ ਡੀਸੀ ਦੀ ਕਾਰ ਖੜਦੀ ਸੀ ਹੂੰ 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 ਹੁਣ ਬਣ ਗਿਆ ਮਾਮਲਾ ਵੀ ਸੁਰੱਖਿਆ ਦਾ ਹੂੰ ਹੂੰ ਤੋਂ ਉਹਨਾਂ ਨੇ ਮਤਲਬ ਚੱਕ ਕੇ ਪੁਲਿਸ ਦੇ ਵਿੱਚ ਉੱਥੇ ਭੇਜਤਾ ਤੇ ਮੁੜ ਕੇ ਰਿਹਾ ਕਰਤਾ ਸ਼ਾਮ ਨੂੰ ਹੂੰ ਹੂੰ ਤੇ ਕਹਿਤਾ ਵੀ ਤੁਸੀਂ ਅੱਗੇ ਜਿੱਥੇ ਡੀਸੀ ਸਾਹਿਬ ਦੀ ਕਾਰ ਖੜਦੀ ਉੱਥੇ ਧਰਨਾ ਨਹੀਂ ਦੇਣਾ ਹੋਰ ਜਿੱਥੇ ਮਰਜ਼ੀ ਬੈਠੇ ਰਹੋ ਹੂੰ ਹੂੰ ਰਿਆ ਕਰਤਾ ਸ਼ਾਮ ਨੂੰ ਹੁਣ ਰੌਲਾ ਇਹ ਹੈ ਕਿ ਮਤਲਬ ਡੀਸੀ ਦੀ ਦਫ਼ਤਰ ਮੂਹਰੇ ਜਾਂ ਕਾਰਪੂਰੇ ਧਰਨਾ ਦੇਣ ਦਾ ਤਾਂ ਫਾਇਦਾ ਕੋਈ ਹੈ ਨਹੀਂ ਹੂੰ ਹੂੰ ਜਾਂ ਤਾਂ ਉਹ ਧਰਨਾ ਦੇਣ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਮੁਖੀ ਆ ਉਹਨਾਂ ਦੇ ਘਰਾਂ ਮੂਹਰੇ ਜੀ ਉਹ ਐਚਓਡੀ ਤੇ ਇੱਕ ਹੈੱਡ ਆਫ ਦੀ ਡਿਪਾਰਟਮੈਂਟ ਤੇ ਦੋਸ਼ ਲਾਉਂਦੀ ਆ ਗੁਪਤਾ ਗੁਪਤਾ ਕੋਈ ਹੂੰ ਹੂੰ ਉਹ ਗੁਪਤੇ ਦੀ ਸਰਪ੍ਰਸਤੀ ਕੌਣ ਕਰਦਾ ਇਹਨਾਂ ਨੂੰ ਨਹੀਂ ਪਤਾ ਜਿਹੜੇ ਧਰਨਾ ਲਾ ਕੇ ਬੈਠੇ ਨੇ ਹੂੰ ਜੇ ਧਰਨਾ ਲਾ ਕੇ ਬੈਠਿਆ ਨੂੰ ਪਤਾ ਵੀ ਗੁਪਤੇ ਦੀ ਫਲਾਣਾ ਬੰਦਾ ਸਰਪ੍ਰਸਤੀ ਕਰਦਾ ਉਹਦਾ ਬੂਆ ਘੇਰਨ ਜੀ ਉਹਦਾ ਬੂਆ ਘੇਰਨ ਨੂੰ ਬੰਦੇ ਨੂੰ ਪਤਾ ਲੱਗੇ ਕਿ ਮੇਰਾ ਬੂਆ ਘੇਰਿਆ ਭਾਵੇਂ ਕੋਈ ਲੀਡਰ ਹੈ ਤੇ ਭਾਵੇਂ ਕੋਈ ਅਫਸਰ ਹੈ ਜੀ ਤੇ ਫਿਰ ਉਹਨੂੰ ਪਤਾ ਲੱਗੂਗਾ ਨਾ ਡੀਸੀ ਡੀਸੀ ਕੀ ਕਰੂਗਾ ਤੇ ਬਿਲਕੁਲ ਮੈਂ ਤੁਹਾਡੀ ਗੱਲ ਕਰ ਰਿਹਾ ਕਿ ਭਾਰਤ ਦੀ ਸਥਿਤੀ ਦੇ ਉੱਤੇ ਜਿਹੜੀਆਂ ਸਥਿਤੀਆਂ ਪੈਦਾ ਹੋ ਰਹੀਆਂ ਕਿ ਇੱਕ ਪਾਸੇ ਇਨਸਾਫ ਮੰਗਰੀ ਹੈ ਉਹਨੂੰ ਚੁੱਕ ਲਿਆ ਜਾਂਦਾ ਹੈ ਦੂਜੇ ਪਾਸੇ ਇਨਸਾਫ ਮੰਗਦੀ ਹੈ ਅੱਗ ਲਾ ਦਿੱਤੀ ਜਾਂਦੀ ਹੈ ਨਹੀਂ ਉਸ ਤੋਂ ਧਾਨੇ ਵਾਲੇ ਤੁਸੀਂ ਆਪ ਠੀਕ ਸਮਝਦੇ ਹੋ ਹੁਣ ਦੇਖੋ ਜਿਹੜੀ ਸਰਪ੍ਰਸਤੀ ਕਰਦੇ ਨੇ ਇਹ ਬੰਦੇ ਜਿਹੜੇ ਘੂਰ ਕਰਦੇ ਨੇ ਨਾ ਬੰਦੇ ਸੰਘਰਸ਼ ਕਰਦੇ ਨੇ ਅਸੀਂ ਇਹਨਾਂ ਦੇ ਨਾਲ ਆ ਹਮ ਹਮ ਅਸੀਂ ਇਹਨਾਂ ਦੀ ਸਹਿਮਤੀ ਕਰਦੇ ਹਾਂ ਅਸੀਂ ਇਹਨਾਂ ਨੂੰ ਇਹਨਾਂ ਦੀ ਆਵਾਜ਼ 'ਚ ਆਵਾਜ਼ ਬਣਾਉਣੇ ਆ ਪਰ ਅਸੀਂ ਇਹਨਾਂ ਨੂੰ ਇਹ ਕਹਿੰਨੇ ਆ ਕਿ ਤੁਸੀਂ ਇਕਾ ਦੁਕਾ ਥਾਵਾਂ ਤੇ ਪ੍ਰਦਰਸ਼ਨ ਨਾ ਕਰੋ ਤੁਸੀਂ ਉਹਦੀ ਨਵ ਜੋ ਕਹਿੰਦਾ ਜਿਹੜੀ ਕੰਟਰੋਲ ਲਾਈਨ ਹੈ ਸਪਲਾਈ ਲਾਈਨ ਹਮ ਹਮ ਉਹਨੂੰ ਕੱਟੋ ਤੁਸੀਂ ਇਹ ਦੇਖੋ ਵੀ ਜਿਹੜਾ ਉੱਥੇ ਐਚ.ਓ.ਡੀ ਦੇ ਦੋਸ਼ ਲਾਉਂਦੀ ਆ ਡਾਕਟਰ ਹੂੰ ਹੂੰ ਉਹ ਐਚ.ਓ.ਡੀ ਸਰਪ੍ਰਸਤੀ ਕੌਣ ਕਰਦਾ ਹੈ ਕਿ ਜਦੋਂ ਡੀ.ਸੀ ਦਾ ਅਫਸਰ ਚਿੰਕੁਆਰੀ ਜਾਂਦੀ ਆ ਉਹ ਕਹਿੰਦਾ ਅਸੀਂ ਇਨਕੁਆਰੀ ਕਰ ਰਹੇ ਆ ਐਸ.ਐਸ.ਪੀ ਕਹਿੰਦਾ ਅਸੀਂ ਇਨਕੁਆਰੀ ਕਰ ਰਹੇ ਆ ਉਸ ਇਨਕੁਆਰੀ ਨੂੰ ਡਿਲੇ ਕੌਣ ਕਰਦਾ ਹੈ ਉਹਨੂੰ ਰੋਕਦਾ ਕੌਣ ਆ ਹੂੰ ਹੂੰ ਉੱਥੇ ਧਰਨਾ ਕਿਉਂ ਨਹੀਂ ਲਾਉਂਦੇ ਜਿਹੜਾ ਰੋਕਦਾ ਉਹਨੂੰ ਕਹਿੰਦਾ ਵੀ ਤੂੰ ਰੋਕਦਾ ਅਸੀਂ ਤੇਰੇ ਸਿਆਪਾ ਕਰਨ ਆਏ ਆ ਤੇਰੇ ਤੋਂ ਬਿਨਾ ਬਾਹਰ ਨਹੀਂ ਜਾਂਦੇ ਹੂੰ ਹੂੰ ਇਹਦਾ ਧਰਨੇ ਮਤਲਬ ਉਹ ਛੱਡੀ ਗਾਹ ਥੱਲੇ ਗਈ ਮੱਝ ਥੱਲੇ ਹੂੰ ਹੂੰ ਮਤਲਬ ਇਸ ਤਰ੍ਹਾਂ ਦੀ ਸਿਚੁਏਸ਼ਨ ਪੜੇ ਲਿਖੇ ਬੰਦੇ ਆ ਇਹ ਜਦੋਂ ਉਹਨਾਂ ਦੇ ਨੱਕ 'ਚ ਦਮ ਕਰ ਦੇਣਗੇ ਇਹ ਕਿ ਭਾਈ ਤੂੰ ਸਰਪ੍ਰਸਤੀ ਕਰਦਾ ਕੁੱਤੇ ਬੰਦਿਆਂ ਦੀ ਹੂੰ ਹੂੰ ਇਹ ਸਰਪ੍ਰਸਤੀ ਬੰਦ ਕਰਦੇ ਤੇ ਉਹ ਲੋਕ ਜਿਹੜੇ ਆ ਉਹ ਆਪੇ ਉਹ ਕਹਿਣਗੇ ਵੀ ਨਹੀਂ ਜੀ ਨਹੀਂ ਅਨਸਾਫੀ ਕਰ ਹੁਣੇ ਜਿਹੜੇ ਡਾਕਟਰ ਆ ਵਿਚਾਰੇ ਇੰਨੇ ਚੰਗੇ ਆ ਹੂੰ ਹੂੰ ਇੰਨੀ ਉਹ ਹਮਦਰਦੀ ਕਰਦੇ ਬੈਠੇ ਉੱਥੇ ਉੱਥੇ ਕੋਈ ਪੁੱਛਦਾ ਹੀ ਨਹੀਂ ਜੀ ਟੀਸੀ ਨੂੰ ਕਹਿੰਦੇ ਉਹ ਕਹਿੰਦਾ ਇਨਕੁਆਰੀ ਚੱਲ ਰਹੀ ਆ ਐਸਐਸਪੀ ਨੂੰ ਕਹਿੰਦੇ ਇਨਕੁਆਰੀ ਚੱਲ ਰਹੀ ਆ ਇਨਕੁਆਰੀ ਡਿਲੇ ਕੌਣ ਕਰਾ ਰਿਆ ਕੋਈ ਉਹਨਾਂ ਦਾ ਅਫਸਰ ਹੋਏਗਾ ਕੋਈ ਲੀਡਰ ਹੋਏਗਾ ਲੀਡਰ ਦੇ ਬਾਰ ਮੂਰੇ ਜਾਣ ਉੱਥੇ ਜਾ ਕੇ ਕਹਿਣ ਵੀ ਦੱਸ ਕਿਉਂ ਡਿਲੇ ਕਰਾਈ ਹੈ ਜਦੋਂ ਘਰੋਂ ਬਾਹਰ ਇਕੱلو ਕਰ ਲੈ ਕੇ ਤਾਂ 150 ਬੰਦਾ ਹੋਊਗਾ ਰੌਲਾ ਪਊਗਾ ਇਹ ਜਾਂਦੇ ਹੋਰ ਥਾਂ ਕਰਦੇ ਹੋਰ ਥਾਂ ਇਸ ਤਰ੍ਹਾਂ ਦਾ ਸਾਦਕ ਦੇ ਵਿੱਚ ਇੱਕ ਧਰਨਾ ਚੱਲ ਰਿਹਾ ਜੀ ਸਾਦਕ ਦੇ ਵਿੱਚ ਚੋਰੀ ਹੋ ਗਈ ਕੱਪੜੇ ਦੀ ਦੁਕਾਨਾਂ ਦੀ ਜੀ ਧਰਨਾ ਦੇਤਾ ਐਸਐਚਓ ਦੇ ਖਿਲਾਫ ਹੂੰ ਹੂੰ ਕੀ ਉਹਦੇ ਨਾਲ ਕੀ ਹੋ ਗਿਆ ਚੋਰ ਫੜੇ ਗਏ ਸੀ ਅਦਾਲਤ 'ਚ ਪੇਸ਼ ਕਰਤੇ ਤੇ ਚੋਰਾਾਂ ਤੋਂ ਰਿਕਵਰੀ ਹੋਏ ਥਾਣ ਜਿਹੜੇ ਕੱਪੜੇ ਦੇ ਥੋੜੇ ਹੂੰ ਚੋਰ ਫੜੇ ਗਏ ਉਸ ਤੋਂ ਬਾਅਦ ਹੁਣ ਉਹ ਦੁਕਾਨਦਾਰਾਂ ਦਾ ਇਹ ਰੋਸ ਹੈ ਕਿ ਕੱਪੜੇ ਥੋੜੇ ਜਿਓ ਮਿਲੇ ਵੱਧ ਮਿਲਣ ਜੀ ਉਹ ਐਸਐਚਓ ਕਹਿੰਦੀ ਵੀ ਵੱਧ ਉਦੋਂ ਮਿਲਣਗੇ ਜਦੋਂ ਮੈਂ ਪੂਰੀ ਤਰ੍ਹਾਂ ਰਿਮਾਂਡ ਲੈ ਕੇ ਇਹਨਾਂ ਨੂੰ ਕੁੱਟੂ ਮਾਰੂੰਗੀ ਪੁੱਛੂੰਗੀ ਹੂੰ ਹੂੰ ਇਸ ਕਰਕੇ ਤੁਸੀਂ ਭਾਈ ਜੇ ਧਰਨਾ ਦੇਣਾ ਤਾਂ ਉੱਥੇ ਜਾ ਕੇ ਦਿਨ ਜਿਹੜਾ ਚੋਰਾਾਂ ਦੀ ਮਦਦ ਕਰਦਾ ਹੂੰ ਹੂੰ ਇਹ ਚੋਰਾਾਂ ਦੀ ਮਦਦ ਵਾਲੇ ਪਾਸੇ ਜਾਓ ਨਾ ਕਿ ਤੁਸੀਂ ਅਫਸਰਾਂ ਨੂੰ ਘੇਰੋ ਅਫਸਰਾਂ ਨੂੰ ਘੇਰੋ ਜਿਹੜਾ ਅਫਸਰ ਡਿਲੇ ਕਰਦਾ ਤੁਹਾਨੂੰ ਲਾਰੇ ਲਾਉਂਦਾ ਤੁਹਾਨੂੰ ਝੂਠ ਬੋਲਦਾ ਤੁਹਾਨੂੰ ਘੇਰ ਲਓ ਜੀ ਜਿਹੜਾ ਲੀਡਰ ਉਹਦੀ ਸਰਪ੍ਰਸਤੀ ਕਰਦਾ ਜਾਂ ਜਿਹੜਾ ਅਫਸਰ ਉਹਦੀ ਸਰਪ੍ਰਸਤੀ ਕਰੀ ਜਾਂਦਾ ਉਹਦੇ ਮਹਿਕਮੇ ਦਾ ਉਹਨੂੰ ਜਾ ਕੇ ਜਦੋਂ ਘੇਰੋਂਗੇ ਫੇਰ ਗੱਲ ਬਣੂਗੀ ਜਦੋਂ ਬੂਹਾ ਬਾਰ ਗੱਡੀ ਕੱਢੂਗਾ ਜੀ ਇਹ ਮੈਂ ਇਹ ਮੇਰੀ ਇਹਨਾਂ ਨੂੰ ਸਲਾਹ ਇਹ ਹੀ ਹੈ ਅਸੀਂ ਹਮਦਰਦ ਹਾਂ ਡਾਕਟਰਾਂ ਦੇ ਡਾਕਟਰ ਕੰਮ ਕਰਦੇ ਨੇ ਉਹਦੇ ਨਾਲ ਬੇਇਨਸਾਫੀ ਹੋਈ ਆ ਕੁੜੀ ਨਾਲ ਜਿਹੜੀ ਬੈਠੀ ਆ ਡੀਸੀ ਦਫ਼ਤਰ ਦੇ ਮੂਹਰੇ ਅਰੇ ਇਹ ਮਤਲਬ ਉਥੇ ਡੀਸੀ ਦਫਤਰ ਘੇਰ ਕੇ ਕੀ ਕਰੂਗੀ ਇਹ ਉਹਨੂੰ ਜਾ ਕੇ ਪਿੱਟੇ ਜਿਹੜੇ ਬੰਦਾ ਜਿਹੜਾ ਬੰਦਾ ਇਹ ਰੋਕ ਜਿਹੜਾ ਬੰਦਾ ਇਹਦੀ ਜਿਹੜੀ ਰੋਕ ਆ ਉਹਦੇ ਵਿੱਚ ਰੋਕ ਲਾ ਰਿਹਾ ਜਿਹੜਾ ਰੋੜਾ ਰਾਲ ਲਾ ਜੀ ਜੀ ਬਿਲਕੁਲ 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 ਤੁਹਾਡੀ ਗੱਲ ਸਹੀ ਹੈ ਧੰਨਵਾਦ ਨਿੰਦਰ ਜੀ ਤੁਹਾਡਾ ਸ਼ੁਕਰੀਆ ਜੀ ਸ਼ੁਕਰੀਆ ਮਿਹਰਬਾਨੀ ਸੋ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲਦੇ ਹਾਂ ਸੋ ਕਈ ਵਾਰੀ ਚਰਚਾਵਾਂ ਡੁਅੱਡ ਵਿਚਾਰ ਹੁੰਦੇ ਨੇ ਸਾਰੀ ਚੀਜ਼ ਹੈ ਆਪਣੇ ਆਪ ਦੇ ਵਿੱਚ ਸਥਿਤੀਆਂ ਬੜੀਆਂ ਗੰਭੀਰ ਹੋ ਜਾਂਦੀਆਂ ਨੇ ਸਥਿਤੀਆਂ ਸੰਭਾਲਣੀਆਂ ਮੁਸ਼ਕਲ ਹੋ ਜਾਂਦੀਆਂ ਨੇ ਸੋ ਹਮੇਸ਼ਾ ਹੀ ਆਪਾਂ ਇੱਕ ਸਿਸਟਮ ਜਿਹੜਾ ਹੈਗਾ ਉਹਦੇ ਦਾਇਰੇ ਦੇ ਵਿੱਚ ਚੱਲਦੇ ਆਂ ਹੋਰ ਅਪਡੇਟ ਲੈਣ ਦੇ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਨੇ ਜਸਵੰਤ ਜਸ ਜੀ ਜਸਵੰਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਸਵੰਤ ਜੀ ਫਰੀਦਕੋਟ ਦੇ ਵਿੱਚ ਲੰਮਾ ਸਮਾਂ ਹੋ ਗਿਆ ਮਾਮਲਾ ਸੰਗੀਨ ਹੈ ਭਾਰਤ ਦੇ ਵਿੱਚ ਬਲਾਤਕਾਰਾਂ ਦੀਆਂ ਖਬਰਾਂ ਬੜੀਆਂ ਆ ਰਹੀਆਂ ਨੇ ਫਰੀਦਕੋਟ ਵਾਲੇ ਵੀ ਜਿਹੜੇ ਨੇ ਸੰਘਰਸ਼ ਨੂੰ ਬੜਾ ਲੰਮਾ ਲੈ ਕੇ ਜਾ ਰਹੇ ਨੇ ਜਿਹੜੀ ਫਰੀਦਕੋਟ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ ਸੈਕਸੂਅਲ ਐਕਸਪਲੋਇਟੇਸ਼ਨ ਦਾ ਲੈ ਕੇ ਇਹ ਮਾਮਲਾ ਅਸਲ 'ਚ ਕੀ ਹੈ ਤੇ ਇੰਨਾ ਲੰਮਾ ਕਿਉਂ ਚੱਲ ਰਿਹਾ ਇਹ ਇੱਕ ਡਾਕਟਰ ਹੈਗੇ ਆ ਲੇਡੀ ਹੂੰ ਉਹਨਾਂ ਨੇ ਆਊਟ ਦੇ ਹੈੱਡ ਆਫ ði ਡਿਪਾਰਟਮੈਂਟ ਖਿਲਾਫ ਯੂਨੀਵਰਸਿਟੀ ਖਿਲਾਫ ਇੱਕ ਇਤਨ ਦੀ ਹੋਰ ਡਾਕਟਰ ਦੇ ਵੱਲ ਸ਼ਿਕਾਇਤ ਪਾਈ ਹੈ ਜੀ ਇਹਨਾਂ ਨੇ ਮੈਨੂੰ ਵੱਖ-ਵੱਖ ਸਮੇਂ ਤੇ ਮਤਲਬ ਮੇਰੀ ਮਿਊਰੀਆ ਖੈ ਦਾ ਠਾਕੀ ਜੀ ਮੈਨੂੰ ਐਕਸਪਲੇਨ ਕੀਤਾ ਹੈਗਾ ਤੇ ਮੈਨੂੰ ਆਬਜੈਕਸ਼ਨੇਬਲ ਜਿਹੜੇ ਹੈਗੇ ਆ ਉਹ ਗੱਲਾਂ ਕਹੀਆਂ ਹੈਗੀਆਂ ਜਿਹੜੀਆਂ ਕਿਸੇ ਔਰਤ ਨੂੰ ਆਮ ਤੌਰ ਤੇ ਨਹੀਂ ਕਹੀਆਂ ਜਾ ਸਕਦੀਆਂ ਜੀ ਇਹ ਸ਼ਿਕਾਇਤ ਪਹਿਲਾਂ ਵਾਈਸ ਚਾਂਸਲਰ ਕੋਲ ਗਈ ਸੀ ਹੂੰ 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 ਪਰ ਉਹ ਵਾਈਸ ਚਾਂਸਲਰ ਦੇ ਕੋਲ ਉਹ ਡਾਕਟਰ ਮੰਨ ਲਿਆ ਕਿ ਹਾਂ ਵੀ ਮੇਰੇ ਤੇ ਗਲਤੀ ਹੋਈ ਹੈ ਹੂੰ ਹੂੰ ਪਰ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ ਜੀ ਬਜਾਏ ਇਸ ਦੇ ਕਿ ਮਤਲਬ ਦੋਸ਼ੀ ਦੇ ਖਿਲਾਫ ਕਾਰਵਾਈ ਹੁੰਦੀ ਯੂਨੀਵਰਸਿਟੀ ਰੋਟੀ ਨਹੀਂ ਜਿਹੜੀ ਵਿਕਟਮ ਡਾਕਟਰ ਹੈਗੀ ਆ ਉਹਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਜਿਵੇਂ ਉਹਨੂੰ ਪ੍ਰੋਮੋਸ਼ਨ ਨਹੀਂ ਦਿੱਤੀ ਉਹਦੀ ਕੋਪੋਇਨਟਮੈਂਟ ਰੋਕਤੀ ਹੂੰ ਹੂੰ ਔਰ ਉਹ ਲਗਾਤਾਰ ਉਹਨੂੰ ਮਤਲਬ ਜਨਿਰਲ ਕੀਤਾ ਜਾ ਰਿਹਾ ਸੀ ਅਖੀਰ 'ਚ ਫਿਰ ਉਹਨੂੰ ਮਤਲਬ ਇੰਟਰਵਿਊ ਲਈ ਸਾਹਮਣੇ ਉਹਨਾਂ ਪਿਆ ਫਿਰ ਉਹਨੇ ਸ਼ਿਕਾਇਤ ਕੀਤੀ ਹੈ ਜਿਹੜੀ ਔਮੈਨ ਕਮਿਸ਼ਨ ਨੂੰ ਕੀਤੀ ਉਹਨੇ ਹੂੰ ਹੂੰ ਤੇ ચીਫ ਸੈਕਟਰੀ ਨੂੰ ਕੀਤੀ ਹੈਗੀ ਆ इवन ਕਿ ਚੀਫ ਮਿਨਿਸਟਰ ਆਫਿਸ ਚ ਵੀ ਬਾਈ ਹੈਂਡ ਸ਼ਿਕਾਇਤ ਦੇ ਕੇ ਆਈ ਹੈ ਤਾਂ ਡੀਸੀ ਨੂੰ ਸ਼ਿਕਾਇਤ ਗਈ ਹੈ ਉਹ ਸ਼ਿਕਾਇਤ ਦੀ ਇਨਕੁਆਇਰੀ ਹੈ ਜਿਹੜੀ ਉਹ ਪਿਛਲੇ ਕਰੀਬ 94 ਦਿਨ ਤੋਂ ਚੱਲ ਰਹੀ ਹੈਗੀ ਹੈ ਦੱਸੋ ਹਮ 94 ਡੇਸ ਇਹਦਾ ਕੋਈ ਨਿਯਮਮ ਤਾਂ ਹੈ ਕਿ 90 ਦਿਨਾਂ ਕੀ ਦੀ ਇਨਵੈਸਟੀਗੇਸ਼ਨ ਮੁਕੰਮਲ ਹੋਣੀ ਚਾਹੀਦੀ ਸੀ ਜੀ ਜੀ ਔਰ ਉਹ ਜਿਹੜਾ ਇਹ ਤਾਂ ਨੇਚਰਲੀ ਹੈ ਕਿ ਜਿਹੜਾ ਯੂਨੀਵਰਸਿਟੀ ਅਥਾਰਟੀ ਹੈਗੀ ਉਹ ਮਤਲਬ ਡਾਇਰੈਕਟ ਗਵਰਨਰ ਦੇ ਅੰਡਰ ਹੈਗੀ ਹੈ ਹਮ ਹਮ ਪੁਲਿਸ ਪ੍ਰਸ਼ਾਸਨ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਉਹ ਇਹਦੇ ਵਿੱਚ ਕੋਈ ਇਫੈਕਟਿਵ ਕਾਰਵਾਈ ਨਹੀਂ ਕਰ ਰਿਹਾ ਬਲਕਿ ਲਮਕਾ ਰਿਹਾ ਹੈਗਾ ਵੀ ਵੇਖਦੇ ਹਾਂ ਕਰਦੇ ਹਾਂ ਵੇਟ ਐਂਡ ਨਵਾਜ਼ ਪਾਲਸੀ ਵੇਟ ਐਂਡ ਨਵਾਜ਼ ਚੱਲੀ ਹੈਗੀ ਕਿ ਡਿਲੇ ਕਰੋ ਥੱਕ ਕੇ ਆਪੇ ਮਰ ਜਾਣਗੇ ਹੂੰ ਹੂੰ ਤੇ ਇਹ ਲੜਕੀ ਵੀ ਕਹਿੰਦੇ ਬੜੇ ਇਨਫਲੂਐਂਸ਼ੀਅਲ ਡਾਕਟਰ ਦੀ ਬੇਟੀ ਦੱਸੀ ਜਾ ਰਹੀ ਹੈ ਹਾਂ ਬਣਾਓ ਮਤਲਬ ਸਮਾਜ ਸੇਵੀ ਡਾਕਟਰ ਆ ਹੈ ਡਾਕਟਰ ਉਹਦੀ ਉਹਦੀ ਬੇਟੀ ਹੈ ਉਹਨਾਂ ਨੇ ਚੰਗਾ ਸਮਾਜ ਲਈ ਇਮਸ਼ੀਅਰ ਕੰਮ ਕੀਤਾ ਹੁਣ ਅਸਾਸ ਤੇ ਕਰਤਾਰ ਦੇ ਉਹ ਹੈਗੇ ਆ ਤੇ ਚਲੋ ਇਹ ਬਰੋ ਕਰਤਾਰ ਦੇ ਹੈਗੇ ਪਰ ਉਹ ਹੈਗਾ ਕਿ ਜਿਹੜਾ ਇੱਕ ਇੱਥੇ ਮਤਲਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਆ ਤੇ ਉੱਥੇ ਜਿਹੜੇ ਡਾਕਟਰ ਸਾਰੇ ਉਹ ਬਹੁਤ ਮਤਲਬ ਪੇਟੀਕੋ ਪਾਰਟੀਆਂ ਨੂੰ ਮਤਲਬ ਸੰਬੰਧਿਤ ਹੈਗੇ ਤੇ ਤੇਰੇ ਆਮ ਵਿਕਟਮ ਦੀ ਗੱਲ ਨਹੀਂ ਸੁਣੀ ਜਾਂਦੀ ਹੂੰ ਹੂੰ ਇਹਦਾ ਇਥੇ ਮੱਝ ਲੱਗਦਾ ਕਿ ਜਿੱਦਨ ਇਥੇ ਇੱਕ ਧਾਰਮਿਕ ਗੁਰੂ ਆਇਆ ਸੀ ਸ਼੍ਰੀ ਸ਼੍ਰੀ ਦਾਵੀ ਸ਼ੰਕਰ ਜੀ ਜੀ ਤੋਂ ਉਸਨੇ ਕਿ ਕੁੜੀ ਨੇ ਉੱਥੇ ਯੂਨੀਵਰਸਿਟੀ ਦੇ ਘਰੇ ਦੇ ਨਾਰੇ ਬਾਜੀ ਕੀਤੀ ਸੀ ਹੂੰ 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 ਪਰ ਉਹ ਕੁੜੀਏ ਅੱਜ ਜਿਹੜੀ ਹੈਗੀ ਉਹ ਯੂਨੀਵਰਸਿਟੀ ਜਿੰਨੀਆਂ ਵੀ ਕੁੜੀਆਂ ਪੜ੍ਹਦੀਆਂ ਜੀ ਉਹਨਾਂ ਸਾਰਿਆਂ ਦਾ ਰੋਲ ਮਾਡਲ ਹੈ ਹੂੰ 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 ਪਰ ਜਿਹੜੀਆਂ ਉਹ ਹੁਣੇ ਸਮੇਂ ਆਏ ਜੀ ਉਥੇ ਹੋਰ ਵੀ ਬੱਚੇ ਬੜੇ ਜਿਹੜੇ ਸੈਕਸਚੁਅਲ ਹਰਾਸਮੈਂਟ ਦੇ ਵਿਕਟਮ ਹੈਗੇ ਆ ਪਰ ਕਿਉਂਕਿ ਡਾਕਟਰਾਂ ਦੇ ਕੋਲ ਜਿਹੜੇ ਹੈਡ ਆਫ ਦੀਪਾਰਟਮੈਂਟ ਹੈ ਉਹਨਾਂ ਕੋਲ ਬਹੁਤ ਕੁਝ ਹੁੰਦਾ ਇਹ ਬੜਾ ਮੰਨਿਆ ਗਿਆ ਇਹ ਡਿਸਕ੍ਰੀਸ਼ਨ ਪਾਵਰ ਬਹੁਤ ਹੈ ਬਹੁਤ ਇਹ ਡਿਸਕ੍ਰੀਸ਼ਨ ਪਾਵਰ ਜਿਹੜੀ ਹੈ ਨਾ ਖਾਸ ਕਰਕੇ ਜਿਹੜੇ ਗਾਈਡਸ ਇਹ ਤਾਂ ਵੈਸੇ ਹੀ ਬੜੀ ਤਕੜੀ ਚਰਚਾ ਹੈ ਕਿ ਪੀ ਐਚ ਡੀ ਐਮ ਫਿਲ ਕਰਦੇ ਜਿਹੜੇ ਸਟੂਡੈਂਟਸ ਨੇ ਭਾਵੇਂ ਮੇਲ ਨੇ ਭਾਵੇਂ ਫੀਮੇਲ ਨੇ ਉਹਨਾਂ ਨੂੰ ਆਪੋਜ਼ਿਟ ਸੈਕਸ ਦੇ ਜਿਹੜੇ ਵੀ ਗਾਈਡ ਨੇ ਉਹਨਾਂ ਦੇ ਐਕਸਪਲੋਇਟ ਕਰਦੇ ਨੇ ਬਹੁਤ ਬਹੁਤ ਜ਼ਿਆਦਾ ਕਰਦੇ ਆ ਹਮਮ ਔਰ ਅੱਜ ਵੀ ਉਹ ਜਿਹੜੀ ਵਿਕਟਮ ਡਾਕਟਰ ਸੀ ਉਹਨੇ ਅੱਜ ਜਿਸ ਦੇ ਉੱਪਰ ਉਹ ਚ ਵੜਨ ਦੀ ਕੋਸ਼ਿਸ਼ ਕੀਤੀ ਔਰ ਪੁਲਿਸ ਨੇ ਮਤਲਬ ਦੋਸ਼ੀਆਂ ਨੂੰ ਫੜਨ ਦੀ ਬਜਾਏ ਅੱਜ ਉਹਨੂੰ ਉਹਨੂੰ ਮਤਲਬ ਹਿਰਾਸਤ ਚ ਲੈ ਲਿਆ ਹੂੰ ਹੂੰ ਉਹਦੇ ਨਾਲ ਪੰਜ ਕੁੜੀਆਂ ਹੋਰ ਸੀ ਜੀ ਤੇ ਉਹਨਾਂ ਨੂੰ ਕਰੀਬ 2 ਘੰਟੇ ਉਹਨਾਂ ਨੇ ਇੱਲੀਗਲ ਟੈਨਸ਼ਨ ਚ ਰੱਖਿਆ ਪਰ ਕਿਉਂਕਿ ਪੁਲਿਸ ਵੀ ਦਬਾਤ ਹੈਗੀ ਇਹ ਦੇਸ਼ ਦਾ ਗਲਤੀ ਸੀ ਜੀ ਦੇਸ਼ ਦਾ ਮਾਹੌਲ ਜਿਹੜਾ ਹੈਗਾ ਉਹ ਸਾਰੇ ਸਾਹਮਣੇ ਹੈਗਾ ਹੂੰ ਹੂੰ ਕਨਾਵਾ ਕਾਂਡ ਹੋ ਗਿਆ ਉਸ ਤੋਂ ਪਹਿਲਾਂ ਹైదరాబాద్ ਕਾਂਡ ਹੋ ਗਿਆ ਜਿਸ ਤਰ੍ਹਾਂ ਬਹੁਤ ਸਾਰੇ ਕਾਂਡ ਹੈ ਜਿਹੜੇ ਸਾਹਮਣੇ ਨਹੀਂ ਆਉਂਦੇ ਹੈਗੇ ਜੀ 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 ਤਾਂ ਪੁਲਿਸ ਕਿਤਨਾ ਕਿਤੇ ਦਬਾਤ ਪਾ ਹੈ ਪਰ ਉਹਨਾਂ ਦੇ ਕਿਹ ਵੀ ਹੈਗਾ ਕਿ ਵੀ ਜਿਹਨਾਂ ਦੇ ਖਿਲਾਫ ਕਾਰਵਾਈ ਕਰਨੀ ਹੈ ਹੂੰ ਹੂੰ ਉਹ ਵੀ ਮਤਲਬ ਵੀ ਆਧਿਆਪਨ ਬੜਾ ਪ੍ਰਭਾਵਸ਼ਾਲੀ ਸਮਝਦੇ ਹੈਗੇ ਆ ਜੀ ਜੀ ਤਾਂ ਔਨ ਕੱਲ ਨੂੰ ਬਹੁਤ ਵੱਡਾ ਜਿਹੜਾ ਇੱਥੇ ਮਜਾਰਾ ਰੱਖਿਆ ਗਿਆ ਹੈਗਾ ਇਸੇ ਮੰਗ ਨੂੰ ਲੈ ਕੇ ਜਿਹੜੇ ਪੰਜਾਬ ਭਰ ਤੋਂ ਲੋਕ ਸ਼ਾਮਲ ਹੋਣਗੇ ਜੀ ਸੋ ਔਰ ਇਹ ਵਿਖੇ ਜਾਂਦਾ ਕਿ ਵੀ ਹੁਣ ਇਹ ਗੱਲ ਕਿਸ ਪਾਸੇ ਜਾਂਦੀ ਫਿਲਹਾਲ ਪ੍ਰਸ਼ਾਸਨ ਜਿਹੜਾ ਹੈਗਾ ਉਹ ਦਬਾਤਦਾ ਹੈ ਪਰ ਪ੍ਰਸ਼ਾਸਨ ਕਿਸੇ ਇੱਕ ਲਫਤ ਦੀ ਦੋਸ਼ੀਆਂ ਵਾਲੇ ਪਾਸੇ ਉਹ ਦਬਾਤ ਹੈ ਜੀ 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 ਇਹ ਉਦੋਂ ਵੀ ਇਹ ਹੈਗਾ ਕਿ ਕਾਰਵਾਈ ਨਾ ਹੋਵੇ ਤੇ ਕਿਸੇ ਦਾ ਤਾਲਾ ਚਾਹੀ ਹੂੰ 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 ਇਹ ਇਹ ਨਹੀਂ ਆ ਰਹੀ ਜੀ ਮਿਹਰਬਾਨ ਮਿਹਰਬਾਨੀ ਜਸਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਥੈਂਕ ਯੂ ਇਹ ਸਨ ਜਸਵੰਤ ਜਸਜੀ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਜੁੜੇ ਹੋਏ ਹੋ ਨੀਲ ਭਲੇਂਦਰ ਜੀ ਹੋਰਾਂ ਨਾਲ ਰਾਬਤਾ ਕੈਂਪ ਕਰਦੇ ਆਂ ਕੀ ਖਾਸ ਹੈ ਉਹਨਾਂ ਕੋਲੇ ਉਹਦੇ ਬਾਰੇ ਚਰਚਾ ਕਰਦੇ ਆਂ ਪ੍ਰੋਗਰਾਮ ਸ਼ਮਾਦਾਨ ਕੱਲ ਨੂੰ ਵੀ ਲਾਈਵ ਹੋਏਗਾ ਪਰਸੋਂ ਵੀ ਲਾਈਵ ਹੋਏਗਾ ਸੋ ਤੁਸੀਂ ਕੱਲ ਨੂੰ ਹਰਜਿੰਦਰ ਸਿੱਧੂ ਹਰਾਂ ਦੇ ਨਾਲ ਇਹ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਨਾਲ ਜੁੜੋਗੇ ਨੀਲਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਨਰਲ ਸਰ ਨੀਲਜੀ ਕੀ ਚਰਚਾ ਹੈ ਕਿ ਤੁਹਾਡੇ ਕੋਲ ਕੋਈ ਖਾਸ ਇਨਪੁਟ ਪਹੁੰਚੀ ਹੈ ਭਵਸਾਗਰ ਗ੍ਰੰਥ ਬਾਰੇ ਜਿਹੜਾ ਭਵਸਾਗਰ ਗ੍ਰੰਥ ਤੁਹਾਨੂੰ ਯਾਦ ਹੋਏਗਾ ਕਿ ਇਹ ਭੰਡਿਆਰੇ ਵਾਲੇ ਨੇ ਮੇਰੇ ਖਲ ਸ਼ਾਇਦ ਲਿਖਿਆ ਸੀ ਜੀ ਬਿਲਕੁਲ ਜੀ ਇਹ ਇਹ ਨਾ ਜਦੋਂ ਆਪਣੇ ਖੜਕੂਆ ਤੋਂ ਬਾਅਦ ਇਹ ਪਹਿਲੀ ਇੰਟਰਫੀਰੈਂਸ ਜਾਂ ਦਖਲਅੰਦਾਜ਼ੀ ਹੋਈ ਸੀ ਇੱਕ ਧਰਮ ਦੇ ਵਿੱਚ ਜੀ 1998 97 ਦੇ ਵਿੱਚ ਜਦੋਂ ਪਿਆਰਾਪੀ ਭੰਡਿਆਰਾ ਵਾਲੇ ਇੱਕ ਸਾਬਕਾ ਚਰਮਚਾਰੀ ਜਿਹੜਾ ਕਿਸੇ ਸਰਕਾਰੀ ਵਿਭਾਗ ਦਾ ਹੂੰ ਹੂੰ ਤੇ ਉમે ਇਹ ਲਿਖਿਆ ਸੀ ਕਿ ਜਿਸ ਜਿਵੇਂ ਉਹ ਮੁਰਤੇ ਸੋਦਾ ਸਾਹਿਬ ਜਿਹੜਾ ਹੈ ਉਹ ਨਰਾਸ ਤੋਂ ਅਮ ਨੇ ਨਿਰੰਕਾਰੀ ਨੇ ਨਿਰੰਕਾਰੀਆਂ ਨੇ ਵੈਸੇ ਨੂੰ 97 ਚ ਦਖਲ 170 ਕੋ ਪਹਿਲਾ ਦਖਲ ਅੰਦਾਜ਼ੀ ਸ਼ੁਰੂ ਕਰਤੀ ਸੀਗੀ ਤਾਂ ਨਿਰੰਕਾਰੀ ਨਿਰੰਕਾਰੀਆਂ ਤੋਂ ਬਾਅਦ ਪਹਿਲੀ ਦਖਲ ਅੰਦਾਜ਼ੀ ਭਿਹਾਰਾ ਵਾਲੇ ਵੱਲੋਂ ਹੋਈ ਜੀ ਤਾਂ ਇਹ ਕੇਸ ਮੈਂ ਥੋੜਾ ਪਿੱਛੇ ਹੋਣਾ ਚਾਹਾਂ ਅੱਜ ਅੱਜ ਵੀ ਅੱਜ ਵੀ ਖੁਰੇ ਹੈ ਬ੍ਰੇਕਿੰਗ ਨਿਊਜ਼ ਹੈ ਜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕੰਸਟੀਚੂਸ਼ਨਲ ਸੁਪਦਾਨਕ ਬੈਂਚ ਨੇ ਅੱਜ ਪੁਹਿਆਰਾਂ ਵਾਲੇ ਦੀ ਉਹ ਪਟੀਸ਼ਨ ਆਖਰ ਕਰ ਦਿੱਤੀ ਹੈ ਜਿਸ ਨੂੰ ਮਨਕਿਤੀ ਹੋਈ ਸੀ ਕਿ ਪੰਜਾਬ ਸਰਕਾਰ ਵੱਲੋਂ 2001 ਵਿੱਚ ਪਹਿਲਾਂ ਤੇ ਫਿਰ 2008 ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਲਗਾਈ ਉਸ ਦੇ ਭਵਤਾਗਰ ਗ੍ਰੰਥ ਉੱਤੇ ਰੋਕ हटਾਈ ਜਾਏ ਹੂੰ ਹੂੰ ਮਤਲਬ ਹੋਤੇ ਉਹ ਸੁਆਲ ਤੇ ਰੋਕ ਹੁਣ ਹਮੇਸ਼ਾ ਵਾਸਤੇ ਬਰਕਰਾਰ ਹੋ ਗਈ ਹੈ ਹਾਂ ਜੇ ਉਸ ਕੋਲ ਸੁਪਰੀਮ ਕੋਰਟ ਜਾੜਾ ਜਰੀਆ ਹੈ ਹੂੰ ਹੂੰ ਜਿਹੜੀ ਤਾਰੀਖ ਤੱਕ ਰਹੇ ਆ ਜੀ ਹੁਣ ਕਹਿਣ ਤੋਂ ਬਾਈ ਪੁਨਹਾਰੇ ਵਾਲਾ ਦਾ ਲਿਖਿਆ ਗ੍ਰੰਥ ਨਹੀਂ ਛਾਪ ਸਕੇਗਾ ਨਹੀਂ ਉਹ ਉਹ ਪੜ ਨਹੀਂ ਸਕਦਾ ਜੀ ਕੋਈ ਮੈਂ ਬੇਚ ਸਕਦਾ ਉਹਨੂੰ ਜੀ ਰੋਕੋ ਬੈਨ ਉਹ ਬੈਨ ਦਾ ਮਤਲਬ ਗਵਰਨਮੈਂਟ ਬੈਨ ਨੂੰ ਕੋਰਟ ਦੀ ਜਿਹੜੀ ਹੈਗੀ ਹੈ ਆਪਾਂ ਨੂੰ ਮਿਲ ਗਿਆ ਜੀ ਸੋ ਇਟ ਇਜ਼ ਕੇਸ ਹਿਸਟਰੀ ਹਾਂ ਜੀ ਇਹ ਇਸ ਤਰ੍ਹਾਂ ਦੀ ਗੱਲ ਹੈ ਕਿ 2001 ਦੇ ਵਿੱਚ ਉਦੋਂ ਪ੍ਰਕਾਸ਼ ਸਿੰਘ ਵਾਰੋਦੀ ਦੀ ਸਰਕਾਰ ਸੀਗੀ ਕਾਲੀ ਸਰਕਾਰ ਜਿਹਨਾਂ ਨਵਾਂ ਨਵਾਂ ਇਹ ਸ਼ੂ ਉੱਠਿਆ ਸੀ ਕਿ ਜੀ ਇਸ ਤਰ੍ਹਾਂ ਕਰਕੇ ਇਸਨੇ ਗੁਰਬਾਣੀ ਨੂੰ ਵਰਤ ਕੇ ਆਪਣਾ ਗ੍ਰੰਥ ਬਣਾ ਕੇ ਆਪਣੇ ਕੋਲ ਮੱਥੇ ਟਿਕਾਣੇ ਸ਼ੁਰੂ ਕਰ ਲਏ ਨੇ ਆਪਣੇ ਆਪਣਾ ਹੀ ਗ੍ਰੰਥ ਬਣਾ ਕੇ ਜਿਹਨਾਂ ਦਾ ਨਾਮ ਆਪਾ ਅਗਰ ਰੱਖਿਆ ਹੈ ਉਹਦੇ ਕੋਲ ਮੱਥਾ ਟਿਕਾਣਾ ਸ਼ੁਰੂ ਕਰ ਲਿਆ ਹੈ ਤੇ ਰੋਪੜ ਜ਼ਿਲ੍ਹੇ ਦਾ ਨੂਰਪੁਰ ਬੇਜੀ ਨਾਲ ਸੰਬੰਧਤ ਬੰਦਾ ਸੀਗਾ ਜੀ ਤੇ ਉਸ ਤੋਂ ਬਾਅਦ ਰੋਲਾ ਪ੍ਰਿਆਸਾ ਪੰਜਾਬ ਸਰਕਾਰ ਨੇ ਜ਼ੁਬਾਨੀ ਕਲਾਮੀ 2001 ਤੇ ਸੇ ਰੋਕ ਲਗਾ ਦਿੱਤੀ ਸੀ ਜੀ ਜੀ ਇਹਨਾਂ ਨੇ ਹਾਈ ਕੋਰਟ ਚ ਚੈਲੰਜ ਕਰਤਾ ਸੀ ਕਿ ਵੀ ਇਹ ਜ਼ੁਬਾਨੀ ਕਲਾਮੀ ਰੋਕ ਹੈ ਹੂੰ ਹੂੰ ਜੀ ਦਸਕਨ ਦੇ ਫਿਲਮੀ ਸਾਡੇ ਰੋਕ ਕਿਉਂ ਹੈ ਜੀ ਜੀ ਅਸੀਂ ਵੀ ਆਜ਼ਾਦ ਭਾਰਤ ਦੇ ਨਾਗਰਿਕ ਆ ਸਾਨੂੰ ਵੀ ਆਪਣੀ ਗੱਲ ਰੱਖਣ ਦੀ ਹੱਕ ਹੈ ਤੇ ਮੇਰੇ ਨਾਲ ਨਾਲ ਵੀ ਪਿਆਰਾ ਸਿੰਘ ਲੱਗਦਾ ਹੈ ਹੂੰ ਹੂੰ ਤੇ ਮੈਨੂੰ ਵੀ ਗੁਰਵਾਣੀ ਚੋਂ ਨਹੀਂ ਆਸ ਆ ਕਿ ਜਿੰਨੀ ਕਿਸੇ ਵੀ ਹੋਰ ਮiddel ਅਸਥ ਹੈ ਜੀ ਮੈਂ ਵੀ ਸਿੱਖਾ ਹੂੰ ਮੈਂ ਵੀ ਗੁਰਬਾਣੀ ਨੂੰ ਆਪਣੇ ਤਰੀਕੇ ਨਾਲ ਮੈਂ ਗੁਰਬਾਣੀ ਦੀ ਜਿਹੜੀ ਹੈਗੀ ਆ ਉਹਨੇ ਆਪਣੇ ਤਰੀਕੇ ਨਾਲ ਕਿਵੇਂ ਮੈਂ ਆਪਣੇ ਤਰੀਕੇ ਨਾਲ ਸੇਵਾ ਕਰ ਸਕਦਾ ਗੁਰਬਾਣੀ ਦੀ ਜੀ ਜੀ ਕਿ ਮੈਂ ਤਾਂ ਸੇਵਾ ਕਰ ਰਿਹਾ ਹੂੰ ਹੂੰ ਬੇਸਿਕਲੀ ਤਾਂ ਇਹ ਕੋ ਆਪਾਂ ਵੱਡੀ ਗੱਲ ਚ ਨਾ ਆ ਜਾਈਏ ਮੈਂ ਦਾ ਮੈਥਡ ਵੱਡੀ ਗੱਲ ਚ ਨਾ ਆ ਜਾਈਏ ਬੇਸਿਕਲੀ ਤਾਂ ਇਹ ਉਹੀ ਹੈ ਕਿ ਜੱਟ ਤੇ ਦਲਿਤ ਆ ਪਾੜਾ ਜਿਹੜਾ ਸਿੱਖੀ ਚ ਪਿਆ ਹੋਇਆ ਹੈ ਹੂੰ ਹੂੰ ਤੇ ਉਸੇ ਦੀ ਉਪਜ ਹੈ ਜੀ ਇਹ ਦਮਦ ਭਾਈਚਾਰੇ ਨਾਲ ਸੰਬੰਧਤ ਬੰਦਾ ਸੀ ਆ ਤੁਹਾਨੂੰ ਪਤਾ ਦੁਆ ਬੇਰੇ ਵਿੱਚ ਸਾਡੇ ਗੁਰਦਵਾਰੇ ਵਿੱਚ ਬਹੁਤ ਜ਼ਿਆਦਾ ਮੜਾ ਹਾਲ ਹੈ ਇੱਧਰ ਦੱਦੇ ਕੁਛਲੇ ਪਏ ਨੇ ਲੋਕ ਮਾਲਕੀ ਵੀ ਪਏ ਨੇ ਆਹ ਪੜਾ ਇਨਸੀਡੈਂਟ ਵਾਪਰੇ ਨੇ ਤਾਂ ਅਗਲੇ ਨੂੰ ਲੱਗਦਾ ਕਿ ਤੁਸੀਂ ਆਪਣੇ ਗੁਰਦਵਾਰੇ ਸਾਨੂੰ ਨਹੀਂ ਬੜਨ ਲੋਗੇ ਤਾਂ ਇਹੋ ਜੇ ਬੰਦੇ ਨੇ ਆਪਣੀਆਂ ਦੁਕਾਨਾਂ ਤਾਂ ਖੋਲਣੀਆਂ ਨਾ ਫਿਰ ਇਹੋ ਜੀ ਕਾਂਗਰਸ ਆਪਾ 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 ਰਵੀਦਾਸ ਦਾ ਗੁਰਦਵਾਰਾ ਮਾਲੂਮ ਹੈ ਚਲੋ ਰਵੀਦਾਸ ਜੀ ਤਾਂ ਮੰਨ ਲਿਆ ਕਿ ਬੜੇ ਫਿਰ ਵੀ ਮੰਨੇ ਪਰ ਮੰਨੇ ਸੰਤ ਸੀਗੇ ਉਹਨਾਂ ਨੇ ਗੁਰੂ ਨੇ ਪਰ ਇਹ ਬੰਦੇ ਵੀ ਤਾਂ ਉਹਨਾਂ ਦੇ ਨਾਂ ਦੇ ਉੱਤੇ ਫਿਰ ਆਪਦੀਆਂ ਦੁਕਾਨਦਾਰੀਆਂ ਕਹਿੰਦੇ ਵੀ ਜੇ ਸਿੱਖ ਕੋ ਐਸਜੀਪੀਸੀ ਨਹੀਂ ਸੰਭਾਲ ਸਕਦੀ ਗਰੀਬ ਸਿੱਖਾਂ ਨੂੰ ਤੇ ਫਿਰ ਉਹ ਕਹਿੰਦੇ ਹੁੰਦੇ ਕਿ ਕੋਈ ਸਾਈ ਬਣ ਗਿਆ ਕੋਈ ਕੁਛ ਬਣ ਗਿਆ ਕਿਸੇ ਨੇ ਇਹੋ ਜਿਹੇ ਨੇ ਆਪਦਾ ਗ੍ਰੰਥ ਛਾਪ ਕੇ ਗਲਤਾਂ ਦਬੇ ਕੁਚਲੇ ਲੋਕਾਂ ਤੇ ਹੀ ਰਾਜ ਕਰਦੇ ਨੇ ਨਾ ਸਾਰੇ ਲੋਕ ਅਜੀ ਦੇਖੋ ਜੀ ਦੇਖੋ ਦੇਖੋ ਜੇਕਰ ਅੱਜ ਆਪਾਂ ਸੁਖਵੀਰ ਸਿੰਘ ਬਾਦਲ ਪ੍ਰਕਾਸ਼ ਤੇ ਉਹ ਬਾਦਲ ਯਾ ਗੋਗੂਨ ਸਿੰਘ ਲੰਗੋਆ ਵਾਲੇ ਪਿਛਲੇ ਗੁਰਬਾਜ ਸਿੰਘ ਜਿਹਨੇ ਸਦਾ ਸਾਧੂ ਮਾਫੀ ਦਿੱਤੀ ਸੀ ਜੀ ਤੇ ਪਿਆਰਾ ਸਿੰਘ ਪੁਧਿਆਰਾ ਵਾਲੇ ਦੀ ਗੱਲ ਕਰੀਏ ਤਾਂ ਇੱਕੋ ਥਾਂ ਤੇ ਖੜੇ ਲੱਗਦੇ ਨੇ ਸਾਰੇ ਮੰਦੀ ਹੂੰ ਹੂੰ ਤੋਂ ਆਪਾਂ ਆਪਾਂ ਕੀ ਹਿੰਦੀ ਗੱਲਾਂ ਮਕਾਰ ਲਈਏ ਜੀ ਜੀ ਤਾਂ ਇਹਨਾਂ ਨੇ 2001 ਦੇ ਵਿੱਚ ਬਿਨਾਂ ਕਾਰਨ ਦੇ ਸੱਤੇ ਜਿਹੜੀ ਰੋਕ ਲਗਾਤੀ ਤਾਂ ਉਹ ਬੰਦੇ ਨੂੰ ਵਾਕਾ ਮਿਲ ਗਿਆ ਤੇ ਉਹਨੇ ਮੁੜ ਕੇ ਚੈਲੰਜ ਕਰਤਾ ਜੀ ਮੇਰੇ ਜਿਹੜਾ ਯਾਰ ਨਾਲ ਦੱਸੋ ਵੀ ਕਿਉਂ ਰੋਕ ਲਾਈਏ ਹੂੰ ਹੂੰ ਯਾ ਰੋਕ ਹਟਾਓ ਜੀ 5 ਸਾਲ ਕੇ ਅੱਛੇ 2008 ਵਿੱਚ ਘਰ ਦੁਬਾਰਾ ਸਰਕਾਰ ਨੇ ਇੱਕ ਕਾਇਦਾ 15 ਦਸੰਬਰ 2008 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਕਿ ਇਹ ਐਂਦਾ ਕਰਕੇ ਸਿੱਖ ਮਰਿਆਦਾ ਨੂੰ ਪੰਕ ਕਰਦਾ ਐਸਾ ਕਰਕੇ ਇਹ ਗੁਰਬਾਣੀ ਦੀ ਦਰਬਾਰ ਤੋਂ ਕਰਦਾ ਐਂਦਾ ਕਰਕੇ ਇਹ ਜਿਹੜੀ ਮਰਿਆਦਾ ਜਿਹੜੀ ਹੈ ਕਿ ਆਪਣੇ ਕੋਲ ਮੱਥਾ ਟਿਕਾ ਕੇ ਆਪਣੇ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਕੇ ਪੰਕ ਕਰਦਾ ਕਰਦਾ ਇਸ ਕਰਕੇ ਉਸੀ ਇਸ ਤੇ ਰੋਕ ਲਗਾਈ ਹੈ ਉਹ ਨੋਟਿਸ ਦੇਖਣ ਜਾ ਰਹੀ ਹੋਗੀ ਇਹ ਨੋਟੀਫਿਕੇਸ਼ਨ ਜਾਰੀ ਹੋਗੀ ਦਾ ਨੋਟੀਫਿਕੇਸ਼ਨ ਸਰਕਾਰ ਦਾ ਹੱਕ ਹੈ ਹੂੰ ਹੂੰ ਅਰ ਅਲੱਤੋ ਤਾਂ ਨਾਲੋਤੋ ਬਾਰਦਾ ਵਿਸ਼ਾ ਹੈ ਜੀ ਤਾਂ ਇਹਨਾਂ ਨੇ ਮੁੜ ਕੇ ਉਹ ਨੋਟੀਫਿਕੇਸ਼ਨ ਚੈਲੇਂਜ ਕੀਤੀ ਹੂੰ ਹੂੰ ਇਹ ਤਾਂ ਗਲਤੀ ਹੋਈ ਹੈ ਜਾਂ ਉਹ ਗੜਮਿਤ ਕਿ ਹੋਇਆ ਸੀਗਾ ਕਿ ਵੀ ਆਪਾਂ ਨੋਟੀਫਿਕੇਸ਼ਨ ਜਾਰੀ ਕਰਨ ਲੱਗੇ ਆ ਨੋਟੀਫਿਕੇਸ਼ਨ ਨੂੰ ਜਾਣਦੇ ਹੋ ਕਿ ਕੋਈ ਵੀ ਸਰਕਾਰੀ ਨੋਟੀਫਿਕੇਸ਼ਨ ਨੂੰ 60 ਦਿਨ ਯਾਨੀ ਕਿ 2 ਮਹੀਨਾ ਮੋੜੇ ਦਰ ਦੇਈਏ ਪਰ ਟੈਕਨੀਕਲੀ ਸਖਤ ਨੇ ਤੇ ਅੰਦਰ ਅੰਦਰ ਚੈਲੇਂਜ ਹੋ ਸਕਦਾ ਆ ਅਲੱਤ ਜੀ ਜੀ ਇਹਨਾਂ ਨੇ ਸਤੰਬਰ ਚ ਆ ਕੇ ਕਿ ਅਗਲੇ ਸਾਲ 2009 ਚ ਹੂੰ 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 ਤੇ ਅੱਜ ਜਿਹੜੀ ਉਹਨਾਂ ਦੀ ਇਹ ਪਟੀਸ਼ਨ ਸੀ ਕਿ ਸਾਡੇ ਜਿਹੜੇ ਨੋਟੀਫਿਕੇਸ਼ਨ ਰੱਦ ਕੀਤੀ ਜਾਏ ਜੀ ਇਹਨਾਂ ਨੇ ਇਹ ਵੀ ਕੇਸ ਪਾਤਾ ਕਿ ਨੋਟੀਫਿਕੇਸ਼ਨ ਰੱਦ ਕੀਤੀ ਜਾਏ 2008 ਵਾਲੀ 15 ਅਗਸਤ ਤੋਂ 15 ਦਸੰਬਰ ਵਾਲੀ ਹੂੰ ਹੂੰ ਉਹ ਅੱਜ ਇਸ ਗੱਲ ਤੇ ਖਾਰਜ ਹੋਈ ਹੈ ਕਿ ਇਹ ਮੇਨਟੇਨੇਬਲ ਨਹੀਂ ਹੈ ਟੈਕਨੀਕਲੀ ਹੂੰ ਹੂੰ ਤੋਂ ਅੱਗੇ ਰੱਦ ਹੋ ਗਿਆ ਜੀ ਭੋਗ ਬੈ ਗਿਆ ਕਨਸਟੀਟਿਊਸ਼ਨਲ ਬੈਂਚ ਬੈਠਾ ਰਿਹਾ ਹਾਂ ਇਹ ਜਿਹੜਾ ਵੱਡਾ ਇੱਕ ਪਹਿਲੂ ਜ਼ਰੂਰ ਜ਼ਿਕਰ ਕਰਨ ਵਾਲਾ ਸ਼੍ਰੋਮਣੀ ਕਮੇਟੀ ਪਾਰਟੀ ਸੀ ਤਾਂ ਇੱਕ ਸੈਂਟੇ ਕਨਸਟੀਟਿਊਸ਼ਨਲ ਬੈਂਚ ਨੇ ਆਰਡਰ ਕਰਤਾ ਸੀਗਾ ਕਿ ਸਾਰੇ ਜਿੰਨੀਆਂ ਵੀ ਟੀ ਰਾਣੇ ਪੰਜਾਬ ਸਰਕਾਰ ਹੈ ਹੋਰ ਵੀ ਰਾਣੇ ਭਨਿਆੜਾ ਵਾਲਾ ਹੈ ਜਾਂ ਹੋਰ ਵੀ ਰਾਣੇ ਇਸ ਸ਼੍ਰੋਮਣੀ ਕਮੇਟੀ ਇਹ ਆਪਣੇ 2-2 3-3 ਮੈਂਬਰ ਦੇਣ ਜਿਹੜੀ ਭਵਸਾਗਰ ਗ੍ਰੰਥ ਜਿਹੜਾ ਭਨਿਆੜਾ ਵਾਲੇ ਨੇ ਲਿਖਿਆ ਉਹਦਾ ਅਧਿਐਨ ਕਰਨ ਡਾਟਾ ਰਿਪੋਰਟ ਦੇਣ ਜੀ ਜੀ ਇੱਕ ਕਰਦੇ ਸਲਾਹਗਾ ਕਰਨੀ ਵੜਦੀ ਸ਼੍ਰੋਮਣੀ ਕਮੇਟੀ ਦੀ ਹੂੰ 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 ਸ਼੍ਰੋਮਿਕ ਕਮੇਟੀ ਨੇ ਪਹਿਲੇ ਦਿਨ ਤੋਂ ਸਟੈਂਡ ਲੈ ਕੇ ਰੱਖਿਆ ਕਿ ਜਿਹੜਾ ਕੋਈ ਕਿਤਾਬ ਕੋਈ ਫਲਸਫਾ ਕੋਈ ਗ੍ਰੰਥ ਕੋਈ ਵੀ ਕੁਛ ਵੀ ਜੁਗੂ ਗ੍ਰੰਥ ਸਾਹਿਬ ਦੀ ਹਿੱਕੀ ਕਰਦਾ ਆਪਾਂ ਉਹਦਾ ਅਧਿਐਨ ਕਰਨ ਵਾਲਤੇ ਆਪਣੇ ਸਿੱਖ ਨਹੀਂ ਭੇਜਣੇ ਜੀ ਸ਼੍ਰੋਮਿਕ ਕਮੇਟੀ ਦਾ ਸਟੈਂਡ ਪਹਿਲੇ ਦਿਨ ਤੋਂ ਆ ਗਿਆ ਸੀ ਹੂੰ ਹੂੰ ਤੇ ਮੈ ਉਹ ਤੇ ਪੰਜਾਬ ਸਰਕਾਰ ਨੂੰ ਆਖਰਕਾਰ ਸੁਪਰੀਮ ਕੋਰਟ ਜਾਣਾ ਪਿਆ ਜੀ ਸਿਪਰੀਮ ਕੋਰਟ ਨੇ ਕੁੱਛ ਵੀ ਕਿਉਂ ਨਹੀਂ ਨਵੇੜਾ ਹੋਇਆ ਕਿ ਇਹਦਾ ਉਹ ਕਹਿੰਦਾ ਜੀ ਆ ਸ਼੍ਰੋਮਣੀ ਕਮੇਟੀ ਵੱਡੀ ਪਾਰਟੀ ਐ ਇਸ ਮਾਮਲੇ 'ਚ ਸ਼੍ਰੋਮਣੀ ਕਮੇਟੀ ਕਹਿੰਦੀ ਆ ਕਿ ਬੰਦੇ ਨਹੀਂ ਜਾਣੇ ਕਿ ਸਿੱਖਾਂ ਨੂੰ ਪੜ੍ਹਨ ਨਹੀਂ ਦੇਣਾ ਸਾਡਾ ਵਸਤੇ ਕੀ ਹੈ ਕਿ ਅਸੀਂ ਸਿੱਖਾਂ ਨੂੰ ਪੜ੍ਹਨ ਨਹੀਂ ਦੇਣਾ ਇਹ ਗੱਲ ਐ ਕਿਤਾ ਮਾ ਕੇ ਬੱਜਰ ਗਲਤੀ ਐ ਬੱਜਰ ਕੋਰਟ ਸਾਡੇ ਵਾਸਤੇ ਅਸੀਂ ਕਿਵੇਂ ਪੜ੍ਹ ਲਈਏ ਅਸੀਂ ਵਿਦਵਾਨ ਕਿਵੇਂ ਦੇਈਏ ਇਸ ਮਾਮਲੇ 'ਚ ਸੁਪਰੀਮ ਕੋਰਟ ਨੇ ਅਨ オーਡਰ ਕੀਤਾ ਕਿ ਭਾਈ ਆਪਾਂ ਸ਼੍ਰੋਮਣੀ ਜੁਗਰੂ ਨੂੰ ਪਾਵਾਂ ਨਹੀਂ ਕਰ ਸਕਦੇ ਸ਼੍ਰੋਮਣੀ ਕਮੇਟੀ ਸਹੀ ਕਹਿ ਰਹੀ ਐ ਗਲਤ ਕਹਿ ਰਹੀ ਐ ਪਰ ਸ਼੍ਰੋਮ ਲੀਗ ਕਮੇਟੀ ਦੇ ਬੰਦੇ ਆਉਂਦੇ ਨਹੀਂ ਆਉਂਦੇ ਤੁਸੀਂ ਫੈਸਲਾ ਲਓ ਹੂੰ 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 ਕਰ ਕਰਾ ਕੇ ਅੱਜ 19 ਸਾਲ ਵਿੱਚੋਂ ਮੇਰੇ 2021 ਤੋਂ ਕਹਿੰਦੇ ਪਹਿਲੀ ਵਾਰ ਕੋ ਬੰਦੇ ਨਹੀਂ ਗਈ ਸੀ ਇਹ ਗ੍ਰੰਟ ਤੇ ਅੱਜ ਸੁਪਰੀ ਅੱਜ ਪੰਜਾਬ ਐਂਡ ਹਰਿਆਣਾ ਕੋਲ ਹਾਈ ਕੋਰਟ ਦੇ ਸਿੰਪਲ ਮੈਂਟ ਨੇ ਕਨਸਟੀਟਿਊਸ਼ਨਲ ਟੈਂਪੋਰਰੀ ਬੈਂਟ ਨੇ ਫਸ ਕਰ ਦਿੱਤਾ ਵੀ ਇਹ ਜਿਹੜੀ ਸਟੇ ਹੈ ਇਹ ਬਰਕਰਾਰ ਰਹੇਗੀ ਜਪ ਹਨਾ ਵਾਲੇ ਦੀ ਜਿਹੜੀ ਅਰਜੀ ਹੈ ਅੱਜ ਹੋ ਗਈ ਹੈ ਉਮਰਕੇ ਸੁਪਰੀਮ ਕੋਰਟ ਜਾਂਦੇ ਜਿੱਥੇ ਮਰਜੀ ਜਾਵੇ ਉਹ ਬਿਲਕੁਲ ਉਹ ਜਿੱਥੇ ਉਹ ਤਾਂ ਬਿਲਕੁਲ ਉਹਦੇ ਕੋਲੇ ਬਹੁਤ ਕੁਝ ਪਿਆ ਆ ਗਿਆ ਇਹ ਇਹ ਇਸ ਦ੍ਰਿਸ਼ਟੀ ਇਹ ਇਸ ਦ੍ਰਿਸ਼ਟੀਕੋਣ ਤੋਂ ਵੀ ਸਹੀ ਹੈ ਜੀ ਇਸ ਦ੍ਰਿਸ਼ਟੀਕੋਣ ਤੋਂ ਵੀ ਮਹੱਤਵਪੂਰਨ ਹੈ ਕਿ ਇਹ ਹੀ ਕੁਝ ਅਗਰ ਗੁਰੂਗામ ਗੁਰੂ ਗੋਬਿੰਦ ਸਿੰਘ ਦਾ ਸਹਾਗਰਚਾਣ ਦੇ ਮਾਮਲੇ 'ਚ ਜਿਹੜਾ ਸੌਦਾ ਸਾਦ ਆਰਾਮ ਰਹੀਮਾਲ ਹੋ ਜਾਂਦਾ ਤਾਂ ਹੂੰ ਹੂੰ ਜਾਂ ਉਸ ਤੋਂ ਪਹਿਲਾਂ ਨਿਵੇਂਕਾਰੀ ਕਰਨ ਸਰਚ ਵਾਪਰਿਆ ਸੀ ਉਦੋਂ ਹੋ ਜਾਂਦੇ ਕੰਮ ਇਹ ਐਦਾਂ ਦੀਆਂ ਲੜਾਈਆਂ ਢੰਗ ਨਾਲ ਲੜ ਕੇ ਸ਼੍ਰੋਮਣੀ ਕਮੇਟੀ ਆਪਣਾ ਪੱਖ ਪੇਸ਼ ਕਰਕੇ ਸਰਕਾਰ ਨੂੰ ਮਜਬੂਰ ਕਰਕੇ ਮਨਵਾਲ ਹੁੰਦੀ ਤਾਂ ਸ਼ਾਇਦ ਸਿੱਥੀ ਦਾ ਇੰਨਾ ਘਾਟਾ ਨਹੀਂ ਹੁੰਦਾ ਕਿਉਂਕਿ ਛੋਟੀਆਂ-ਛੋਟੀਆਂ ਗੱਲਾਂ ਗਰੰਗਾਰੀ ਕਾਂਡ ਵਿੱਚ ਹੈਗੀ ਚਲਦੀ ਜਿੱਤੋਂ ਮੁੜ ਕੇ ਇੰਨਾ ਹਾਮੜ ਮੱਚਿਆ ਲੇਕਿਨ ਉਹ ਵੀ ਗੱਲ ਐਡਾ ਨਵੇੜਲੀ ਆ ਵੀ ਤਾਂ ਪੰਜਾਬ ਇਨੇ ਕਾਲੇ ਦੌਰ ਤੋਂ ਲਾਂ ਜਾਂਦਾ ਹੂੰ ਹੂੰ ਸੋ ਬਹੁਤ-ਬਹੁਤ ਧੰਨਵਾਦ ਨੀਲ ਜੀ ਤੁਹਾਡਾ ਸ਼ੁਕਰੀਆ ਮਿਹਰਬਾਨੀ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸੂਰੀਏ ਤੋਂ ਜੁੜੇ ਹਾਂ ਸ਼ਮাদান ਤੋਂ ਤੁਰੰਤ ਬਾਅਦ ਪੱਟੀ ਭੜੀ ਵਾਲਾ ਜਿਨੇ ਬਹੁਤ ਗੀਤ ਲਿਖੇ ਨੇ ਕਹਿੰਦੇ ਮੈਂ ਖੁਦ ਹੀ ਭੁੱਲ ਗਿਆ ਕਿ ਕਿੰਨੇ ਕ ਗੀਤ ਲਿਖੇ ਆ ਮੈਂ ਸਰਬਜੀ ਚੀਮਾ ਦੁਰਗ ਰੰਗੀਲਾ ਪਤਾ ਨਹੀਂ ਕਿਹੜੇ ਕਿਹੜੇ ਇੱਥੋਂ ਤੱਕ ਕਿ ਕੁਲਦੀਪ ਮਾਨਕ ਸਾਹਿਬ ਨੇ ਵੀ ਉਹਨਾਂ ਦੇ ਗਾਣੇ ਗਾਏ ਨੇ ਲਿਖੇ ਹੋਏ ਗਾਣੇ ਗਾਏ ਆ ਉਹਨਾਂ ਦੇ ਨਾਲ ਰੂਬਰੂ ਕੀਤਾ ਹਰਮੇਲ ਪ੍ਰੀਤ ਹੋਰਾਂ ਨੇ ਪ੍ਰੋਗਰਾਮ ਜੀਐਨ ਦੇ ਵਿੱਚ ਸੋ ਇਸ ਪ੍ਰੋਗਰਾਮ ਦੇ ਤੁਰੰਤ ਬਾਅਦ ਤੁਹਾਨੂੰ ਇਹ ਪ੍ਰੋਗਰਾਮ ਸੁਣਨ ਨੂੰ ਮਿਲੇਗਾ ਫਿਰਾਲ ਮੈਨੂੰ ਸੌਰਨ ਸਿੰਘ ਦਾ ਨਾਮ ਲਿਆ ਨੂੰ ਦਿਓ ਜੀ ਇਜਾਜ਼ਤ ਮਿਲਾਂਗੇ ਹੁਣ ਮੈਂ ਤਾਂ ਸੌਰਨ ਨੂੰ ਮਿਲੂੰਗਾ ਪਰ ਕੱਲ ਨੂੰ ਹਰਜਿੰਦਰ ਤੁਹਾਡੇ ਨਾਲ ਜੁੜਨਗੇ ਪ੍ਰੋਗਰਾਮ ਸ਼ਮਾਦਾਨ ਲੈ ਕੇ ਇਸੇ ਸਮੇਂ ਸੋ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਡੇ ਤੱਕ ਅਸੀਂ ਵਧੀਆ ਪ੍ਰੋਗਰਾਮ ਜਿਹੜੇ ਨੇ ਉਹ ਪਹੁੰਚਾਈਏ ਤੇ ਮੈਂ ਨਾਲ ਦੀ ਨਾਲ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਪਿਛਲੇ 2 ਦਿਨਾਂ ਦੇ ਵਿੱਚ ਸਬਸਕ੍ਰਾਈਬ ਕੀਤਾ ਸੋ ਮੇਰੀ ਉਹਨਾਂ ਵੱਲੋਂ ਉਹਨਾਂ ਨੇ ਮੇਰੀ ਗੁਜ਼ਾਰਿਸ਼ ਮੰਨੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਵੀ ਫੇਰ ਗੁਜ਼ਾਰਿਸ਼ ਕਰਦਾ ਕਿ ਆਪ ਜਿੰਨਾ ਹੋ ਸਕੇ ਤਾਂ ਰੇਡੀਓ ਪੰਜਾਬ ਟੂਡੇ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੁਹਾਡੇ ਸਬਸਕ੍ਰਿਪਸ਼ਨ ਕਰਨ ਦੇ ਲਈ ਤੁਸੀਂ ਸਾਡੀ ਐਂਡਰੋਇਡ ਐਪ ਤੇ ਵੀ ਜਾ ਸਕਦੇ ਹੋ ਰੇਡੀਓ ਪੰਜਾਬ ਟੂਡੇ ডਾਟ ਕਮ ਦੇ ਉੱਤੇ ਵੀ ਜਾ ਕੇ ਤੁਸੀਂ ਸਬਸਕ੍ਰਿਪਸ਼ਨ ਜਿਹੜੀ ਹੈ ਉਹ ਕਰ ਸਕਦੇ ਹੋ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਅਸੀਂ ਹਮੇਸ਼ਾ ਹੀ ਕੋਸ਼ਿਸ਼ ਰੰਦੀ ਹੈ ਕਿ ਤੁਹਾਨੂੰ ਵੱਧ ਤੋਂ ਵੱਧ ਅੱਛੀਆਂ ਖਬਰਾਂ ਦਿੱਤੀਆਂ ਜਾਣ ਤੇ ਨਾਲ ਦੀ ਨਾਲ ਜਿਹੜਾ ਹੈ ਮੈਂ ਹੋਰ ਪ੍ਰੋਗਰਾਮ ਵੀ ਜਿਹੜੇ ਨੇ ਤੁਹਾਨੂੰ ਅਸੀਂ ਲੈ ਕੇ ਆ ਰਹੇ ਨੇ ਨਿਓ ਲੱਭਣੇ ਰੰਗ ਗਵਾਚੇ ਇਹ ਪ੍ਰੋਗਰਾਮ ਸੋਮਵਾਰ 8:30 ਵਜੇ ਤੁਹਾਨੂੰ ਸੁਣਨ ਨੂੰ ਮਿਲਦਾ ਜੀ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਪੰਜਾਬ ਦੇ ਉਹ ਰੰਗ ਅਸੀਂ ਸੁਣਾਉਣੇ ਆ ਕਿ ਜਿਨ੍ਹਾਂ ਦੇ ਵਿੱਚ ਤੁਸੀਂ ਭੁੱਲਦੇ ਜਾ ਰਹੇ ਹੋ ਸੋ ਕਿਤੇ ਅਸੀਂ ਤੁਹਾਨੂੰ ਪੰਜਾਬ ਦੇ ਰੌ ਰੀਤ ਪੰਜਾਬ ਦੀਆਂ ਭੁੱਲ ਚੁੱਕੀਆਂ ਉਹ ਗੱਲਾਂ ਬਾਤਾਂ ਵੀ ਅਸੀਂ ਯਾਦ ਕਰਾਉਣੀ ਆ ਸੋ ਅੱਜ ਮੈਂ ਧੰਨਵਾਦ ਕਰਦਾ ਜੀ ਸਰਦਾਰ ਹਰਦੀਪ ਸਿੰਘ ਗਰੇਵਾਲ ਹੋਰਾਂ ਦਾ ਜਿਨ੍ਹਾਂ ਨੇ ਐਪਸ ਫੂਡ ਤੋਂ ਰੇਡੀਓ ਪੰਜਾਬ ਟੁਡੇ ਨੂੰ ਸਬਸਕ੍ਰਾਈਬ ਕੀਤਾ ਇਸ ਤੋਂ ਪਹਿਲਾਂ ਕੱਲ ਸਾਡੇ ਜਿਹੜੇ ਸੱਜਣ ਸੰਨ ਜਿਨ੍ਹਾਂ ਨੇ ਰੇਡੀਓ ਪੰਜਾਬ ਟੁਡੇ ਨੂੰ ਸਬਸਕ੍ਰਾਈਬ ਕੀਤਾ ਸੀਗਾ ਉਹਨਾਂ ਦਾ ਵੀ ਮੈਂ ਨਾ ਵਿਸ਼ੇਸ਼ ਤੌਰ ਦੇ ਉੱਤੇ ਜ਼ਿਕਰ ਕਰਨਾ ਚਾਹਾਂਗਾ ਸਦਾ ਗੁਰਮੀਤ ਸਿੰਘ ਹੋਰੀ ਤੇ ਮਨਪ੍ਰੀਤ ਸਿੰਘ ਬੈਂਸ ਹੋਰੀ ਜਿਹੜੇ ਨੇ ਅ ਯੂਨਾਈਟਿਡ ਕਿੰਗਡਮ ਤੋਂ ਉਹਨਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਸਬਸਕ੍ਰਾਈਬ ਕੀਤਾ ਤੇ ਹੋਰ ਇੱਕ ਸੱਜਣ ਨੇ ਜਿਨ੍ਹਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਸਬਸਕ੍ਰਾਈਬ ਕੀਤਾ ਜੀ ਅ ਉਹਨਾਂ ਦਾ ਨਾਮ ਵੀ ਮੈਂ ਵਿਸ਼ੇਸ਼ ਤੌਰ ਦੇ ਉੱਤੇ ਜ਼ਿਕਰ ਕਰਨਾ ਚਾਹਾਂਗਾ ਸਰਦ ਤਲਵਿੰਦਰ ਸਿੰਘ ਸੰਧੂ ਹੋਰੀ ਐਡਮਿੰਟਨ ਤੋਂ ਉਹਨਾਂ ਨੇ ਰੇਡੀਓ ਪੰਜਾਬ ਟੂਡੇ ਨੂੰ ਸਬਸਕ੍ਰਾਈਬ ਕੀਤਾ ਤੇ ਐ ਰਾਜਵੀਰ ਸਿੰਘ ਬਰਾੜ ਹੋਰੀ ਸਰੀ ਤੋਂ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਤੁਸੀਂ ਹੋਰ ਵੀ ਸੱਜਣ ਮਿੱਤਰ ਜਿਹੜੇ ਨੇ ਉਹ ਰੇਡੀਓ ਪੰਜਾਬ ਟੂਡੇ .com ਤੇ ਉੱਤੇ ਜਾ ਕੇ ਸਾਨੂੰ ਸਬਸਕ੍ਰਾਈਬ ਕਰੋਗੇ